परचुर रवि करा ताते सूरज रूप को तरा जेड़े उत्ते है ना बनता कदरू अदित एरिख बरी बनाए। चार लड़कियां एक ऋषि ने कश्यप नौ ने ब्याह लिया दक्ष प्रजापति दिया जड़िया उन्हें शिव पैदा किया जो शिवजी के भगत ने कोई शिव करके परमेश्वर नूं जिहड़ा आदमी शिव शिव करके मनदा सी उहदा नौ शिव पै गया। आप नहीं सी शिव आप शिव नहीं सी शिव शिव करके मनदा सी जिवें खालसा दे रूप च जिहड़े परमेश्वर नूं मनदे ने उहनां दा नौ खालसा पै गया। असल च परमेश्वर नूं खालसा गया दसम पातशाह ने खालसा मेरो रूप है खास आ बाहरला रूप जिहड़ा है माया दा रूप नहीं है माया दा रूप तां आम है खास रूप है जिहड़ा मेरा असली रूप है खालसा खालसा की इक जिहड़ा है खालसा दा रूप है साबत सूरत खालसा है ਉਹਦਾ ਨਾਂ ਖਾਲਸਾ ਤਾਂ ਪੈ ਗਿਆ ਸਭ ਸੂਰਤ ਹੈ ਨਹੀਂ ਕਿਆ ਹੈ ਤਾਂ ਵੀ ਖਾਲਸਾ ਕਹਿੰਦੇ ਨੇ ਆਪਣੇ ਆਪ ਨੂੰ ਸਭ ਸੂਰਤ ਹੋਣ ਦਾ ਸਾਡਾ ਟਾਰਗੇਟ ਹੈ ਸਭ ਸੂਰਤ ਹੋਣ ਵੱਲ ਨੂੰ ਖਾਲਸਾ ਵੱਧ ਰਿਹਾ ਹੈ ਸਭ ਸੂਰਤ ਕਿਵੇਂ ਹੋਣਾ ਹੈ ਸਭ ਸੂਰਤ ਦਸਤਾਰ ਸਰਾ ਦਾਲ ਤੋਂ ਇੱਕ ਕਿਵੇਂ ਬਣਨਾ ਹੈ ਇੱਕ ਹੋਏ ਤੋਂ ਬਾਅਦ ਉਹਦਾ ਹੱਥ ਉਸਰ ਤੇ ਹੱਥ ਕੀ ਹੈ ਭਾਣੇ ਜਾ ਜੂ ਇਹ ਹੱਥ ਦਾ ਮਤਲਬ ਹੁੰਦਾ ਭਾਣੇ ਜਾ ਜਾਣਾ ਭਾਣੇ 'ਚ ਰਹਿਣਾ ਜੇ ਭਾਣਾ ਮੰਨਦਾ ਤਾਂ ਉਹਦਾ ਹੱਥ ਹੈ ਦਿੱਤਾ ਸਾਫ ਦਸੂਰਤ ਦਸਤਾਰ ਸਿਰੇ ਦਾ ਮਤਲਬ ਇਹ ਹੈ ਇਹਨਾਂ ਨੇ ਬਣਾ ਲਿਆ ਦਾੜੀ ਕੇਸ ਹੈ ਮੁੱਛਾਂ ਹੈਗੀਆਂ ਨੇ ਕੇਸ ਰੱਖੇ ਹੋਏ ਨੇ ਜੂੜਾ ਕੀਤਾ ਉੱਤੇ ਸਿਰ 'ਤੇ ਸਫ਼ਾ ਬੰਨਿਆ ਹੋਇਆ ਦਸਤਾਰ ਸਿਰਾ ਹੋ ਗਿਆ ਇਹ ਬਿਲਕੁਲ ਅਰਥ ਨਹੀਂ ਇਸ ਗੱਲ ਦੇ ਇਹਨੇ ਮੂਰਖਾਂ ਵਿਦਵਾਨਾਂ ਦੇ ਅਰਥ ਬਣਾਏ ਹੋਏ ਜਿਵੇਂ ਪੰਡਿਤ ਨੇ ਅਰਥ ਬਣਾ ਲਏ ਸੀ ਨਾ ਵੇਦਾਂ ਦੇ ਇਵੇਂ ਅਸੀਂ ਗੁਰਬਾਣੀ ਦੇ ਅਰਥ ਬਣਾ ਲਏ ਬਾਰਮੁਖੀ ਅਰਥ ਬਣਾ ਲਏ ਅਰਥਾਂ ਦੇ ਅਰਥ ਕਰ ਲੈ ਸਾਬਤ ਸੂਰਤ ਦਾ ਮਤਲਬ ਆਤਮਾ ਨਾਲ ਰਿਲੇਟਡ ਹੈ ਬਾਣੀ ਸਾਰੀ ਆਤਮਾ ਨਾਲ ਸਰੀਰ ਨਾਲ ਕੋਈ ਇਹਦਾ ਸੰਬੰਧ ਨਹੀਂ ਇਹ ਤਾਂ ਬ੍ਰਹਮ ਗਿਆਨ ਹੈ ਇਹ ਗੀਤ ਨਹੀਂ ਹੈ ਫਿਰ ਗੀਤ ਬਣ ਜੂਗਾ ਲੋਕ ਕਹੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਹੈ ਬਾਣੀ ਸਾਬਤ ਸੂਰਤ ਬ੍ਰਹਮ ਦੀ ਗੱਲ ਹੈ ਦਾਲ ਤੋਂ ਇੱਕ ਹੋ ਜਾਣਾ ਸਾਬਤ ਸੂਰਤ ਹੈ ਦਸਤਾਰ ਸਾਰਾ ਪਰਮੇਸ਼ਰ ਦਾ ਹੱਥ ਹੋਣਾ ਉੱਤੇ ਜਦ ਬਾਣੀ ਸੁਣ ਰਹੀ ਹੈ ਬਿਨਾਂ ਕੰਨਾਂ ਤੇ ਸ਼ਬਦ ਸੁਣ ਰਿਹਾ ਬਿਨਾਂ ਕੰਨਾਂ ਤੇ ਜੁੜਿਆ ਹੋਇਆ ਸ਼ਬਦ ਸੁਰਤ ਦਾ ਮੇਲ ਹੋਇਆ ਹੋਇਆ ਇਹ ਦਸਤਾਰ ਸਰ ਹੈ ਉਦੋਂ ਜੇ ਸੁਰਤ ਸ਼ਬਦ ਭਵ ਸਾਗਰ ਤਰਿਆ ਹੋਇਆ ਦਸਤਾਰ ਸਰ ਹੈ ਜਿਵੇਂ ਅਸੀਂ ਬਾਣੀ ਤੋਂ ਅਰਥਾਂ ਤੋਂ ਅਨਰਥ ਬਣਾਏ ਇਵੇਂ ਵੇਦ ਤੋਂ ਪੰਡਿਤ ਨੇ ਅਰਥ ਬਣਾ ਲਏ ਸੀ ਉਹਨੇ ਸਿਮਰਤ ਸ਼ਾਸਤਰ ਰਚ ਲਏ ਅਸੀਂ ਆ ਟੀਕੇ ਰਚ ਲਏ ਗੱਲ ਇੱਕੋ ਹੀ ਹੈ ਕੋਈ ਫਰਕ ਨਹੀਂ ਸੀ ਰੱਜ ਕੇ ਸਾਨੂੰ ਟੀਕੇ ਵੀ ਬਣਾ ਕੇ ਪੰਡਿਤ ਨੇ ਦਿੱਤੇ ਹੋਏ ਨੇ ਪੰਡਿਤ ਨੇ ਦਿੱਤੇ ਹੋਏ ਨੇ ਟੀਕੇ ਸਰੀਰ ਨਾਲ ਹਰੇਕ ਚੀਜ਼ ਜੋੜ ਲਈ ਸ਼ਿਵ ਸ਼ਿਵ ਕਰਦੇ ਸੀ ਉਹਨਾਂ ਦਾ ਨੌਂ ਸ਼ਿਵ ਪੈ ਗਿਆ ਗੁਰੂ ਨਾਨਕ ਤੋਂ ਸਿੱਖਿਆ ਲੈਣ ਵਾਲਿਆਂ ਦਾ ਨੌਂ ਸਿੱਖ ਪੈ ਗਿਆ ਭਗਤਾਂ ਤੋਂ ਸਿੱਖਿਆ ਲੈਣ ਵਾਲਿਆਂ ਦਾ ਨੌਂ ਸਿੱਖ ਪੈ ਗਿਆ ਇਹ ਤਾਂ ਅੱਲ ਹੈ ਸਿੱਖ ਮਤ ਹੈ ਇੱਕ ਸਿੱਖ ਮਤ ਹੈ ਜ਼ਰੂਰ ਸਿੱਖ ਧਰਮ ਨਹੀਂ ਹੈ ਸਿੱਖ ਮਤ ਹੈ ਸੱਚ ਧਰਮ ਹੈ ਸਿੱਖ ਮਤ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖ ਮਤ ਕੀ ਹੈ ਪਰਮੇਸ਼ਰ ਦੀ ਬੁੱਧ ਪਰਮੇਸ਼ਰ ਦੀ ਬੁੱਧੀ ਵਰਗੀ ਆਪਣੀ ਬੁੱਧੀ ਨੂੰ ਬਣਾ ਲੈਣਾ ਉਹਦੇ ਅਨੁਸਾਰ ਆਪਣੀ ਬੁੱਧੀ ਰੱਖਣੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਜਿਹੜਾ ਮਨ ਮੰਦਰ ਹੈ ਉਹ ਤੇਰੀ ਛਾਵਾਂ ਮੰਦਰ ਬਾਹਰ ਨਹੀਂ ਹੁੰਦਾ ਬਾਹਰ ਗੁਰਦੁਆਰੇ ਸਾਡੇ ਮੰਦਰ ਕੋਈ ਨਹੀਂ ਮੰਦਰ ਹਿੰਦੂਆਂ ਦੇ ਬਣ ਜਾਣਗੇ ਫਿਰ ਮੰਦਰ ਛਾਵਾਂ ਤੇਰੇ ਜਿਹੜਾ ਮੇਰਾ ਮਨ ਹੈ ਮੰਦਰ ਹੈ ਉਹਦਾ ਤੇਰੀ ਛਾਵਾਂ ਹੈ ਤੇਰੀ ਲਾਈਟ ਹੈ ਤੇਰੀ ਜੋਤ ਹੈ ਜੋਤ ਹੈ ਤੇਰੀ ਮੰਦਰ ਹੈ ਬਣਿਆ ਹੈ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਸਾਫ ਗੱਲ ਲਿਖੀ ਹੋਈ ਹੈ ਧਰਮ ਕੀ ਹੈ ਬੋਲੀਏ ਸੱਚ ਧਰਮ ਸੱਚ ਬੋਲਣਾ ਧਰਮ ਹੈ ਸਾਡਾ
ਸਾਡੀ ਡਿਊਟੀ ਹੈ, ਸਾਡਾ ਕਰਤੱਵ ਹੈ ਸੱਚ 'ਤੇ ਪਹਿਰਾ ਦੇਣਾ, ਸੱਚ ਬੋਲਣਾ, ਸੱਚ 'ਤੇ ਖੜਨਾ, ਸਚਿਆਰੇ ਹੋਣਾ, ਕਿਉਂ ਸਚਿਆਰਾ ਹੋਈ ਹੈ। ਅਸੀਂ ਸਿੱਖ ਬਣ ਗਏ, ਸਿੱਖਿਆ ਲੈਂਦੇ ਲੈਂਦੇ ਸਿੱਖਿਆ ਲੈਣ ਵਾਸਤੇ ਗਏ ਸੀ, ਸਿੱਖ ਅਲ ਪੈ ਗਈ, ਨੋ ਪੈ ਗਿਆ, ਸਾਰੇ ਸਿੱਖ ਸਿੱਖਿਆ ਲੈ ਰਹੇ ਨੇ ਜਿਹੜੇ। ਸਾਡਾ ਨੌਜਵਾਨ ਸਿੱਖ ਪੈ ਗਿਆ, ਉਹਨਾਂ ਨੂੰ ਸ਼ਿਵ ਕਹਿਣ ਲੱਗ ਗਏ। ਸ਼ਿਵ ਸ਼ਿਵ ਕਰਦੇ ਜੋਰ ਨਾਲ ਧਿਆਵੇ, ਇੱਕ ਵਚਨ ਨਹੀਂ ਹੈ, ਬਹੁ ਵਚਨ ਹੈ। ਬੜਦ ਚੜ੍ਹਾਂ ਡੌਰੂ ਡੁਮਕਾਵੇ, ਬਹੁਤ ਸਾਰੇ ਬਹੁਤ ਚੜ੍ਹਦੇ ਚੜ੍ਹਦੇ ਤੇ ਸਵਾਰੀ ਕਰਦੇ ਤੇ ਡੌਰੂ ਵਜਾਉਂਦੇ ਹੁੰਦੇ ਸੀ ਸਾਧ ਯੋਗੀ, ਸਾਰੇ ਆਪਣੇ ਆਪ ਨੂੰ ਸ਼ਿਵ ਕਹਿੰਦੇ ਸੀ। ਪੁਰਾਣੀ ਗੱਲ ਹੈ, ਹੁਣ ਤਾਂ ਨਾ ਕੋਈ ਬਹੁਤ ਤੇ ਚੜ੍ਹਦਾ, ਨਾ ਕੋਈ ਡੌਰੂ ਵਜਾਉਂਦਾ, ਡੌਰੂ ਤਾਂ ਰੱਖ ਲਓ ਬੋਲ ਤੇ ਕੋਈ ਨਹੀਂ ਚੜ੍ਹਦਾ, ਬੋਲ ਦੀ ਸਵਾਰੀ ਕਰਦੇ ਹੀ ਸੀ, ਜਦ ਤੇ ਘੋੜੇ ਆ ਗਏ ਜਾਂ ਤੇ ਛੱਡਦੇ, ਮਾਲ ਸਵਾਹ ਬੋਲਦਾ ਤੇ ਲੱਦ ਕੇ ਜਾਂਦਾ ਸੀ, ਬਣਜਾਰੇ ਵਪਾਰ ਕਰਦੇ ਤੇ ਬੋਲਦਾ ਤੇ ਕਰਦੇ ਸੀ ਹਿੰਦੁਸਤਾਨ 'ਚ। ਬੰਤਾ ਕਦਰੂ ਦਿੱਤੇ ਇਹ ਰਿੱਖ ਬਣੀ ਬਣਾਏ, ਚਾਰ ਉਹਨੇ ਬਹਿਈਆਂ, ਕੀ ਪੈਦਾ ਕੀਤਾ, ਨਾਗ, ਨਾਗ ਰਿੱਖ, ਨਾਗ ਪੈਦਾ ਕੀਤੇ ਸ਼ਿਵ ਜਿਹੜੇ ਭਗਤੀ ਕਰਨ ਵਾਲੇ ਨੇ, ਜਟਾ ਵਾਲੇ ਸਮਾਧੀ ਵਾਲੇ ਪੈਦਾ ਕੀਤੇ, ਨਾਗ ਰਿੱਪ, ਨਾਗ ਰਿੱਪ ਕੌਣ, ਇਹਨੂੰ ਕਾਬੂ ਕਰਨ ਵਾਲਾ ਸੱਪ ਨੂੰ, ਅਸਲ 'ਚ ਉਹਨਾਂ ਦਾ ਮਨੇ ਸੱਪ ਹੈ, ਫਣ ਚੱਕੀ ਖੜਾ। ਗਨ ਨੂੰ ਪੈਦਾ ਕੀਤਾ, ਗੁਰਮੁਖ ਪੈਦਾ ਕੀਤਾ, ਗੁਰਮੁਖ ਬ੍ਰਹਮ ਗਿਆਨੀ ਭਗਤ ਸਤਗੁਰ, ਗੁਰਮਤ ਦਾ ਧਾਰਨੀ, ਗੁਰਮਤ ਦਾ ਜਾਣੂ, ਇਹ ਕੌਣ ਹੈ, ਇਹ ਨਾਗਰਿਪ ਵਿਰੋਧੀ, ਉਹਦਾ ਨੱਥ ਪਾਉਣ ਵਾਲਾ, ਨਾਗਰਿਪ ਹੁੰਦਾ ਨੱਥ ਪਾਉਣ ਵਾਲਾ, ਕਾਬੂ ਕਰਨ ਵਾਲਾ ਸੱਪ ਨੂੰ। ਗੁਰਮਤ ਦਾ ਜਿਹੜਾ ਮੰਤਰ ਹੈ, ਗੁਰਮੰਤਰ ਹੈ ਜਿਹੜਾ, ਗੁਰਮਤ ਜਿਹੜੀ ਹੈ, ਗੁਰਬਾਣੀ ਹੈ, ਇਹ ਮਨ ਨੂੰ ਕਾਬੂ ਕਰਨ ਵਾਲੀ ਹੈ, ਮਨ ਨੂੰ ਨੱਥਣ ਵਾਲੀ ਹੈ, ਮਨ ਕਿਸੇ ਦਾ ਵੀ ਹੋਵੇ, ਮਨ ਚਾਹੇ ਸ਼ਿਵਜੀ ਦਾ ਹੋਵੇ, ਚਾਹੇ ਵਿਸ਼ਨੂੰ ਦਾ ਹੋਵੇ, ਚਾਹੇ ਬ੍ਰਹਮਾ ਦਾ ਹੋਵੇ, ਸਾਰਿਆਂ ਨੂੰ ਨੱਥ ਪਾਉਣ ਵਾਲੀ ਹੈ, ਸਾਰਿਆਂ ਦੇ ਉੱਤੇ ਦੀ ਹੈ, ਇਹਦਾ ਗਿਆਨ ਸਭ ਤੋਂ ਉੱਤੇ ਦੀ ਹੈ। ਨਾਗ ਨਾਗਰਿਪ ਦੇਵ ਦੈਂਤ, ਦੇਵਤੇ ਔਰ ਦੈਂਤ ਇਹ ਸਭ ਲੈ ਉਪਜਾਏ। ਹੁਣ ਦੇਵਤਿਆਂ ਦੇ ਵਿੱਚ ਜਿਹੜਾ ਹੁੰਦਾ ਨਾ, ਉਹ ਵਿਸ਼ਨੂੰ ਆਉਂਦਾ, ਦੇਵਤਿਆਂ 'ਚ ਰਾਮਚੰਦਰ ਆਉਂਦਾ, ਦੇਵਤਿਆਂ ਦੇ ਵਿੱਚ ਕ੍ਰਿਸ਼ਨ ਆਉਂਦਾ, ਦੇਵਤਿਆਂ ਦੇ ਕੁਲ ਦੇ ਵਿੱਚ ਕੌਣ, ਸੂਰਜ ਨੌਂ ਦਾ ਇੱਕ ਰਾਜਾ ਪੈਦਾ ਹੋਇਆ, ਚੌਪਈ ਤਾਤੇ ਸੂਰਜ ਰੂਪ ਕੋ ਧਰਾ, ਉਹਦਾ ਨਾਂ ਸੂਰਜ ਰੱਖਿਆ, ਸੂਰਜ ਤਾਂ ਉਹਦਾ ਨਾਂ ਰੱਖਿਆ, ਉਹਦੇ ਕੋਲ ਬ੍ਰਹਮ ਗਿਆਨ ਵਰਗਾ ਗਿਆਨ ਸੀ, ਬ੍ਰਹਮ ਗਿਆਨ ਤਾਂ ਨਹੀਂ ਸੀ, ਬ੍ਰਹਮ ਗਿਆਨ ਵਰਗਾ ਗਿਆਨ ਸੀ, ਦੁਨੀਆਂ 'ਚ ਸਭ ਤੋਂ ਜ਼ਿਆਦਾ ਗਿਆਨ ਸੀ, ਇਹ ਕਹਿ ਲਓ, ਉਹਦਾ ਨਾਂ ਸੂਰਜ ਪੈ ਗਿਆ, ਸੂਰਜ ਵੈਸੇ ਨਹੀਂ ਸੀ, ਆਹ ਸੂਰਜ ਨਹੀਂ ਸੀ ਜਿਹੜਾ ਉੱਤੇ ਚੜ੍ਹਦਾ, ਉਹ ਦੁਨੀਆਂ ਨੂੰ ਸਭ ਵਾਸਤੇ ਗਿਆਨ ਸਰੂਪ ਸੀ, ਸੂਰਜ ਸੀ, ਬਾਕੀ ਚੰਦ ਤਾਰੇ ਹੁੰਦੇ ਨੇ, ਤਾਰੇ ਰਿਸ਼ੀ ਮੁਨੀ ਸੀ, ਰਿਸ਼ੀ ਮੁਨੀ ਉਹਦੇ ਮੂਹਰੇ ਤਾਰੇ ਸੀ, ਉਹ ਚੰਦ ਸੀ, ਚੰਦ ਵੀ ਨਹੀਂ ਸੀ, ਹੋਰ ਅਵਤਾਰ ਸੀ ਜਿਹੜੇ ਛੋਟੇ, ਉਹ ਚੰਦ ਸੀ ਉਹਦੇ ਮੂਹਰੇ, ਰਾਮ ਵੀ ਚੰਦਰ ਹੈ, ਰਾਮ ਨਾਲ ਚੰਦਰ ਲੱਗਿਆ, ਸੂਰਜ ਨਹੀਂ ਲੱਗਿਆ ਰਾਮ ਨਾਲ, ਪਾਲੇ ਤੁਮਰਾ ਰਾਮਚੰਦ, ਉਹ ਵੀ ਆਪ ਤਾਂ ਦੇਖਿਆ ਤਾਂ ਚੰਦ ਹੈ, ਉਹ ਸੂਰਜ ਨਹੀਂ ਹੈ, ਇਹਦੇ ਨਾਲ ਸੂਰਜ ਲੱਗਿਆ ਹੈ, ਇਹ ਰਾਮਚੰਦਰ ਦੀ ਕੁਲ ਚੋ ਹੈ, ਔਰ ਰਾਮਚੰਦਰ ਨੂੰ ਕਿਤੇ ਜ਼ਿਆਦਾ ਗਿਆਨਵਾਨ ਸੀ, ਸੂਰਜ ਰੂਪ ਕੋ ਤਰਾ ਜਾ ਤੇ ਬੰਸ ਪਰਚੁਰ ਰਵੀ ਕਰਾ, ਰਵੀ ਬੰਸ ਉਹ ਤਾਂ ਸੂਰਜ ਬੰਸੀ, ਉਹ ਤੋਂ ਪੈਦਾ ਹੋਏ ਨੇ, ਰਵੀ ਤਾਂ ਹੁੰਦਾ ਸੂਰਜ, ਸੂਰਜ ਬੰਸ ਉਹ ਤੋਂ ਚੱਲਿਆ ਹੈ, ਰਾਮਚੰਦਰ ਸੂਰਜ ਬੰਸੀ ਹੈ, ਉਸ ਰਾਜੇ ਦੀ ਔਲਾਦ ਹੈ, ਉਹਦਾ ਨਾਂ ਸੂਰਜ ਸੀ, ਉਹਦੀ ਕੁਲ ਦੇ ਵਿੱਚ ਕਰਾ ਹੋਇਆ ਰਾਜਾ ਰਘੂ,
ਜੋ ਦਿਨ ਕੇ ਕਹਿ ਨਾਮ ਸੁਣਾਉ। ਜੇ ਮੈਂ ਇਹਨਾਂ ਸਾਰਿਆਂ ਦੇ ਨਾਮ ਦੱਸਾਂ, ਕਥਾ ਬਣਨ ਤੇ ਅਦਕ ਡਰਾਉ। ਸੂਰਜ ਤੋਂ ਬਾਅਦ ਤਾਂ ਕਥਾ ਬਹੁਤ ਲੰਬੀ ਹੋ ਜੂ, ਮੈਂ ਹਿਸਟਰੀ ਨਹੀਂ ਦੱਸ ਰਿਹਾ। ਮੈਂ ਥੋੜ੍ਹਾ ਜਿਹਾ ਤੁਹਾਨੂੰ ਸ਼ੁਰੂ ਕਰਤਾ, ਟੂ ਦੀ ਪੁਆਇੰਟ ਗੱਲ ਦੱਸ ਦੇਣੀ। ਸੂਰਜ ਸੂਰਜ ਬੰਸੀ ਕਿਉਂ ਕਹਿੰਦੇ ਨੇ ਇਹ ਗੱਲ ਦੱਸਤੀ। ਸੂਰਜ ਵੰਸੀ ਇਹਨਾਂ ਨੂੰ ਕਿਉਂ ਕਹਿੰਦੇ ਨੇ, ਰਾਮਚੰਦ ਨੂੰ ਇਹ ਗੱਲ ਦੱਸਤੀ। ਤਿਨਕੇ ਬੰਸ ਵਿਖੇ ਰਘ ਭਇਓ। ਇਸ ਬੰਸ ਸੂਰਜ ਬੰਸੀ ਦੇ ਵਿੱਚ ਰਘ ਰਾਜਾ ਹੋਇਆ ਰਘੂ। ਉਹ ਤਾਂ ਰਘੂ ਕੁੱਲ ਰੀਤ ਚੱਲੀ ਹੈ, ਸਦਾ ਚੱਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਰਘ ਰਾਜਾ ਹੋਇਆ, ਰਘ ਰਾਜਾ ਦਾ ਬਹੁਤ ਲੰਬਾ ਚੌੜਾ ਰਘ ਰਾਜਾ ਬਾਰੇ ਲਿਖਿਆ ਦਸਮ ਪਾਤਸ਼ਾਹ ਨੇ ਕਿ ਜੇ ਉਹਦੇ ਕੋਲ ਸੰਨਿਆਸੀ ਆ ਕੇ ਬਹਿ ਗਏ, ਜੇ ਆ ਗਏ ਬ੍ਰਹਮ ਬ੍ਰਾਹਮਣ ਲੋਕ ਦਰਸ਼ਨ ਕਰਨ ਆ ਗਏ, ਗੱਲਬਾਤ ਕੀਤੀ, ਬ੍ਰਾਹਮਣ ਬ੍ਰਹਮ ਰੂਪ ਕਰ ਜਾਣੋ, ਉਹਨਾਂ ਨੇ ਕਿਹਾ ਸਾਕਸ਼ਾਤ ਬ੍ਰਹਮ ਬੈਠਾ ਇਹ ਰਾਜਾ। ਇੰਨਾ ਗਿਆਨ ਸੀ ਉਹਨੂੰ, ਬ੍ਰਹਮ ਗਿਆਨ ਨਹੀਂ ਲੱਗਿਆ, ਬ੍ਰਹਮ ਦਾ ਅਵਤਾਰ ਲੱਗਿਆ ਬ੍ਰਾਹਮਣਾਂ ਨੂੰ। ਇਹਦਾ ਬ੍ਰਾਹਮਣਾਂ ਦਾ ਗਿਆਨ ਨੂੰ ਕਿਤੇ ਗਿਆਨ ਉਹਦੇ ਕੋਲ ਵੀ ਜ਼ਿਆਦਾ ਸੀ। ਜੇ ਸੰਨਿਆਸੀ ਹੋ ਗਏ, ਸੰਨਿਆਸੀ ਨੂੰ ਦੱਤ ਰੂਪ ਪਹਿਚਾਨੋ, ਸੰਨਿਆਸੀ ਦੱਤਾਤ੍ਰੇਅ ਤੋਂ ਬਣੇ ਹੋਏ, ਕਹਿੰਦੇ ਸਾਕਸ਼ਾਤ ਦੱਤਾਤ੍ਰੇਅ ਦਾ ਅਵਤਾਰ ਹੈ, ਦੱਤ ਦਾ ਅਵਤਾਰ ਹੈ। ਇਹੋ ਜਿਹਾ ਕੁਛ ਦਸਮ ਪਾਤਸ਼ਾਹ ਨੇ ਉਹਦੇ ਵਾਸਤੇ ਲਿਖਿਆ, ਉਹ ਵੀ ਇੰਨਾ ਗਿਆਨਵਾਨ ਸੀ। ਇਹ ਗੱਲ ਰਾਮਚੰਦਰ ਬਾਰੇ ਨਹੀਂ ਲਿਖੀ, ਹਾਲਾਂਕਿ ਰਾਮਾ ਅਵਤਾਰ ਸਭ ਤੋਂ ਵੱਡਾ ਹੈ, ਇਹ ਗੱਲਾਂ ਨਹੀਂ ਲਿਖੀ ਉਹਦੇ ਬਾਰੇ। ਰਾਮਚੰਦਰ ਬਹੁਤ ਘੱਟ ਗਿਆਨਵਾਨ ਸੀ ਇਦੋਂ, ਇਹ ਗੱਲ ਅਲੱਗ ਹੈ। ਉਹਦੀ ਪੂਜਾ ਜ਼ਿਆਦਾ ਕਰਦੇ ਨੇ, ਕੀ ਕਰਦੇ ਨੇ ਕੀ ਨਾ ਕਰਦੇ ਨੇ। ਇਹ ਦੋ ਰਾਜੇ ਨੇ ਜਿਹੜੇ ਇਸ ਦੇ ਵਿੱਚ ਹੋਏ, ਰਾਮਚੰਦਰ ਨੂੰ ਕਿਤੇ ਤਪੱਸੀ ਔਰ ਤੇਜਸਵੀ ਨੇ, ਇਸੇ ਖਾਨਦਾਨ ਦੇ ਨੇ। ਉਹਨਾਂ ਦੇ ਨਾਂ 'ਤੇ ਸੂਰਜ ਬੰਸੀ, ਰਾਮ ਦੇ ਨਾਂ 'ਤੇ ਬੰਸ ਨਹੀਂ ਚੱਲਿਆ ਉਹਦਾ, ਰਾਗ ਦੇ ਨਾਂ 'ਤੇ ਬੰਸ ਚੱਲਿਆ। ਇਹਦਾ ਮਤਲਬ ਰਾਗ ਇਹਦੇ ਨਾਲ ਤਪੱਸਵੀ ਹੈ ਤਾਂ ਚੱਲਿਆ। ਰਾਗ ਉਹ ਗੱਲ ਦਸਰਤ ਹੋਇਆ। ਹਾਂਜੀ, ਤਿਨਕੇ ਬੰਸ ਵਿਖੇ ਰਗ ਭਇਓ, ਰਘੂ ਬੰਸੇ ਜਿਹੇ ਜਗੇ ਚੱਲਿਓ। ਰਘੂ ਬੰਸ ਤਾਂ ਚੱਲ ਪਿਆ, ਰਗ ਰਾਜਾ ਹੋਇਆ। ਸੂਰਜ ਬੰਸੀ ਸੀ ਰਘੂ ਰਾਜਾ, ਉਹ ਵੀ ਬੜਾ ਤੇਜਸਵੀ ਸੀ, ਤੇਜਸਵੀ ਆ ਕਰਕੇ ਤੇਜਸਵੀ ਸੀ, ਤਪੱਸਵੀ ਨਹੀਂ ਸੀ, ਤਪੱਸਵੀ ਨਹੀਂ ਸੀ, ਤੇਜਸਵੀ ਸੀ। ਤੇਜਸਵੀ ਹੋਣਾ ਹੋਰ ਗੱਲ ਹੈ, ਤਪੱਸਵੀ ਹੋਣਾ ਹੋਰ ਗੱਲ ਹੈ। ਤੇਜਸਵੀ ਹੁੰਦਾ ਜਿਹਨੂੰ ਅਕਲ ਜ਼ਿਆਦਾ ਹੋਵੇ, ਤਪੱਸਵੀ ਹੁੰਦਾ ਜਿਹੜਾ ਅਕਲ ਵਾਸਤੇ ਕਰਦਾ ਹੋਵੇ, ਅਕਲ ਵਾਸਤੇ ਘੋਲ ਕਰਦਾ ਹੋਵੇ, ਓੜ ਪੋੜ ਕਰਦਾ ਹੋਵੇ, ਪਰ ਕਾਮਯਾਬ ਨਾ ਹੋਇਆ ਹੋਵੇ ਅਜੇ। ਤਪੱਸਵੀ ਹੈ ਸ਼ਿਵਜੀ, ਤਪੱਸਿਆ ਤਾਂ ਸ਼ਿਵ ਕਰਦਾ, ਜੋਗੀ ਕਰਦੇ ਨੇ, ਗਿਆਨ ਨਹੀਂ ਹੈ ਜੋਗੀਆਂ ਨੂੰ, ਗਿਆਨ ਨਹੀਂ ਤਾਂ ਹੀ ਕਰੋ ਜ਼ਿਆਦਾ। ਤਾਤੇ ਪੁੱਤਰ ਹੋਤ ਭਇਓ ਅਜਵਰ, ਉਹਦੇ ਬੜੇ ਬੜੇ ਪੁੱਤਰ ਹੋਏ, ਜ਼ਬਰਦਸਤ ਤਾਕਤਵਰ ਅਜਬਰ, ਅਜਬਰ ਕਹਿੰਦੇ ਨੇ ਬੜੇ ਬੜੇ ਤਾਕਤਵਰ ਸ਼ਕਤੀਸ਼ਾਲੀ। ਮਹਾਰਥੀ ਅਰ ਮਹਾਧਨੁਰ ਧਰ, ਮਹਾਰਥੀ ਜੋਧੇ ਸੂਰਮੇ ਉਹਦੇ ਪੁੱਤਰ ਹੋਏ ਨੇ, ਜਿਹੜੇ ਕਿ ਧਨੁਰ ਧਰ ਤੇ ਧਨੁਸ਼ ਧਾਰੀ ਸੀ, ਧਨੁਸ਼ ਧਾਰੀ ਸੀ, ਬੜੇ ਜੋਧੇ ਸੀ, ਮਹਾਰਥੀ ਸੀ। ਮਹਾਰਥੀ ਕਹਿੰਦੇ ਨੇ ਉਦੋਂ ਮਹਾਰਥੀ ਯੋਧੇ ਜਨੋ, ਰਥ ਤਾਂ ਹੁੰਦਾ ਹੀ ਹੈ, ਮਹਾਰਥੀ ਬੜੇ ਤਕੜੇ ਯੋਧੇ ਨੂੰ ਕਹਿੰਦੇ ਨੇ। ਜਦ ਉਹ ਰਥ ਤੇ ਧਨੁਸ਼ ਲੈ ਕੇ ਚੜ੍ਹਦਾ ਹੈ, ਪਰ ਕੋਈ ਮੂਹਰੇ ਖੜਦਾ ਨਹੀਂ, ਜਿਹਦੇ ਨੂੰ ਮਹਾਰਥੀ ਕਹਿੰਦੇ ਨੇ। ਹਾਂਜੀ, ਜਬ ਤਿੰਨ ਭੇਸ ਜੋਗ ਕੋ ਲਿਓ, ਰਾਜ ਪਾਠ ਦਸ਼ਰਥ ਕੋ ਦਿਓ। ਇਹੀ ਰਾਜਾ ਰੰਗ ਹੈ, ਜਦ ਉਹਨਾਂ ਨੇ ਜਿਹੜੇ ਯੋਗ ਦਾ ਭੇਸ ਲੈ, ਯੋਗ ਦਾ ਭੇਸ ਲੈਂਦੇ ਹੁੰਦੇ ਸੀ ਅੱਗੇ, ਰਾਜੇ ਬਿਰਧ ਹੋ ਕੇ ਜੰਗਲ ਨੂੰ ਚਲੇ ਜਾਂਦੇ ਸੀ ਛੱਡ ਕੇ ਤਪੱਸਿਆ, ਫਿਰ ਗਿਆਨ ਲੈਣ, ਰਿਸ਼ੀਆਂ ਮੁਨੀਆਂ ਦੇ ਡੇਰਿਆਂ 'ਤੇ ਚਲੇ ਜਾਣ, ਕਥਾ ਕੀਰਤ ਉਹਨਾਂ ਦਾ ਸੁਣਨਾ, ਵੀ ਚਲੋ ਹੁਣ ਜੀਵਨ ਸਫਲਾ ਕਰ ਲਈਏ। ਰਾਜਪਾਟ ਦਸ਼ਰਥ ਕੋ ਦਿਓ, ਰਾਜਪਾਟ ਦਸ਼ਰਥ ਨੂੰ ਦੇ ਤਾ। ਹੋਤ ਪਿਓ ਵੈ ਮਹਾਂ ਧਨੁਰ ਧਰ, ਉਹ ਵੀ ਬੜਾ ਧਨੁਰ ਧਾਰੀ ਸੀ, ਦਸ਼ਰਥ ਵੀ ਬੜਾ ਯੋਧਾ ਸੀ, ਸੂਰਮਾ ਸੀ, ਧਨੁਰ ਧਰ ਸੀ ਉਹ ਵੀ, ਕਿਉਂਕਿ ਪਹਿਲਾਂ ਧਨੁਰ ਧਰ ਹੋਣਾ ਹੀ ਸੀ ਨਾ, ਰਾਹ ਧਨੁਰ ਧਰਾਂ ਦੀ ਸੀ। ਤੀਨ ਤ੍ਰਿਆਨ ਬਰਾ ਜਹਿ ਰੁਚਬਰ, ਬਰੀ ਹੋ ਰੁਚਬਰ ਕਰ,
तीन त्रियान बरा जह रुचिकर बरी बरी तीन त्रियान बरी जह रुचिकर ऐथे बरा लिखा हां गलत है बरी हुंदा तीन स्त्रियां जिने ब्याहियां जह रुचिकर रुचिकर अपनी इच्छा नाल इच्छा करके उन्हें तीन ब्याह कराए तीन त्रियान बरी जह रुचिकर तीन स्त्रियां नाल उन्हें ब्याह किया प्रथम ज्योता राम कुमारा पहली ने जड़ी सी उन्हें राम कुमार कुमारे लिखा देखो राम चंद राम कुमार नु जन्म दिता कुमार राजकुमार या राम कुमार लड़के नु कहते थे कुमार नाम तो होंगे लड़का कुमारी लड़की नु कहते राम कुमार नु जन्म दिता पहली ने देखो राम कुमार लिख रहे थे भगवान नहीं लिख रहे नाल अपना जो खानदान है क्यों बड़ियाई गल जायज गल रखे नजायज लोग अपने बड़ियाई लिखते ने पहली गल तो यह है जे कोई हिंदू इस गल लिखता पंडित राम कुमार नहीं लिख सकता रामचंद्र कहते दिखाओ लिखा हो श्री रामचंद्र लिखता या भगवान रामचंद्र लिखता राम कुमारा नहीं लिख सकता कितने लिखा है दिखाओ इन्ना घटिया लफ्ज रामचंद्र वास्ते वरते है घटिया है लफ्ज जिंद अज पूजा होंगी हो परमेश्वर के बराबर अज ओ वास्ते घटिया लफ्ज कोई नहीं वरतूगा क्योंकि बाद चे वरत्या है ना 200-300 साल पहला नहीं वरत्या है लफ्ज है कोई पंडित हिंदू नहीं वरत सकता है लफ्ज इन्ना घटिया लफ्ज नहीं वरत सकता राम कुमार कह दे प्रथम जी पहली जड़ी है कौशल्या है राम कुमार पहली जड़ी है कौशल्या है उन्हें राम कुमार नु जन्म दिता राम नाम दे किसे एक बच्चे नु जन्म दिता जेड़ा बच्चा उहदे जिन्ने जन्म दिता जिन्हों उहदा नाम राम कुमार रखा गया भरत लक्ष्मण सत्र बिदारा दूजिया ने भरत और शत्रुघ्न और लक्ष्मण यानी दूजी ने कल्ले लक्ष्मण नु जन्म दिता है सुमित्रा ने लक्ष्मण नु जन्म दिता के कई ने शत्रुघ्न और भरत नु जन्म दिता वो दो सके भाई ने बहुत काल ते राज कमाए शत्रुघ्न दो सके भाई ने रामचंद्र है ते चारे सके बाप करके मामा अड्ड ने बहुत काल ते राज कमाए बहुत देर तक उन्होंने राज किया रामचंद्र दे भरावां ने रामचंद्र ने काल पाए सुरपुरे सिधायो देखो काल पाए लिख दिता आखर आखर काल वस हो गए सुरपुर सिधायो सुरपुर सिधायो हुण काल वस हो गए भगवान मरदा हुंदा राम गयो रावण गयो ना राम है ना रावण दोए नहीं जाको पो परिवार जिहड़ा चलिया गया उहदी पूजा नहीं की जा सकती पूजा उस दी की जा सकती है जिहड़ा हाजर है हाजर राजे नूं मनिया जा सकता है गैर हाजर नूं नहीं मनदा कोई हाजर अफसर दी उह मानता हुंदी है गैर हाजर दी नहीं हुंदी जिहड़ा होवे ना जिहड़ा रामचंद्र दी असीं गल करदे हां गुरबाणी गल करदे उह हैगा हर वक्त है रहूगा भी उह सब दे अंदर है जेड़े रामचंद्र का यह प्रचार करते गोविंद दारो वो नहीं हैं वो डुप्लीकेट ने इन्होंने उन्होंने तो मूर्तियां बनाई हुई इन्होंने यदा मतलब है देह दे पुजारी ने आत्मा की मूर्ति नहीं बननी होंगी साडा आत्मा का संबंध है आत्मा की मूर्ति किवें बन जूगी ये आत्मा तो शरीर से उतरे आए शरीर की बनती होंगी मूर्ति मूर्ति आत्मा अमर होंगी आत्मा नहीं मरती समय दे नाल काल पाए सुरपुरे सिधायो समा आने दे उत्ते सुरपुर चले गए देवलोक आ देवलोक चले गए सी सुत बहर पाए दोए राजा सी सुत सीता दे बच्चे जड़े सी दोए सी सुत पाए दोए बहर पाए दोए राजा दोए सिया दे जड़े पुत्र थे ओ राजा बन गए राजपाट उन्हीं को छाजा रामचंद्र ने उन्होंने राज छड़ दिता अपना
ਰਾਜ ਉਹਨੂੰ ਦੇ ਦਿੱਤਾ, ਸੀਤਾ ਦੇ ਬੱਚੇ ਲੜਕਿਆਂ ਨੂੰ ਜਿਹਨਾਂ ਦਾ ਨਾਮ ਕੀ ਹੈ, ਅਸਲ ਚ ਚਾਰਾਂ ਦੀ ਔਲਾਦ ਸੀ ਇਹ, ਚਾਰੇ ਭਰਤ ਸ਼ਤਰੂਗਣ ਸਾਰਿਆਂ ਦੀ ਔਲਾਦ ਸੀ। ਚੂੰਕਿ ਲਸ਼ ਇਹਨਾਂ ਦਾ ਜਨਮ ਅੰਮ੍ਰਿਤਸਰ ਹੋਇਆ ਸੀ, ਲਵਰ ਕੁਛ ਦਾ ਸੀਤਾ ਇੱਥੇ ਹੀ ਰਹੀ ਸੀ, ਇੱਥੇ ਹੀ ਬਣਿਆ ਹੋਇਆ ਨਾ ਅੰਮ੍ਰਿਤਸਰ ਦੇ ਨੇੜੇ ਵਾਲਮੀਕ ਦਾ, ਜਿੱਥੇ ਸੀਤਾ ਇਹਦਾ ਜਨਮ ਹੋਇਆ ਇਹਨਾਂ ਦਾ। ਇਸ ਏਰੀਏ 'ਚੋਂ ਹੀ ਖਤਰਾ ਰਿਹਾ ਹਿੰਦੁਸਤਾਨ ਨੂੰ ਹਮਲੇ ਦਾ, ਪਾਕਿਸਤਾਨ ਵੱਲ ਤੇ ਅਫਗਾਨਿਸਤਾਨ ਤੇ, ਇੱਧਰਲਾ ਹਿੱਸਾ ਇਹਨਾਂ ਨੂੰ ਦਿੱਤਾ, ਇੱਥੇ ਹੀ ਇਹਨਾਂ ਨੇ ਘੋੜਾ ਫੜਿਆ ਸੀ, ਜਿਹੜੀ ਹਿਸਟਰੀ ਇਹਨਾਂ ਦੀ ਹੈ। ਸਾਰਾ ਹਿੰਦੁਸਤਾਨ 'ਚ ਘੋੜਾ ਫੜਿਆ, ਕਿਸੇ ਨੇ ਨਹੀਂ ਫੜਿਆ, ਜਾਂ ਇੱਥੇ ਆਇਆ ਇਹਨਾਂ ਨੇ ਫੜ ਲਿਆ ਵੀ ਘੋੜਾ ਕਿਹਦਾ ਹੈ। ਰਾਮ ਚੰਦਰ ਨੇ ਘੋੜਾ ਛੱਡਿਆ ਸੀ, ਸਾਰੇ ਰਾਹ ਤੇ ਇਹਨਾਂ ਨੇ। ਮਦਰ ਦੇਸ ਐ ਸੁਰਜਾ ਬਰੀ ਜਬ, ਇੱਥੇ ਹੀ ਜੰਗ ਹੋਇਆ, ਇੱਧਰ ਹੀ ਬੜੇ ਹੋਏ ਸੀ ਉਹ, ਇੱਧਰ ਨਾਲੇ ਉਹ ਦਿਲਚਸਪੀ ਇੱਧਰਲੀ ਬੋਲੀ ਸੀ ਉਹਨਾਂ ਦੀ, ਬੋਲੀ ਵੀ ਇੱਧਰਲੀ ਹੋਣੀ, ਜਿੱਥੇ ਜਵਾਨ ਹੋਏ ਨੇ ਉੱਥੇ ਦੀ ਬੋਲੀ ਹੋਣੀ, ਇੱਥੇ ਹੀ ਰਹੇ ਨੇ ਉਹ, ਇੱਧਰਲਾ ਹੀ ਰਾਜ ਦਿੱਤਾ ਉਹਨਾਂ ਨੂੰ, ਦੂਜਿਆਂ ਨੂੰ ਪਾਲਣਾ ਰਾਜ ਦੇ। ਹਾਂਜੀ, ਮਦਰ ਦੇਸ ਐ ਸੁਰਜਾ ਬਰੀ ਜਬ, ਮਦਰ ਦੇਸ ਕਹਿੰਦੇ ਨੇ ਪੰਜਾਬ ਨੂੰ, ਮਦਰ ਦੇਸ ਪੰਜਾਬ ਦਾ ਨਾਮ, ਪੰਜਾਬ ਦੇ ਵਿੱਚ ਉਹਨਾਂ ਦਾ ਵਿਆਹ ਕੀਤਾ। ਭਾਂਤ ਭਾਂਤ ਕੇ ਜਗ ਕੀਏ ਤਬ, ਭਾਂਤ ਭਾਂਤ ਦੇ ਜਗ ਕੀਤੇ ਉਦੋਂ, ਦਸਮ ਪਾਤਸ਼ਾਹ ਵੀ ਕਹਿੰਦੇ ਮਦਰ ਦੇਸ ਹਮਕੋ ਲੈ ਆਏ, ਫਿਰ ਆਊਗਾ ਮਦਰ ਦੇਸ, ਬਿਹਾਰ 'ਚ ਜਨਮ ਹੋਇਆ ਇਹਨਾਂ ਦਾ, ਕਹਿੰਦੇ ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾ ਹੀ ਅੰਦੋਲਨ ਆਏ, ਪੰਜਾਬ 'ਚ ਲੈ ਆਏ ਮੈਨੂੰ, ਮਦਰ ਦੇਸ ਪੰਜਾਬ ਦਾ ਨਾਮ। ਤਹੀਂ ਤਿਨੇ ਵਾਧੇ ਦੋਏ ਪੁਰਵਾ, ਮਦਰ ਦੇਸ ਦੇ ਵਿੱਚ ਉਹਨਾਂ ਨੇ ਦੋ ਸ਼ਹਿਰ ਬੰਨੇ ਨੇ, ਉਹਨਾਂ ਦੇ ਨਾਂ ਤੇ ਬੰਨੇ ਗਏ ਨੇ, ਏਕ ਕਸੂਰ ਦੁਤੀਆ ਲਾਹੌਰਵਾ, ਇੱਕ ਦੇ ਨਾਂ ਤੇ ਕਸੂਰ ਦੇ ਨਾਂ ਤੇ ਕਸੂਰ ਹੈ, ਲਹੂ ਦੇ ਨਾਂ ਤੇ ਲਾਹੌਰ ਹੈ, ਹਿਸਟੋਰੀਕਲ ਗੱਲ ਹੈ। ਜਿਹਨਾਂ ਨੂੰ ਇਹ ਇਤਰਾਜ਼ ਹੈ ਦੱਸਣ ਵੀ ਲਾਹੌਰ ਕਸੂਰ ਕਿਹਨੇ ਬੰਨੇ, ਕਿਵੇਂ ਬੰਨੇ ਗਏ, ਦੇਖੋ ਨਾ ਦੂਆ ਦੂਈ ਖੋਜ ਦੇਣ ਬਰਾਬਰ, ਇਹ ਗੱਲ ਗਲਤ ਹੈ, ਆਹ ਗੱਲ ਠੀਕ ਹੈ। ਇੱਕ ਆਦਮੀ ਇੱਕ ਚੀਜ਼ ਦਾ ਦਾਅਵਾ ਕਰਦਾ, ਦੂਜਾ ਉਹਨੂੰ ਸਾਬਤ ਕਰੇ, ਝੂਠ ਸਾਬਤ ਕਰੇ ਕਿਸੇ ਗੱਲ 'ਤੇ, ਸ਼ੰਕਾ ਨਾਲ ਨਹੀਂ ਕੋਈ ਬਣਦੀ ਅਦਾਲਤ, ਦੂਆ ਸਬੂਤ ਦੱਸੋ ਵੀ ਇਹ ਮੰਨੇ ਗਏ ਨਹੀਂ ਮੰਨੇ ਗਏ, ਕੌਣ ਮੰਨੂ ਤੁਹਾਡੀ ਗੱਲ। ਮੇਰਾ ਮਾਨੂ ਰੱਬ ਨੂੰ ਸਾਰੇ ਕਹਿੰਦੇ ਨੇ, ਰੱਬ ਹੈ ਨਹੀਂ, ਕਿਸੇ ਨੇ ਨਹੀਂ ਸੁਣੀ ਇਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਰੱਬ ਹੈ ਨਹੀਂ, ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਰੱਬ ਹੈ ਨਹੀਂ, ਕੀ ਦੁਨੀਆ ਮੰਨ ਗਈ, ਦੁਨੀਆ ਉਹਨਾਂ ਨੂੰ ਕਰੈਕ ਬਣਦੀ ਹੈ ਵੀ ਇਹ ਕਰੈਕ ਨੇ, ਜਿਹੜੇ ਨਹੀਂ ਰੱਬ ਨੂੰ ਮੰਨਦੇ ਉਹਨਾਂ ਨੂੰ ਕਰੈਕ ਬਣਦੇ ਨੇ ਲੋਕ, ਕਿ ਉਹਨਾਂ ਨੇ ਸਬੂਤ ਨਹੀਂ ਦਿੱਤਾ ਵੀ ਰੱਬ ਹੈ ਨਹੀਂ ਅੱਜ ਤੱਕ, ਇਵੇਂ ਹੀ ਆ ਲੋਕ ਕਰੈਕ ਨੇ ਸਾਰੇ ਹੀ, ਜਿਹੜੇ ਦਸ ਗ੍ਰੰਥ ਨੂੰ ਨਹੀਂ ਮੰਨਦੇ, ਸਬੂਤ ਨਹੀਂ ਦਿੱਤਾ ਇਹਨਾਂ ਨੇ ਕੋਈ, ਹੁਣ ਤੁਸੀਂ ਬਰਾਬਰ ਦਾ ਸਬੂਤ ਦੇਣੇ ਤੋਂ ਵੱਧ ਵੀ ਆਹ ਗੱਲ ਝੂਠ ਕਿਸੇ ਨੇ ਲਿਖੀ ਆ, ਅਸਲ 'ਚ ਆਹ ਗੱਲ ਹੈ, ਸਬੂਤ ਕੀ ਹੈ ਨਾ ਕੋਈ ਵੀ ਨਹੀਂ, ਇਹ ਕਰੈਕ ਨੇ, ਕਰੈਕ ਆਦਮੀ ਦਾ ਕੰਮ ਹੁੰਦਾ ਇਹੋ ਜਿਹਾ ਕਰਨ, ਜਿਹਨਾਂ ਦਿਮਾਗ ਕਰੈਕ ਹੋ ਜਾਂਦਾ ਨਾ, ਉਹਨਾਂ ਨੇ ਸ਼ੰਕਾ ਕਰ ਦੇਣੀ ਹੈ, ਸਬੂਤ ਆਪਣੇ ਕੋਲ ਕੀ ਹੈ, ਕੁਝ ਵੀ ਨਹੀਂ। ਪਰਮੇਸ਼ਰ ਹੈਰੀ ਦਾ ਸਬੂਤ ਨਾ ਦੇਣਾ ਔਰ ਹੈ ਨਹੀਂ ਕਹਿ ਦੇਣਾ ਕਹੀ ਜਾਣਾ, ਇਹ ਕਰੈਕ ਆਦਮੀ ਦਾ ਕੰਮ ਹੋ ਸਕਦਾ, ਇਹ ਸਾਰੇ ਕਰੈਕ ਨੇ, ਕਰੈਕ ਦੀ ਗੱਲ ਕੋਈ ਨਹੀਂ ਸੁਣਦਾ ਹੁੰਦਾ, ਆ ਕਰੈਕ ਨੇ ਬੈਠ ਕੇ ਗੱਲਬਾਤ ਕਰਨ ਦੀ ਵੀ ਲੋੜ ਨਹੀਂ ਹੁੰਦੀ, ਕਰੈਕ ਕੌਣ ਹੁੰਦਾ, ਮੂਰਖ, ਮੂਰਖ ਨਾਲ ਲਾ ਲੋ ਜੀ, ਇਹ ਬੜਾ ਖਰੇ ਹੋ ਬੁਝੀਏ, ਸਾਨੂੰ ਮਨਾ ਹੈ ਕਰੈਕ ਆਦਮੀ ਨੇ, ਉਹਨਾਂ ਦੀ ਗੱਲ ਸੁਣਨੀ, ਉਹਨਾਂ ਨਾਲ ਚਰਚਾ ਕਰਨੀ, ਚੁੱਪ ਕਰਕੇ ਤੁਸੀਂ ਆਪਣੇ ਰਾਹ ਚੱਲੀ ਜਾਓ, ਆਪੇ ਭੋਗ ਕੇ ਹਟ ਜਾਣਗੇ, ਕਰੈਕ ਨੇ, ਕਰੈਕ ਆਦਮੀ ਧਾਰਮਿਕ ਵੀ ਨਹੀਂ ਹੁੰਦਾ ਹੁੰਦਾ, ਕਰੈਕ ਕਿਸੇ 'ਤੇ ਵਿਸ਼ਵਾਸ ਨਹੀਂ ਕਰਦਾ ਹੁੰਦਾ, ਕਰੈਕ ਕਿਸੇ ਚੀਜ਼ 'ਤੇ ਵਿਸ਼ਵਾਸ ਨਹੀਂ ਕਰਦਾ, ਇਹ ਤਾਂ ਹੈ ਕਰੈਕ ਜੋਗਿੰਦਰ ਸਿੰਘ, ਉਹ ਦੂਆ ਬਾਂਸ, ਦਰਸ਼ਨ ਸਿੰਘ ਬਾਂਸ ਹੈ, ਜਿੱਥੇ ਜਹੇਦਾਰ ਰਿਹਾ, ਜਿੱਥੇ ਵਡਿਆਈ ਮਿਲੀ ਆ ਉਹਨੂੰ ਨਹੀਂ ਮੰਨਦਾ, ਅੱਜ ਤੂੰ ਸੀ, ਤੂੰ ਬੜਾ ਨੇਕ ਸੀਗਾ, ਉਹ ਜਦ ਤੂੰ ਬੈਠਾ ਸੀ ਫਿਰ ਤਾਂ ਅਕਾਲ ਤਖ਼ਤ ਠੀਕ ਸੀ, ਅੱਜ ਠੀਕ ਨਹੀਂ ਰਿਹਾ, ਤੇਰੇ ਕੋਲ ਨੇਕੀ ਦਾ ਲਾਇਸੈਂਸ ਕਿੱਥੋਂ ਆਇਆ, ਇਹਦਾ ਕੋਈ ਹੈ ਨਹੀਂ, ਤੇਰੇ ਕੋਲ ਸ਼ਰਾਬਤ ਦਾ ਲਾਇਸੈਂਸ ਕਿਹਨੇ ਦਿੱਤਾ, ਤੂੰ ਦਿਖਾ ਆਪਣਾ ਪਹਿਲਾਂ, ਬਾਂਸ ਬਣਾਈ ਬੂਢਿਆ ਐਸਾ ਬੂਢੋ ਮਤ ਕੋਏ, ਇਹ ਬਾਂਸ ਬਣ ਗਿਆ ਨਾ, ਚੱਕ ਕੇ ਉੱਥੇ ਲਾ ਦਿੱਤਾ, ਇਹਨੂੰ ਪਤਾ ਲੱਗ ਗਿਆ ਮੈਂ ਪਤਾ ਨਹੀਂ ਕੀ ਹੋ ਗਿਆ,
ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ। ਤੇਰੇ ਚ ਗੁਣ ਦੱਸ ਕੀ ਹੈ? ਅਕਾਲ ਤਖ਼ਤ ਦੀ ਜਹਿਰਾਨੀ ਤੇ ਬਾਤ ਹੈ ਬਾਜਾ ਛੱਡਤਾ, ਗੁਰੂ ਦੇ ਨਾਂ ਤੇ ਲੈ ਕੇ ਕੀਰਤਨ ਵੇਚਣ ਤੋਂ ਹਟ ਗਿਆ। ਜੇ ਹਟ ਜਾਂਦਾ ਫਿਰ ਬਾਂਸ ਨਹੀਂ ਸੀ ਤੂੰ, ਜੇ ਸੇਵਾ ਭਾਵਨਾ ਪੈਦਾ ਹੋ ਜਾਂਦੀ ਫਿਰ ਬਾਂਸ ਨਹੀਂ ਸੀ ਤੂੰ, ਜੇ ਮਾਇਆ ਦਾ ਮੋਹ ਤੇਰੇ ਚ ਚਲੇ ਜਾਂਦਾ ਬਾਂਸ ਨਹੀਂ ਸੀ ਤੂੰ, ਜੇ ਪਰਉਪਕਾਰ ਤੇਰੇ ਚ ਪੈਦਾ ਹੋ ਜਾਂਦਾ ਬਾਂਸ ਨਹੀਂ ਸੀ ਤੂੰ। ਤੂੰ ਤਾਂ ਬਾਂਸ ਦਾ ਬਾਂਸ ਹੀ ਹੈ। ਮੈਂ ਜੀ ਅਕਾਲ ਤਖ਼ਤ ਦਾ ਜਹਿਰਦਾਰ ਹੈ, ਬਾਂਸ ਹੈ, ਇਹ ਬਾਂਸ ਵਾਲੀ ਪ੍ਰਵਿਰਤੀ ਹੈ, ਚੰਦਨ ਵਾਲੀ ਪ੍ਰਵਿਰਤੀ ਨਹੀਂ ਹੈ। ਚੰਦ ਬਾਂਸ ਸੁਗੰਧ, ਤੇਰੇ ਸੁਗੰਧ ਕਿਉਂ ਨਹੀਂ ਪੈਦਾ ਹੋਈ? ਉਹ ਕਿਉਂ ਨਹੀਂ ਪੈਦਾ ਹੋਈ? ਪਰਉਪਕਾਰ ਕਿਉਂ ਨਹੀਂ ਪੈਦਾ ਹੋਇਆ? ਬਾਂਸ ਹੈ, ਉਹ ਇੱਕ ਕਰੈਕ ਹੈ, ਇੱਕ ਬਾਂਸ ਹੈ, ਪਰ ਦੋਏ ਨੇ। ਅਧਗਪੁਰੀ ਤੇ ਦਉ ਬਿਰਾਜੀ ਇੱਕ ਨਹੀਂ ਤੇਨੇ ਵਾਧੇ ਦੋ ਪਰਵਾ ਇੱਕ ਕਸੂਰ ਦੁਤੀਆ ਲਹਰਵਾ। ਹਾਂ, ਦੋ ਸ਼ਹਿਰ ਬਣ ਲਏ, ਇੱਕ ਨੇ ਲਾਹੌਰ, ਇੱਕ ਦੇ ਰਹਿੰਦੇ, ਇੱਕ ਦੇ ਨਾਂ ਤੇ ਕਸੂਰ ਹੈ। ਅਧਗਪੁਰੀ ਤੇ ਦਉ ਬਿਰਾਜੀ ਬਹੁਤ ਦੇਰ ਤੱਕ ਨਾ ਪੁਰੀਆਂ ਦੇ ਵਿੱਚ ਵਸੇ, ਬਿਰਾਜਮਾਨ ਰਹੇ, ਇੱਥੇ ਵਸੇ ਨੇ ਦੋਏ। ਉਹ ਦੇਖੋ ਨਾ, ਅੰਮ੍ਰਿਤਸਰ ਤੇ ਇਧਰਲੇ ਪਾਸੇ ਕਸੂਰ ਹੈ, ਇਧਰਲੇ ਪਾਸੇ ਲਾਹੌਰ ਹੈ, ਪਿਛਲੇ ਪਾਸੇ ਹੀ ਨੇ। ਅੰਮ੍ਰਿਤਸਰ ਦਾ ਜਲਮ ਹੈ ਤੇ ਲਾਹੌਰ ਔਰ ਕਸੂਰ ਕੀ ਰਾਵੀ ਦੇ ਪਰਲੇ ਪਾਸੇ ਹੀ ਨੇ। ਉਹ ਏਰੀਆ ਸਾਰਾ ਵਧੀਆ ਏਰੀਆ ਸੀ। ਹਾਂਜੀ, ਮਿਰਖ ਲੰਕ ਅਮਰਾਵਤੀ ਲਾਜੀ, ਇਸ ਪੁਰੀਆਂ ਐਸੀਆਂ ਪੁਰੀਆਂ ਉਹਨਾਂ ਨੇ ਬੰਨੀਆਂ, ਅਮਰਾਵਤੀ ਔਰ ਲੰਕਾ ਵੀ ਇਹਨਾਂ ਮੂਹਰੇ ਸ਼ਰਮਸਾਰ ਤੀ। ਬਹੁਤ ਕਾਲ ਤੇ ਰਾਜ ਕਮਾਇਓ, ਬਹੁਤ ਦੇਰ ਤੱਕ ਉਹਨਾਂ ਨੇ ਇੱਥੇ ਰਾਜ ਕੀਤਾ। ਜਾਲ ਕਾਲ ਤੇ ਅੰਤ ਫਸਾਇਓ, ਬਸ ਕਾਲ ਦੇ ਜਾਲ ਦੇ ਅੰਤ ਫਸਾ ਲੈ। ਤਿਣ ਤੇ ਪੁੱਤਰ ਪੋਤਰ ਜੇ ਵਏ, ਉਹਨਾਂ ਦੇ ਪੁੱਤ ਪੋਤਰ ਹੁੰਦੇ ਚਲੇ ਆਏ ਬਹੁਤ, ਔਰ ਰਾਜ ਚੱਲਦੀ ਆਈ ਉਹਨਾਂ ਦੀ। ਰਾਜ ਕਰਤ ਇਹ ਜਗ ਕੋ ਭਏ, ਰਾਜ ਕਰਦੇ ਰਹੇ ਸੰਸਾਰ ਦੇ ਵਿੱਚ ਉਹ ਵੀ, ਇਹ ਜਗ ਦੇ ਉੱਤੇ। ਕਹਾ ਲੱਗੇ ਤੇ ਵਰਨ ਸੁਣਾਉਂ, ਮੈਂ ਕਿੱਥੇ ਤੱਕ ਇਹ ਕਥਾ ਨੂੰ ਵਰਣ ਕਰੀ ਜਾਵਾਂ? ਤਿਨਕੇ ਨਾਮ ਨਾ ਸੰਖਿਆ ਪਾਉਂ, ਨਾ ਉਹਨਾਂ ਦੇ ਨਾਮ ਸੰਖਿਆ ਮੈਂ ਉਹਨੂੰ ਪਾ ਸਕਦਾ ਕਿਤੋਂ। ਕੋਈ ਐਸੀ ਹਿਸਟਰੀ ਲਗਾਤਾਰ ਨਹੀਂ ਮਿਲਦੀ ਕਿ ਉਹਨਾਂ ਦੀਆਂ ਮੈਂ ਪੀੜ੍ਹੀਆਂ ਗਣਾਵਾਂ ਤੁਹਾਨੂੰ। ਹੋਤ ਚਹੂੰ ਯੁਗ ਮੈਂ ਜੇ ਆਏ, ਉਹ ਸਾਰੇ ਸਮੇਂ ਦੇ ਵਿੱਚ ਹੁੰਦੇ ਹੀ ਚਲੇ ਆਏ ਨੇ। ਚਹੂੰ ਯੁਗ, ਚਾਰ ਯੁਗ ਨਹੀਂ ਹੈ ਅਸਲ ਦੇ ਵਿੱਚ, ਗੱਲ ਇਹ ਇੱਕ ਕਹਾਵਤ ਹੈ, ਵਰਤਿਆ ਜਾਂਦਾ ਚਾਰ ਯੁਗ, ਵਰਤਿਆ ਜਾਂਦਾ ਚਾਰਾਂ ਯੁਗ, ਕਿਉਂਕਿ ਯੁਗ ਬਦਲਦੇ ਨੇ, ਯੁਗ ਅਸਲ 'ਚ ਆਦਮੀ ਦੇ ਉੱਤੇ ਬਦਲਦੇ ਨੇ। ਸਤਯੁਗ ਬਦਲਦਾ, ਤ੍ਰੇਤਾ ਬਦਲਦਾ, ਦੁਆਪਰ ਬਦਲਦਾ, ਯੁਗ ਅੰਦਰ ਬਦਲਦੇ ਨੇ ਨਾ ਆਦਮੀ ਦੇ। ਯੁਗ ਓਦਾਂ ਨਹੀਂ ਮੰਨਦੀ ਬਾਣੀ, ਗੁਰਬਾਣੀ ਉਹਨਾਂ ਯੁਗਾਂ ਨੂੰ ਮੰਨਦੀ ਉਹ ਨਹੀਂ ਜਿਹੜੇ ਯੁਗ ਨੇ। ਚਾਰ ਯੁਗ ਇੱਥੇ ਲਿਖਦੇ, ਚਾਰ ਯੁਗ 'ਚ ਕਿਵੇਂ ਹੁੰਦੇ ਚਲੇ ਆਏ? ਤ੍ਰੇਤਾ ਤਾਂ ਹੈ ਉਹ, ਇਹ ਦੁਆਪਰ ਆਇਆ, ਕਲਯੁਗ ਆਇਆ, ਸਤਯੁਗ ਤਾਂ ਅਜੇ ਆਇਆ ਹੀ ਨਹੀਂ, ਚੌਥਾ ਯੁਗ ਕਿੱਥੇ? ਇਹ ਯੁਗ ਅੰਦਰ ਨੇ, ਯੁਗ ਤਾਂ ਆਦਮੀ ਦੇ ਅੰਦਰ ਨੇ, ਆਦਮੀ ਦੀ ਅਵਸਥਾ ਬਦਲਦੀ ਹੈ ਵਿੱਚ ਆਦਮੀ, ਇਹਨਾਂ ਦੇ ਕਰੂਰ ਵੀ ਪੈਦਾ ਹੋ ਗਏ ਕਦੇ। ਹੋਤ ਚਹੂੰ ਯੁਗ ਮੈਂ ਜੇ ਆਏ, ਤਿਨਕੇ ਨਾਮ ਨ ਜਾਤ ਗਣਾਏ, ਉਹਨਾਂ ਦੇ ਨਾਂ ਨਹੀਂ ਗਣਾਏ ਜਾ ਸਕਦੇ। ਜਿਸ ਵਕਤ ਆਦਮੀ ਗੁੱਸੇ 'ਚ ਹੈ ਯੁਗ ਹੋਰ ਹੈ, ਦਇਆ ਦੇ ਘਰ 'ਚ ਹੈ ਯੁਗ ਹੋਰ ਹੈ, ਗਿਆਨ ਦੇ ਘਰ 'ਚ ਹੈ ਯੁਗ ਹੋਰ ਹੈ, ਪਾਪ ਦੇ ਘਰ 'ਚ ਹੈ ਯੁਗ ਹੋਰ ਹੈ। ਕਿਸੇ ਵਕਤ ਪਾਪ ਦੇ ਘਰ 'ਚ ਬੈਠਾ ਆਦਮੀ, ਪਾਪ ਕਰ ਰਿਹਾ, ਅਨਿਆਇ ਕਰ ਰਿਹਾ, ਯੁਗ ਹੋਰ ਹੈ। ਜੋ ਅਬ ਤੋ ਕਿਰਪਾ ਬਲ ਪਾਉ, ਜੋ ਅਬ ਤੋ ਕਿਰਪਾ ਬਲ ਪਾਉ, ਜੇ ਹੁਣ ਮੈਂ ਤੇਰੀ ਕਿਰਪਾ ਦਾ ਜਿਹੜੀ ਹੈ ਸ਼ਕਤੀ ਕਿਰਪਾ ਜੋ ਮਿਲਣੀ ਹੈ, ਬਲ ਪਾਵਾਂ, ਬੁੱਧ ਬਲ ਪਾਵਾਂ, ਤੇਰੀ ਕਿਰਪਾ ਦਾ ਬੁੱਧ ਦੁਆਰਾ ਮੈਨੂੰ ਬੁੱਧ ਬਲ ਦੀ ਬਖਸ਼ਿਸ਼ ਹੋਵੇ। ਨਾਮ ਜਥਾ ਮਤ ਭਾਖ ਸੁਣਾਉ, ਮੈਂ ਥੋੜ੍ਹਾ ਜਿਹਾ ਨਾਮ ਗਿਣ ਦਿੰਦਾ ਉਹਨਾਂ ਦੇ, ਕੁਛ ਨਾਮ ਮੈਂ ਦੱਸ ਦਿੰਦਾ ਇੱਥੇ। ਕਾਲ ਕੇਤ ਔਰ ਕਾਲ ਰਾਏ ਭਣ, ਦੇਖੋ ਇੱਥੇ ਆ ਕੇ ਕਾਲ ਕੇਤ ਔਰ ਕਾਲ ਰਾਏ ਭਣ, ਕਾਲ ਕੇਤ ਹੈ ਇੱਕ ਦਾ ਨਾਮ, ਇੱਕ ਕਾਲ ਰਾਏ ਹੈ। ਜਿਣਤੇ ਉਹਨਾਂ ਦੇ ਕਹੇ ਜਾਂਦੇ ਸੀ, ਦੋ ਨਾਂ ਲਏ ਜਾਂਦੇ ਸੀ, ਕਾਲ ਕੇਤ ਔਰ ਕਾਲ ਰਾਏ। ਜਿਣਤੇ ਭਏ ਪੁੱਤਰ ਘਰ ਅਣਗਣ, ਜਿਹਨਾਂ ਦੇ ਘਰ ਬੜੀ ਲੰਬੇ ਚੌੜੀ ਔਲਾਦ ਹੋਈ, ਬੜੇ ਅਣਗਿਣਤ ਪੁੱਤਰ ਪੈਦਾ ਹੋਏ। ਕਾਲ ਕੇਤ ਭਇਓ ਬਲੀ ਅਪਾਰਾ, ਕਾਲ ਕੇਤ ਬੜਾ ਬਲੀ ਹੋਇਆ, ਬਹੁਤ ਸ਼ਕਤੀਸ਼ਾਲੀ ਹੋ ਗਿਆ।
ਕਾਲ ਕੇਸ ਸੀ ਜਿਹੜਾ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ। ਕਾਲ ਰਾਏ ਜੀ ਨੇ ਨਗਰ ਨਕਾਰਾ, ਆਪਸ ਵਿੱਚ ਹੀ ਭਿੜ ਗਏ ਦੋਏ, ਰਾਜੇ ਸੀ ਨਾ ਲਾਹੌਰਦਾਰ ਕਸੂਰ ਦਾ, ਉਹਨੇ ਕਾਲ ਰਾਏ ਨੂੰ ਆਪਣੇ ਉਹਦੇ ਜਿੱਤ ਲਿਆ, ਭੁੱਲ ਭੱਲ ਗਏ ਵੀ ਅਸੀਂ ਇੱਕੋ ਖਾਨਦਾਨ, ਵਿਸਰ ਗਈ ਗੱਲ, ਆਪਸ ਵਿੱਚ ਹੀ ਭਿੜ ਗਏ, ਦੂਜੇ ਨੂੰ ਕਾਲ ਰਾਏ ਤੇ ਇਹਨੂੰ ਨਗਰ ਨਕਾਰਾ, ਕਾਲ ਰਾਏ ਨੂੰ ਕੱਢ ਦਿੱਤਾ। ਪਹਾੜ ਸਨੌੜ ਦੇਸ਼ ਤੇ ਗਏ, ਉਹ ਇੱਧਰ ਦੱਖਣ ਨੂੰ ਚਲਾ ਗਿਆ, ਸਨੌੜ ਦੇਸ਼ ਨੂੰ ਜਾਣਾ ਕਿੱਥੇ ਸੀ, ਹੋਰ ਇੱਧਰ ਉੱਪਰ ਨੂੰ ਤਾਂ ਜਾਂਦੇ ਨਹੀਂ, ਸਨੌੜ ਦੇਸ਼ ਨੂੰ ਚਲੇ ਗਏ ਦੱਖਣ ਚ ਨੂੰ। ਤਹੀਂ ਭੂਪਜਾ ਵਿਆਹਤ ਭਏ, ਉੱਥੇ ਦੀ ਜਾ ਕੇ ਇੱਕ ਰਾਜਾ ਸੀਗਾ, ਰਿਆਸਤ ਸੀ ਕੋਈ, ਉਹ ਰਾਜੇ ਦੀ ਇੱਕੋ ਲੜਕੀ ਸੀ, ਉਹਦੇ ਨਾਲ ਵਿਆਹ ਹੋ ਗਿਆ, ਰਾਜੇ ਨੇ ਘਰ ਉੱਥੇ ਚਲੇ ਗਏ, ਕੁਛ ਫੌਜ ਜਿਹੜੀ ਭੱਜੀ ਸਨੌੜ ਦੇਸ਼ ਦੇ ਵਿੱਚ, ਉਹਨੇ ਇੱਕ ਭੂਪਜਾ ਹੁੰਦਾ ਹੈ ਰਾਜੇ ਦੀ ਲੜਕੀ, ਕਹਿੰਦੇ ਉਹਦੇ ਨਾਲ ਵਿਆਹ ਹੋ ਗਿਆ, ਵਿਆਹ ਹੋ ਗਿਆ ਤੇ ਪੁੱਤਰ ਭਇਓ ਜੋ ਧੰਮ, ਉੱਥੇ ਉੱਤੇ ਜੋ ਬੱਚਾ ਜਨਮਿਆ ਉਸ ਘਰ ਦੇ ਵਿੱਚ, ਸੋਢੀ ਰਾਏ ਤਾਂ ਰਾਤ ਹੈਨਮ, ਸੋਢੀ ਰਾਏ ਤਾਂ ਰਾਤ ਹੈਨਮ, ਉਹਦਾ ਨਾਂ ਸੋਢੀ ਰਾਏ ਰੱਖਿਆ, ਇਹ ਤੋਂ ਸੋਢ ਵੰਸ਼ ਪਰ ਚੱਲਿਆ। ਹੁਣ ਸੂਰਜ ਵੰਸ਼ ਤੇ ਰਘੂ ਕੁਲ ਤੇ ਆ ਗਏ, ਸੋਢੀ ਵੰਸ਼ ਤੱਕ ਆ ਗਏ, ਸੂਰਜ ਵੰਸ਼ ਤੋਂ ਚੱਲ ਕੇ ਰਘੂ ਕੁਲ ਦੇ ਬਿਜਲੀ ਆਉਂਦੇ ਹੋਏ ਸੋਢੀ ਵੰਸ਼ ਤੱਕ ਆ ਗਏ। ਇਹ ਇੱਕ ਇਤਿਹਾਸ ਹਿਸਟਰੀ, ਇਹ ਹਿਸਟਰੀ ਹੈ, ਇਸ ਹਿਸਟਰੀ ਨੂੰ ਜਿਹਨਾਂ ਨੇ ਨਹੀਂ ਮੰਨਦੇ ਉਹ ਇਹਨੂੰ ਗਲਤ ਸਾਬਤ ਕਰਨ, ਪਰੂਫ ਦੇਣ, ਕੋਈ ਗੱਲ ਤਾਂ ਇਹ ਸੀ ਨਾ ਪਰੂਫ ਦੇਣ ਦੀ, ਪਰੂਫ ਦੇਣ ਵਾਲੇ ਪਾਸੇ ਨੂੰ ਜਾਂਦੇ ਨਹੀਂ, ਮੈਂ ਨਾ ਮਾਨੂੰ ਕਰੀ ਜਾਂਦੇ ਹੋ, ਬਾਕੀ ਇੱਕ ਵੰਸ਼ ਚੱਲਦਾ ਪਿੱਛੇ, ਜਿਹੜੇ ਹੁਣ ਸਾਡੇ ਬਾਅਦ ਪੈਦਾ ਹੋਣਗੇ ਉਹ ਸਾਡੇ ਚੋਂ ਹੀ ਪੈਦਾ ਹੋਣਗੇ ਨਾ। ਸਿੱਖ ਕਿੱਥੋਂ ਪੈਦਾ ਹੋਏ ਤੁਸੀਂ ਇਹ ਦੱਸੋ ਫਿਰ। ਲਓ ਜੀ ਰਾਮਚੰਦਰ ਦੀ ਔਲਾਦ ਨਹੀਂ, ਹੋਰ ਕਿਹਦੀ ਔਲਾਦ ਹੋ ਤੁਸੀਂ, ਦੱਸੋ ਫਿਰ, ਦੂਆ ਪ੍ਰੂਫ ਦਾ ਹੋਣਾ ਬਰਾਬਰ। ਉਹਨਾਂ ਨੇ ਤਾਂ ਕਹਿ ਦਿੱਤਾ, ਕਿਸੇ ਆਦਮੀ ਨੇ ਕਹਿ ਦਿੱਤਾ, ਚਲੋ ਜਿਹਨੇ ਵੀ ਲਿਖਿਆ, ਤੁਸੀਂ ਤਾਂ ਮੰਨਦੇ ਨਹੀਂ ਨਾ ਦਸਮ ਪਾਤਸ਼ਾਹ ਦੀ ਲਿਖਤਾ, ਅਸੀਂ ਤਾਂ ਮੰਨਦੇ ਹਾਂ, ਤੁਸੀਂ ਦੱਸੋ ਵੀ ਅਸਲੀ ਗੱਲ ਆ ਸੀ ਆ ਗਲਤ ਲਿਖੀ ਹੋਈ ਹੈ, ਤੁਹਾਡੇ ਤਾਂ ਕੋਈ ਜ਼ਿੰਮੇਵਾਰੀ ਹੋਣੀ, ਕੋਈ ਇੰਨਾ ਹੀ ਜਾਣਦੇ ਵੀ ਅਸੀਂ ਸ਼ੰਕਾ ਕਰ ਦੇਣੀ ਹੈ, ਸਮਾਧਾਨ ਕੋਈ ਨਹੀਂ ਸਾਡੇ ਕੋਲ, ਕੌਣ ਮੈਨੂੰ ਤੁਹਾਡੀ ਗੱਲ, ਸਾਨੂੰ ਕੀ ਲੋੜ ਆ ਤੁਹਾਨੂੰ ਸੈਟਿਸਫਾਈ ਕਰਾਈਏ, ਅਸੀਂ ਸੈਟਿਸਫਾਈ ਆਪ ਹੋਣਾ ਹੁੰਦਾ, ਦੂਏ ਨੂੰ ਨਹੀਂ ਕਰਾਈਦਾ। ਧਰਮ ਦੇ ਕੰਮ ਦੇ ਵਿੱਚ, ਧਰਮ ਦੀ ਦੁਨੀਆਂ ਦੇ ਵਿੱਚ ਸੈਟਿਸਫੈਕਸ਼ਨ ਆਪਣੀ ਹੈ, ਦੂਏ ਦੀ ਤੁਸੀਂ ਨਹੀਂ ਕਰਾ ਸਕਦੇ ਕਦੇ ਵੀ, ਜਿਹੜਾ ਦੂਏ ਦੀ ਸੈਟਿਸਫੈਕਸ਼ਨ ਕਰਾਉਣ ਲੱਗ ਜੂਗਾ ਆਪਣੀ ਰਹਿ ਜਾਂਦੀ ਹੈ, ਉਹਦੀ ਸੈਟਿਸਫਾਈ ਆਪਣੇ ਮਨ ਨੂੰ ਕਰਾ ਕੇ ਮਨਾਉਣਾ ਹੈ, ਆਪਣੇ ਮਨ ਤੋਂ ਮਾਇਆ ਛਡਾਉਣੀ ਹੈ, ਸੈਟਿਸਫੈਕਸ਼ਨ ਇਹ ਹੈ। ਇਹ ਧਰਮ ਦੀ ਦੁਨੀਆਂ ਨਾਲ ਰਿਲੇਟਡ ਗੱਲ ਹੈ, ਕੋਈ ਹਿਸਟਰੀ ਨਹੀਂ ਹੈ, ਇਹਨੂੰ ਅਸੀਂ ਹਿਸਟਰੀ ਕਰਕੇ ਨਹੀਂ ਮੰਨ ਰਹੇ, ਇਹ ਧਰਮ ਦੇ ਚੈਪਟਰ ਦੇ ਵਿੱਚ ਆ ਸਾਡੇ ਕੋਲ ਗੱਲ, ਧਰਮ ਦੇ ਵਿਸ਼ਵਾਸ ਨਾਲ ਸੰਬੰਧਿਤ ਹੈ ਗੱਲ, ਸੈਟਿਸਫਾਈ ਆਪਣੇ ਆਪ ਨੂੰ ਕਰਾਉਣਾ ਅਸੀਂ, ਤੁਸੀਂ ਨਹੀਂ ਹੋਣਾ ਨਾ ਹੋਵੋ, ਤੁਸੀਂ ਤਾਂ ਬਾਣੀ ਨਾਲ ਵੀ ਨਹੀਂ ਹੋਇਆ ਸੈਟਿਸਫਾਈ, ਜੇ ਗੁਰਬਾਣੀ ਨਾਲ ਸੈਟਿਸਫਾਈ ਹੋਏ ਹੁੰਦੇ ਤੁਸੀਂ ਅਖਬਾਰ ਨਾ ਚਲਾਉਂਦੇ, ਅਖਬਾਰ ਚਲਾਉਣ ਦੀ ਲੋੜ ਨਹੀਂ ਹੈ, ਕਿਸੇ ਵੀ ਧਾਰਮਿਕ ਬੰਦੇ ਨੇ ਅਖਬਾਰ ਨਹੀਂ ਚਲਾਇਆ ਕਦੇ, ਅਖਬਾਰ ਤੁਸੀਂ ਝੂਠ ਲਿਖਦੇ ਹੋ, ਜਿਹਦੀ ਅੱਜ ਨਿੰਦਿਆ ਕਰਦੇ ਹੋ ਕੱਲ੍ਹ ਉਹਦੀ ਉਸ ਛਾਪਦੇ ਨੇ, 50,000 ਰੁਪਈਆ ਦੇ ਦਿਓ ਉਹਦੀ ਐਡ ਲਾ ਦੋਗੇ, ਤੁਸੀਂ ਤਾਂ ਮਾਇਆ ਦੇ ਵਪਾਰੀ ਹੋ, ਫਿਰ ਬੱਕਰ ਤੋਂ ਖਿਲਾਫ਼ ਬੋਲਦੇ ਨੇ, 1,00,000 ਰੁਪਈਆ ਦੇ ਦੇਣ ਪੂਰੇ ਪੇਜ ਦਾ ਇਸ਼ਤਿਹਾਰ ਲਾ ਦੋਗੇ ਤੁਸੀਂ, ਫਿਰ ਤੂੰ ਤਾਂ ਪੈਸੇ ਨਾਲ ਖਰੀਦੇ ਜਾ ਸਕਦੇ ਹੋ, ਜਿਹੜਾ ਆਦਮੀ ਖਰੀਦਿਆ ਜਾ ਸਕਦਾ ਉਹ ਧਾਰਮਿਕ ਨਹੀਂ ਹੁੰਦਾ, ਬਕਾਊ ਆਦਮੀ ਧਾਰਮਿਕ ਨਹੀਂ ਹੋ ਸਕਦਾ, ਤੁਸੀਂ ਤਾਂ ਬਕਾਊ ਹੋ, ਉਹ ਗੱਲਾਂ ਕਰਦੇ ਹੋ ਧਰਮ ਦੀਆਂ, ਖਰੀਦ ਲਵੇ ਤੁਹਾਨੂੰ ਚਾਂਦੀ ਦੀ ਜੁੱਤੀ ਮਾਰ ਕੇ ਕੋਈ ਸਿਰ 'ਚ ਤੁਹਾਡੇ, ਤੁਸੀਂ ਤਾਂ ਚਾਂਦੀ ਦੀ ਜੁੱਤੀ ਨਾਲ ਖਰੀਦੇ ਜਾ ਸਕਦੇ ਹੋ, ਚਾਂਦੀ ਦੀ ਜੁੱਤੀ ਨਾਲ ਖਰੀਦਿਆ ਹੋਇਆ, ਚਾਂਦੀ ਦੀ ਜੁੱਤੀ ਨਾਲ ਚੱਲਣ ਵਾਲਾ ਆਦਮੀ ਆਪਣੇ ਧਰਮ ਦੇ ਵਿੱਚ ਦਖਲ ਦੇਵੇ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ, ਸ਼ਰਮ ਆਉਣੀ ਚਾਹੀਦੀ, 1,00,000 ਸਿਰਫ 1,00,000 ਰੁਪਈਏ ਨਾਲ, ਇਹ 2,00,000 ਨਾਲ ਜ਼ਮੀਰ ਕੀ ਹੈ ਤੁਹਾਡੇ 'ਚ, ਜ਼ਮੀਰ ਇਹ ਨਹੀਂ ਹੈ ਆਦਮੀਆਂ ਦੀ, ਇੱਥੇ ਦੁਨੀਆਂ ਦਾ ਸਾਰੀ ਦੁਨੀਆਂ ਦਾ ਰਾਜ ਦੇਵੇ ਧਾਰਮਿਕ ਆਦਮੀ ਦਾ, ਤਾਂ ਨਹੀਂ ਸਮਝਦੇ ਹੁੰਦੇ ਕੁਛ, ਤੁਹਾਡੀ ਜ਼ਮੀਰ ਕੀ ਹੈ, ਆਪਣੇ ਅੰਦਰ ਝਾਕ ਕੇ ਦੇਖੋ ਜ਼ਮੀਰ ਕੀ ਹੈ ਤੁਹਾਡੀ, ਹੈ ਜੀ ਅਸੀਂ ਤਾਂ ਸਾਡਾ ਅਖਬਾਰ ਹੈ ਐਡ ਕੋਈ ਦੇ ਦੇਵੇ ਲਾਏ ਦੇਣੀ,
ਚੰਦ ਦੀ ਜੁੱਤੀ ਜੰਮਣਗੀ ਨੂੰ। ਇਹ ਤਾਂ ਸਾਬਤ ਹੋ ਜਾਂਦਾ ਹੈ, ਸਿਰਫ ਅਖਬਾਰ ਚਲਾਉਣ ਤੇ ਸਮਾਜ ਤੇਰੀ ਜ਼ਮੀਰ ਛੋਰ ਹੈ ਹੀ ਕੁਛ ਨਹੀਂ, ਇਹ ਤੋਂ ਵੱਡਾ ਪ੍ਰੂਫ ਹੈ ਨਹੀਂ ਕੋਈ। ਉਹ ਪਾਗਲ ਨਹੀਂ ਜਿਹੜੇ ਤੇਰੇ ਇਸ਼ਤਿਹਾਰ ਛਪਾ ਲੈਂਦੇ ਨੇ, ਜਿਹੜੇ ਤੁਹਾਨੂੰ ਪੈਸੇ ਦੇ ਕੇ ਇਸ਼ਤਿਹਾਰ ਕਢਾਉਂਦੇ, ਤੇਰੇ ਨੂੰ ਬਹੁਤ ਸਿਆਣੇ ਨੇ, ਤੈਨੂੰ ਸਾਬਤ ਕਰਤਾ ਤੇਰੇ ਅੰਦਰ ਜ਼ਮੀਰ ਹੀ ਨਹੀਂ ਹੈ। ਉਹਨਾਂ ਨੇ ਉਹ ਇਸ਼ਤਿਹਾਰ ਤਾਂ ਉਹਨਾਂ ਨੇ ਜਾਣ ਕੇ ਦਿੱਤਾ, ਉਹ ਕਹ ਪਾਗਲ ਨੇ ਤੈਨੂੰ ਖਰੀਦ ਲਿਆ, ਉਹਦੇ ਤੇਰੇ ਐਡ ਲਵਾ ਲਈ, ਤੇ ਤਿਲ ਲਵਾ ਲਈ। ਤੂੰ ਕਹਿ ਮੈਨੂੰ 100 ਕਰੋੜ ਰੁਪਈਆ ਰੁਪਏ ਮੈਂ ਤਾਂ ਨਹੀਂ ਉਹਦੀ ਲਾਉਣੀ, ਉਹ ਆਦਮੀ ਇਸ ਕਾਬਲ ਨਹੀਂ ਹੈ। ਫਿਰ ਕਾਬਲ ਹੋ ਗਿਆ ਜੇ ਪੈਸੇ ਦਿੱਤੇ, ਫਿਰ ਕਾਬਲ ਹੋ ਗਿਆ ਉਹੀ, ਨਾ ਤੈਨੂੰ ਪੈਸੇ ਦੇਵੇ ਫਿਰ ਕਾਬਲ ਕੋਈ ਨਹੀਂ। ਇਹ ਲੋਕ ਧਰਮ ਵਿੱਚ ਦਖਲ ਦੇਣ, ਕੌਣ ਪੁੱਛੂ ਤੁਹਾਨੂੰ। ਤੁਹਾਡੀ ਰਾਏ ਧਰਾਤੇ ਨਾਮਾ, ਜਿਹੜਾ ਉੱਥੇ ਬੱਚਾ ਪੈਦਾ ਹੋਇਆ ਨਾ, ਉਹਦਾ ਨਾਂ ਸੋਢੀ ਰਾਏ ਰੱਖਿਆ। ਹਾਂਜੀ, ਵੰਸ ਸਨੋੜ ਤਾ ਦਿਨ ਤੇ ਥੀਆ, ਸਨੋੜ ਵੰਸ ਹੈ, ਅਸਲ ਚ ਸੋਢੀ ਨਹੀਂ, ਸਨੋੜ ਵੰਸ ਹੈ, ਜਾ ਤੇ ਸਨੋੜ ਇਹ ਦੇਸ਼ ਸੀ, ਸਨੋੜ ਵੰਸ ਹੈ, ਇਹ ਵਿਗੜ ਕੇ ਬਣਿਆ ਹੋਇਆ। ਸਨੋਢੀ ਲਫ਼ਜ਼ ਸੀ, ਸੋਢੀ ਰਾਏ ਉਹਦਾ ਨਾਂ ਸੀ। ਇਹਨਾਂ ਨੂੰ ਸਨੋਢੀ ਕਹਿਣ ਲੱਗ ਗਏ, ਜਿਵੇਂ ਕਹਿਣ ਲੱਗ ਜਾਂਦੇ ਨੇ ਨਾ ਪੰਜਾਬੀ, ਆਪਾਂ ਨੂੰ ਪੰਜਾਬ ਵਾਲਿਆਂ ਨੂੰ ਪੰਜਾਬੀ ਕਹਿੰਦੇ ਨੇ, ਇਵੇਂ ਸਨੋਢੀ ਕਹਿਣ ਲੱਗ ਗਏ ਉਹਨਾਂ ਨੂੰ। ਹਾਂਜੀ, ਪਰਮ ਪਵਿੱਤਰ ਪੁਰਖ ਜੋ ਜੂ ਕੀਆ, ਇਹ ਤਾਂ ਪਰਮ ਪੁਰਖ ਨੇ ਜਿਹੜਾ ਕੀਤਾ, ਖੇਡ ਕੀਤੀ, ਉੱਥੇ ਗਏ ਹਾਰ ਗਏ, ਉੱਥੇ ਚਲੇ ਗਏ, ਵਿਆਹ ਹੋ ਗਿਆ, ਉੱਥੇ ਬੱਚਾ, ਇਹ ਤਾਂ ਪਰਮ ਪੁਰਖ ਦੀ ਖੇਡ ਹੈ ਨਾ। ਦੇਖੋ ਆ ਗਏ ਫਿਰ ਖੇਡ ਤੇ ਆ ਗਈ ਗੱਲ, ਪਰਮ ਪੁਰਖ ਦੀ ਖੇਡ ਹੈ ਨਾ। ਇਹ ਨਾਟਕ ਹੈ, ਇਹੀ ਤਾਂ ਨਾਟਕ ਹੈ, ਪਰਮ ਪੁਰਖ ਦੀ ਵਿਚਿੱਤਰ, ਸੱਚਾ ਨਾਟਕ ਹੈ ਇਹ। ਵਿਚਿੱਤਰ ਨਾਟਕ ਦਾ ਮਤਲਬ ਸੱਚਾ ਨਾਟਕ, ਨਾਟਕ ਝੂਠਾ ਨਹੀਂ ਹੁੰਦਾ, ਝੂਠੇ ਦੁਨੀਆ ਲਿਖਦੀ ਹੈ। ਉਹ ਜਿਹੜਾ ਕਹਿੰਦੇ ਸਾਡੇ ਵੀ ਨਾਟਕ ਹੈ ਜੀ, ਨਾਟਕ ਸੱਚਾ ਹੁੰਦਾ ਨਹੀਂ, ਇਹ ਸੱਚਾ ਨਾਟਕ ਲਿਖਿਆ ਹੋਇਆ, ਝੂਠਾ ਨਹੀਂ ਹੈ। ਵਿਚਿੱਤਰ ਤਾਂ ਹੈ, ਨਾਟਕ ਝੂਠੇ ਹੁੰਦੇ ਨੇ, ਇਹ ਝੂਠਾ ਹੈ ਨਹੀਂ। ਵਿਚਿੱਤਰ ਦਾ ਮਤਲਬ ਇਹ ਹੈ, ਜਿਹੜੇ ਹੱਕ ਜੇ ਨੇ ਨਾ 10 ਵਾਰਾਂ ਦੇ, ਉਹ ਵੀ ਨੋਟ ਕਰ ਲੈਣ ਇਸ ਗੱਲ ਨੂੰ, ਪਾਗਲ ਨਾ ਬਣਨ। ਅਸਲ 'ਚ ਉਹਨਾਂ ਪਾਗਲਾਂ ਨੇ ਅੜਜਾਈ ਹੈ ਗੱਲ, ਜ਼ਿਆਦਾ ਗਿਆਨ ਇਹਨਾਂ ਨੂੰ ਵੀ ਹੈ ਨਹੀਂ, ਹੱਕ ਵਾਲਿਆਂ ਨੂੰ ਅੜਜਾ ਤਾਂ ਦਿੱਤੀ ਨਾ, ਬੋਲਦੇ ਚੰਗੀ ਗੱਲ ਸੀ, ਘੱਟ ਬੋਲੇ ਆਦਮੀ ਜਿਹਦਾ ਜਿਹੜੀ ਗੱਲ ਦਾ ਪਤਾ ਨਾ ਹੋਵੇ, ਚੁੱਪ ਰਹੇ ਠੀਕ ਹੁੰਦਾ, ਬਿਆਨ ਦੇ ਕੇ ਉਲਟ ਕਰ ਦਿੰਦੇ ਨੇ ਗੱਲ, ਨਾ ਬਿਆਨ ਦਿਓ। ਕੁੱਤਾ ਭੌਂਕਦਾ, ਤੁਸੀਂ ਉਹਦੇ ਨਾਲ ਜ਼ਰੂਰ ਭੌਂਕਣਾ, ਭੌਂਕੀ ਜਾਣ ਦਿਓ, ਤੁਹਾਨੂੰ ਕੀ ਹਾਥੀ ਬਣ ਕੇ ਚੱਲਦੇ ਰਹੋ। ਜਿਹੜੀ ਗੱਲ ਦੀ ਗਾਰੰਟੀ ਨਹੀਂ ਹੈ, ਉਹ ਹੱਕ ਵਾਲਾ ਨਹੀਂ ਬੋਲਦਾ ਹੁੰਦਾ, ਗਾਰੰਟੀ ਤਾਂ ਮੈਨੂੰ ਸੱਚੇ ਬੋਲਦਾ ਹੁੰਦਾ, ਨਹੀਂ ਤਾਂ ਉਹਦਾ ਰੂਪ ਹੋਰ ਹੋ ਜਾਂਦਾ। ਇਹ ਵਿਚਿੱਤਰ ਨਾਟਕ ਹੈ, ਚਿੱਤਰ ਵਿਚਿੱਤਰ ਇਹ ਹੈ ਬਚੇਰਾ, ਕਬੀਰ ਕਹਿ ਕੇ ਚੱਲਿਆ ਹੋਇਆ, ਉਹਦੇ ਨਾਲ ਰਿਲੇਟਡ ਹੈ ਗੱਲ ਇਹ। ਵਿਚਿੱਤਰ ਲਫ਼ਜ਼ ਉੱਥੋਂ ਆਇਆ ਹੋਇਆ, ਗੁਰਬਾਣੀ 'ਚੋਂ ਵਿਚਿੱਤਰ ਲਫ਼ਜ਼ ਆਇਆ ਹੋਇਆ, ਕਬੀਰ ਦੀ ਬਾਣੀ 'ਚੋਂ ਇਹਦੇ ਨਾਲ ਵਿਚਿੱਤਰ ਤਾਂ ਲੱਗਿਆ। ਚਿੱਤਰ ਵਿਚਿੱਤਰ ਇਹ ਹੈ ਬਚੇਰਾ, ਇਹ ਜਿਹੜਾ ਚਿੱਤਰ ਹੈ ਨਾ, ਜੋ ਦੀਦਾ ਚਿੱਤਰ ਸਾਨੂੰ ਸਾਹਮਣੇ ਨਕਸ਼ਾ ਦੁਨੀਆ ਦਾ ਜੋ ਚੱਲ ਰਿਹਾ, ਇਹ ਚਿੱਤਰ ਵਿਚਿੱਤਰ ਹੈ, ਵਿਚਿੱਤਰ ਚਿੱਤਰ ਹੈ, ਸੱਚਾ ਹੈ, ਝੂਠਾ ਨਹੀਂ ਹੈ। ਚਿੱਤਰ ਵਿਚਿੱਤਰ ਇਹ ਹੈ ਬਚੇਰਾ, ਪਰ ਹੈਗਾ ਚਿਹਰਾ ਜਿਹੜਾ ਇਹ 'ਚ ਡਿੱਪ ਪੇ ਨਿਕਲ ਨਹੀਂ ਸਕਦਾ, ਜਾਣ ਨੂੰ ਜੀ ਨਹੀਂ ਕਰਦਾ, ਇੱਥੋਂ ਨਾਟਕ 'ਚੋਂ ਹਿੱਲਣ ਨੂੰ ਜੀ ਨਹੀਂ ਕਰਦਾ, ਇੱਥੇ ਕਹਿੰਦਾ ਇੱਥੇ ਰਹੋ, ਦੇਖਦਾ ਹੀ ਰਹੋ। ਤਾਂ ਜੇ ਚਿੱਤਰੇ ਚਿੱਤਰ ਆਖ ਚਿਤੇਰਾ, ਪਰ ਚਿੱਤਰ ਵੱਲ ਚਾਕੀ ਚਿਤੇਰੇ ਚਿਤੇਰਾ ਦਾ ਧਿਆਨ ਕਰੀ, ਜਿਹਨੇ ਰਚਿਆ ਹੈ ਚਿੱਤਰ ਉਹਦਾ ਧਿਆਨ ਕਰ, ਧਿਆਨ ਚਿੱਤਰ ਵੱਲ ਜੋੜੀ ਚਿਤੇਰੇ ਵੱਲ ਜੋੜੀ, ਕਬੀਰ ਨੇ ਕਿਹਾ ਸੀ। ਇਹ ਚਿੱਤਰੇ ਦਿਖਾਇਆ ਤੁਹਾਨੂੰ, ਇਹ ਨਾਟਕ ਚਿੱਤਰ ਹੈ ਇੱਥੇ ਦਾ, ਸੱਚਾ ਹੈ, ਸੱਚੇ ਨੂੰ ਚਿੱਤਰ ਕਹਿੰਦੇ ਨੇ। ਇਹ ਉਹਨਾਂ ਨਾਟਕਾਂ ਵਰਗਾ ਨਾਟਕ ਨਹੀਂ ਜੋ ਲਿਖੇ ਹੋਏ ਨੇ, ਜੋ ਤੁਲਸੀਦਾਸ ਲਿਖੀ ਹੈ ਰਮਾਇਣ, ਉਹ ਵੀ ਇੱਕ ਨਾਟਕ ਹੈ, ਉਹਦੇ ਵਰਗਾ ਨਹੀਂ ਹੈ। ਜੋ ਪਿੱਛੇ ਨਾਟਕ ਵਾਲਮੀਕਿ ਲਿਖਦੇ ਰਹੇ ਨੇ, ਗ੍ਰੰਥ, ਉਹ ਵੀ ਧਾਰਮਿਕ ਗ੍ਰੰਥ ਬਣੇ ਨੇ, ਉਹ ਵੀ ਅੱਜ ਬਹੁਤ ਨਾਟਕ ਪੜ੍ਹੇ ਜਾਂਦੇ ਨੇ, ਸਮਝਿਆ ਨੀ, ਉਹੋ ਜਿਹਾ ਨਾਟਕ ਨਹੀਂ ਹੈ। ਕਵੀ ਕਾਲੀਦਾਸ ਦੇ ਨਾਟਕ ਲਿਖੇ ਹੋਏ ਨੇ,
ਉਹ ਵੀ ਬਹੁਤ ਪੜ੍ਹੇ ਜਾਂਦੇ ਨੇ, ਉਹ ਉਹਨਾਂ ਦੇ ਨਾਲ ਇਹਨੂੰ ਨਾਟਕ ਨੂੰ ਨਾ ਮਿਲਾ ਲਿਓ ਕਿਤੇ, ਇਹ ਸੱਚਾ ਉਹ ਝੂਠੇ ਨੇ, ਐਵੇਂ ਨਹੀਂ ਮਿਲਦੇ ਅਸੀਂ, ਸਾਨੂੰ ਸਮਝ ਆ ਕੀ ਹੈ ਇਹ ਝੂਠੀ ਗੱਲ। ਗੁਰਬਾਣੀ 'ਚ ਕਿਵੇਂ ਵੜ ਜਾਂਦੀ ਝੂਠ? ਗੁਰਬਾਣੀ ਝੂਠ ਨਹੀਂ ਵੜ ਸਕਦਾ, ਝੂਠ ਬਾਹਰ ਕੱਢਿਆ ਹੋਇਆ, ਸੱਚ ਹੈ ਇਹ, ਤੁਸੀਂ ਝੂਠ ਸਾਬਤ ਕਰੋ ਇਹਨੂੰ ਕੋਈ, ਜਿਹਦੇ ਵਿੱਚ ਹਿੰਮਤ ਹੈ ਇਹਨੂੰ ਝੂਠ ਸਾਬਤ ਕਰੇ ਉਹਦੀ ਗੱਲ ਅਸੀਂ ਸੁਣਾਂਗੇ। ਤੇਰੇ ਬਕਵਾਸ ਕਿਉਂ ਕਰਦੇ, ਚੁੱਪ ਕਰਕੇ ਬਹਿ ਜਾਓ, ਸਾਬਤ ਕਰੋ ਤੁਸੀਂ ਵੀ ਝੂਠ ਹੈ, ਦੂਏ ਪਾਸੇ ਦੀ ਸੱਚਾਈ ਦੱਸੋ ਕੀ ਹੈ, ਵਜ਼ਨਦਾਰ ਗੱਲ ਤੁਹਾਡੀ ਹੋਵੇ ਇਹਦੇ ਨੂੰ, ਫਿਰ ਅਸੀਂ ਦੇਖਾਂਗੇ ਗੌਰ ਕਰਕੇ ਵੀ ਸੱਚੀ ਮੁੱਚੀ ਤਾਂ ਨਹੀਂ ਕੋਈ ਰਲਾ ਇਹਦੇ 'ਚ, ਤੁਹਾਡੇ ਕੋਲ ਕੀ ਹੈ, ਖੋਜ ਕੀ ਹੈ ਤੁਹਾਡੀ, ਕਿਸੇ ਆਦਮੀ ਨੂੰ ਸ਼ੱਕ ਹੋ ਜਾਵੇ ਵੀ ਜੋਗਿੰਦਰ ਸਿੰਘ ਤਾਂ ਜੰਮਿਆ ਹੋਇਆ ਹੀ ਨਹੀਂ ਹੈ, ਅਤੇ ਉਹ ਬੰਦਾ ਕਰਾਇਆ ਫਿਰ, ਉਹ ਤਾਂ ਸਾਹਮਣੇ ਹੈਗਾ ਜੰਮਿਆ ਹੋਇਆ, ਚੰਡੀਗੜ੍ਹ ਰਹਿੰਦਾ, ਅਖਬਾਰ ਚਲਾਉਂਦਾ, ਕੋਈ ਗੱਲ ਨਹੀਂ ਜੀ, ਇਹ ਤਾਂ ਹੈ ਉਹ ਨਹੀਂ, ਇਹ ਤਾਂ ਐਵੇਂ ਤੁਹਾਨੂੰ ਭਰਮ ਲੱਗਦਾ, ਕੌਣ ਮੰਨੂ ਇਹ ਗੱਲ ਨੂੰ, ਮੰਨੂ ਕੋਈ, ਬਸ ਫਿਰ ਇਹੋ ਜਿਹੀ ਗੱਲ ਹੈ, ਜੋ ਸੱਚ ਹੈ ਉਹ ਮੰਨਣਾ ਪਊ ਤੁਹਾਨੂੰ, ਨਹੀਂ ਸਾਬਤ ਕਰੇ ਹੈ ਨਹੀਂ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਬਤ ਕਰਦੀ, ਤੁਹਾਡਾ ਬਕਵਾਸ ਕਰਨ ਦੀ ਜ਼ਿੰਮੇਵਾਰੀ ਹੈ। ਇੱਕ ਚੀਜ਼ ਸਾਡੇ ਕੋਲ ਹੈ, ਉਹਦੇ ਨੂੰ ਵਜ਼ਨਦਾਰ ਤੁਸੀਂ ਗੱਲ ਦੱਸੋ ਵੀ ਆਹ ਗੱਲ, ਵਜ਼ਨਦਾਰ ਤੁਹਾਡੇ ਕੋਲ ਕੁਛ ਨਹੀਂ, ਤੁਹਾਡੇ ਕੋਲ ਕੀ ਹੈ, ਇਹਨਾਂ ਕੋਲ ਨਫ਼ਰਤ, ਕਿਹਦੇ ਨਾਲ, ਵੇਦ ਨਾਲ, ਇਹਨਾਂ ਕੋਲ ਨਫ਼ਰਤ ਪੰਡਿਤ ਨਾਲ, ਇਹਨਾਂ ਕੋਲ ਆਪ ਤੇ ਬਿਨਾਂ ਸਾਰਿਆਂ ਨਾਲ ਨਫ਼ਰਤ ਹੈ, ਇਹਦੇ ਕੋਲ ਹੋਰ ਕੁਛ ਵੀ ਨਹੀਂ, ਨਫ਼ਰਤ ਹੀ ਬਣਦਾ, ਆਪਣੇ ਅਖਬਾਰ 'ਚ ਵੀ ਨਫ਼ਰਤ ਬਣਦਾ, ਹੋਰ ਕੀ ਹੈ, ਦੇਖੋ ਹਾਂ ਪੈਸੇ ਦਾ ਫਿਰ ਨਫ਼ਰਤ ਹੈ ਨਹੀਂ, ਪੈਸੇ ਦੇ ਉਹਦੇ ਨਾਲ ਨਫ਼ਰਤ ਨਹੀਂ ਹੈ, ਜਿਹਨਾਂ ਜੇ ਦਿੰਦਾ ਨਹੀਂ ਕੋ ਫਿਰ ਨਫ਼ਰਤ, ਮੱਕੜ ਦਾ ਇਸ਼ਤਿਹਾਰ ਲਾ ਦੂਗਾ, ਰੋਜ਼ ਲਾਈ ਜਾਓ ਕੋ ਪੈਸੇ ਦੇਈ ਜਾਓ, ਫਿਰ ਮੱਕੜ ਠੀਕ ਹੈ, ਫਿਰ ਬਾਦਲ ਵੀ ਠੀਕ ਹੈ, ਰੋਜ਼ ਲੱਖ ਰੁਪਈਆ ਦੇਈ ਜਾਵੇ ਬਾਦਲ, ਇਸ਼ਤਿਹਾਰ ਲਾਈ ਜਾਊਗਾ, ਗੁਣ ਗਾਇਨ ਬਾਦਲ ਤੱਕ ਨਹੀਂ ਜਾਊਗਾ, ਫਿਰ ਬਾਦਲ ਠੀਕ ਹੈ, ਉਹ ਬਾਦਲ ਮਾੜਾ, ਸਾਰੇ ਹੀ ਮਾੜੇ ਨੇ ਜਿਹੜਾ ਦਿੰਦਾ ਨਹੀਂ ਕੁਛ, ਸਾਰੇ ਸਿੱਖਾਂ ਦੇ ਖਿਲਾਫ਼ ਲਿਖਦਾ ਰਿਹਾ, ਮੇਰੇ ਕੋਲ ਇਹਦੇ ਪਏ ਨੇ, ਸਿੱਖ ਤਾਂ ਜੀ ਇਹ ਸਾਧਾ ਨੂੰ ਦਿੰਦੇ ਨੇ, ਅਖਬਾਰ ਨੂੰ ਕੁਛ ਦਿੰਦਾ ਹੀ ਨਹੀਂ, ਸਿੱਖ ਆਏ ਨੇ, ਸਿੱਖ ਸਾਰਿਆਂ ਨੇ ਦਿੰਦਾ ਕਰਦਾ ਰਿਹਾ, ਸਿੱਖਾਂ ਦੀ ਹੁਣ ਚਾਹੁੰਦਾ ਮੈਂ ਸਿੱਖਾਂ ਦਾ ਲੀਡਰ ਬਣ ਜਾ, ਤੈਨੂੰ ਕੌਣ ਲੀਡਰ ਬਣ ਲੂਗਾ, ਦੋ ਕਿੱਲੋ ਹੋਣੇ ਨੇ ਇਹਦੇ ਲੈਟਰ ਮੇਰੇ ਕੋਲ ਪਏ, ਜੋ ਪੈਸੇ ਮੰਗਦਾ ਰਿਹਾ ਫਰੀ 'ਚ ਪਹਿਲਾਂ, ਔਰ ਕਰਜ਼ਾ ਤਾਂ ਬਾਅਦ 'ਚ ਲੈਣ ਲੱਗਿਆ, ਜਾਂ ਦਿੱਤਾ ਹੀ ਨਹੀਂ ਕਿਸੇ ਨੂੰ ਕੁਛ, ਰੋਜ਼ ਚਿੱਠੀ ਆ ਜਾਂਦੀ ਸੀ ਪੈਸੇ ਤੋਂ, ਪੈਸਿਆਂ ਦੀ ਸਾਰੇ ਪਿੱਛੇ ਹਟ ਗਏ ਤੇ, ਉਹ ਇਹਨਾਂ ਦਾ ਮੰਗਤਾ ਵੀ ਨਹੀਂ ਕਰਦਾ ਗੱਲਾਂ ਜਿਹੜੀਆਂ ਇਹਨੇ ਕੀਤੀਆਂ ਨੇ, ਸ਼ਰਮ ਲਾ ਦਿੱਤੀ ਬਿਲਕੁਲ ਤੇ, ਪੁੱਤਰ ਪੋਤਰ ਹੋਏ ਆਏ, ਉਹਨਾਂ ਦੇ ਪੁੱਤ ਪੋਤੇ ਹੁੰਦੇ ਚਲੇ ਆਏ ਨੇ, ਤੇ ਸੋਢੀ ਸਭ ਜਗਤ ਕਹਾ, ਉਹ ਸੋਢੀ ਕਹਾ ਨੇ ਜਗਤ ਦੇ ਵਿੱਚ, ਜਿਹੜੀ ਸਨੌਡੀਆਂ ਦੀ ਔਲਾਦ ਹੋਈ ਨਾ, ਸਨੌਡੀਆਂ ਦੀ ਜਿਹੜੇ ਉਹਨਾਂ ਦੀ ਔਲਾਦ ਚਲੀ ਆਈ, ਉਹ ਸੋਢੀ ਕਹਾ ਨੇ ਜਗਤ ਵਿੱਚ, ਜਗ ਮੈਂ ਅਧਿਕ ਸੁਭਏ ਪ੍ਰਸਿੱਧਾ, ਬੜੇ ਜਗ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਹੋਈ ਹੈ, ਸੋਢੀ ਹੁਣ ਹੈਗੇ ਨੇ ਸਾਡੇ, ਆ ਜਿਹੜੀ ਸੋਢੀ ਨੇ ਇਹ ਉਦੋਂ ਤੇ ਆਏ ਨੇ, ਸੋਢੀਆਂ ਨੂੰ ਤਾਂ ਇਤਰਾਜ਼ ਹੈ ਨਹੀਂ ਇਸ ਗੱਲ ਦਾ, ਤੂੰ ਕੌਣ ਹੁੰਦਾ ਇਤਰਾਜ਼ ਕਰਨ ਵਾਲਾ, ਬਈ ਇਤਰਾਜ਼ ਕਰਨ ਇਸ ਗੱਲ 'ਤੇ, ਸੋਢੀ ਕਰਨ ਵੀ ਸਾਨੂੰ ਜੀ ਗਲਤ ਲਿਖਿਆ, ਤੂੰ ਮਾਮਾ ਲੱਗਦਾ, ਤੂੰ ਕੌਣ ਹੁੰਦਾ, ਜਾਂ ਤਾਂ ਇਹ ਐਂ ਕਹਿੰਦਾ ਵੀ ਮੈਂ ਸੋਢੀਆਂ ਦੇ ਸੂਰਜਵੰਸ਼ੀ, ਸੋਢੀ ਕਹਿਣਾ ਸੀ ਸੂਰਜਵੰਸ਼ੀ ਨਹੀਂ ਚੰਦਰਵੰਸ਼ੀ ਨਹੀਂ, ਆਦਰੀ ਤੂੰ ਕੌਣ ਹੁੰਦਾ ਕਹਿਣ ਵਾਲਾ, ਉਹ ਤਾਂ ਮੰਨਦੇ ਨੇ, ਉਹ ਤਾਂ ਮੰਨਦੇ ਨੇ, ਤੂੰ ਕੌਣ ਹੁੰਦਾ ਕਹਿਣ ਵਾਲਾ, ਸੋਢੀ ਕਹਿਣ ਨਾ ਵੀ ਇਹ ਗੱਲ ਸਾਡੇ ਵਾਸਤੇ ਗਲਤ ਲਿਖੀ ਹੋਈ ਹੈ, ਉਹ ਰਾਮ ਚੰਦਰ ਹੈ ਜਿਹਨੂੰ ਪੂਜਦੇ ਨੇ, ਉਹਦੀ ਔਲਾਦ ਹੈ, ਉਹਦੀ ਔਲਾਦ ਇੱਜ਼ਤ, ਹਿੰਦੂਆਂ ਖਾਤਰ ਵੀ ਪੂਜਨੀਕ ਹੈ ਔਲਾਦ, ਹਿੰਦੂਆਂ ਵਾਸਤੇ ਵੀ ਪੂਜਨੀਕ ਹੈ, ਜੇ ਹਿੰਦੂਆਂ ਵਾਸਤੇ ਪੂਜਨੀਕ ਨੇ ਤਾਂ ਉਹ ਹਿੰਦੂ ਵੀ ਬਸ ਫਿਰ ਰਾਮ ਚੰਦਰ ਨੂੰ ਨਹੀਂ ਪੂਜਦੇ, ਉਹ ਫਿਰ ਪਖੰਡੀ ਨੇ, ਢੋਂਗੀ ਨੇ, ਬਈ ਉਹਨਾਂ ਦੇ ਜਿਹਨੂੰ ਉਹ ਰੱਬ ਮੰਨਦੇ ਨੇ ਉਹਦੀ ਔਲਾਦ ਹੈ, ਉਹਨਾਂ ਵਾਸਤੇ ਪੂਜਨੀਕ ਹੈ ਨਹੀਂ ਉਹ, ਤਾਂ ਫਿਰ ਅੰਦਰੋਂ ਰਾਮ ਚੰਦਰ ਨੂੰ ਨਹੀਂ ਮੰਨਦੇ ਉਹ, ਪਤਾ ਨਹੀਂ ਕਿਉਂ ਮੰਨਦੇ ਨੇ, ਉਹਨਾਂ ਦੇ ਮੰਨਣ 'ਤੇ ਵੀ ਸਾਨੂੰ ਸ਼ੰਕਾ ਹੈ ਰਾਮ ਚੰਦਰ ਨੂੰ,
ਤੇ ਉਹ ਆਪਣੇ ਪੂਰਵਜਾਂ ਨੂੰ ਛੱਡ ਕੇ ਤੇਰੇ ਮਗਰ ਲੱਗ ਜਾਣ। ਤੂੰ ਦੱਸ ਵੀ ਸੋਢੀ ਕਿੱਥੋਂ ਆਏ ਨੇ। ਦਿਨ ਦਿਨ ਤਿਨਕੇ ਧਨ ਕੀ ਵਿਰਧਾ, ਦਿਨ ਪਰ ਦਿਨ ਉਹਨਾਂ ਦੇ ਬੜੀ ਧਨ ਦੀ ਵਿਰਧੀ ਹੋਈ, ਪ੍ਰੋਸਪੈਕਟ ਵਧੀ, ਧਨਵਾਨ ਹੁੰਦੇ ਚਲੇ ਗਏ ਦਿਨ ਦਿਨ। ਰਾਜ ਕਰਤ ਪਏ ਵਿਵਿਧ ਪ੍ਰਕਾਰਾ, ਵਿਵਿਧ ਪ੍ਰਕਾਰ ਨਾਲ ਰਾਜ ਕਰਦੇ ਰਹੇ ਉਹ, ਦੇਸ ਦੇਸ ਕੇ ਜੀਤ ਨਿਰਪਾਰਾ, ਦੇਸ ਦੇਸ ਦੇ ਆਲੇ ਦੁਆਲੇ ਸਭ ਰਾਜੇ ਜਿੱਤ ਲਏ। ਕਿੱਥੇ ਜੰਮੇ ਸੀ ਜਾ ਕੇ? ਜਿੱਥੇ ਗਏ ਸੀ ਨਾ ਆਪਣਾ ਸ਼ਹਿਰ ਛੱਡ ਕੇ ਸਨੌੜ ਦੇਸ ਵਿੱਚ, ਅਸਲ ਸਨੌੜ ਦੇਸ ਵਿੱਚ ਇਹਨਾਂ ਦੇ ਨਾਨਕੇ ਸੀ, ਉੱਥੇ ਤਾਂ ਨਾਨਕੇ ਸੀ ਨਾ, ਇਹਨਾਂ ਦੀ ਮਾਂ ਖੱਲੀ ਉਹ ਸੀ, ਭਾਈ ਹੈ ਨਹੀਂ ਸੀ, ਨਾਨਕੇ ਘਰ ਰਹਿੰਦੇ ਸੀ ਇਹ, ਉੱਥੇ ਉੱਥੇ ਕੰਮ ਵੱਧ ਗਿਆ। ਦੇਖੋ ਨਾ ਖੇਡ ਹੈ ਪਰਮੇਸ਼ਰ ਦੀ, ਧਨ ਕੀ ਵਿਰਧਾ, ਅਰਦਾ ਦੇ ਰਿਆਸਤਾਂ ਹੋਰ ਜਿੱਤ ਲੀਆਂ, ਤਕੜੇ ਹੋ ਗਏ। ਜਹਾਂ ਤਹਾਂ ਤਹਿ ਧਰਮ ਚਲਾਇਓ, ਪਰ ਕਾਲ ਜ਼ਰੂਰ ਕੀਤੀ ਉਹਨਾਂ ਨੇ, ਜਿੱਥੇ ਵੀ ਗਏ ਨੇ ਜਿੱਥੇ ਧਰਮ ਚਲਾਇਆ, ਅਪਰਾਧ ਉਹ ਨਹੀਂ ਕੀਤਾ, ਜਾਤੀ ਨਹੀਂ ਕੀਤੀ, ਪਬਲਿਕ ਨੂੰ ਖੁਸ਼ ਕੀਤਾ, ਪਬਲਿਕ ਨੂੰ ਸੁੱਖ ਸ਼ਾਂਤੀ ਦਿੱਤੀ ਹੈ, ਪਹਿਲੇ ਰਾਜੇ ਨੂੰ ਵਧੀਆ ਸਹੂਲਤਾਂ ਦਿੱਤੀਆਂ, ਪਬਲਿਕ ਨੂੰ ਰਾਜੇ ਨਾਲ ਵੀ ਜ਼ੁਲਮ ਨਹੀਂ ਕੀਤਾ। ਇਹਦੇ ਵਿੱਚ ਇਹ ਗੱਲ ਆਉਂਦੀ ਹੈ, ਜਹਾਂ ਤਹਿ ਤੇ ਧਰਮ ਚਲਾ, ਰਾਜੇ ਨੂੰ ਵੀ ਕਿਹਾ ਵੀ ਦੇਖ ਤੂੰ ਜਿਵੇਂ ਐਸ਼ ਕਰਦਾ ਤਾਂ ਕਰ, ਪਰ ਧਰਮ ਚਲਾਉਣ ਦੇ ਦੁਨੀਆ ਨੂੰ ਸੁੱਖ, ਉਹਦੇ ਸਹਿਯੋਗ ਨਾਲ ਸੁੱਖ ਚਲਾਇਆ, ਉਹ ਰਾਜੇ ਤੇ ਵੀ ਸਹਿਯੋਗ ਲਿਆ, ਉਹਨੂੰ ਆਪਣੇ ਅੰਡਰ ਕਰ ਲਿਆ, ਰਾਜੇ ਨੂੰ ਅੰਡਰ ਕਰ ਲਿਆ, ਅੰਡਰ ਕਰਕੇ ਰਾਜ ਉਸੇ ਤੇ ਕਰਾਇਆ, ਕਰਾਇਆ ਰਾਜ, ਵਧੀਆ ਰਾਜ ਕਰ। ਅਤਰ ਪੱਤਰ ਕਹਿ ਸੀ ਸੁਟਰਾਇਓ, ਜਿਹੜੇ ਉਹਦੇ ਬਾਗੀ ਸੀ ਇਹਨਾਂ ਦੇ, ਜਿਹੜੇ ਨਹੀਂ ਸੀ ਮੰਨਦੇ, ਉਹਨਾਂ ਦੇ ਸਿਰ ਝਾੜਤੇ, ਫਿਰ ਸੀ ਸੁਟਰਾਇਓ, ਉਹਨਾਂ ਦੇ ਸਿਰ ਝਾੜਤੇ, ਟਰਾਇਓ ਉਹਨੇ ਝਾੜਤੇ, ਜਾਂ ਤਾਂ ਨੀਵੇ ਕਰਦੇ ਅਵੜਤੇ। ਰਾਜਸੂ ਬਹੁ ਬਾਰਨ ਕੀਏ, ਰਾਜਸੂ ਯੱਗ ਕੀਤੇ ਕਈ ਵਾਰ, ਬਹੁ ਬਾਰਨ ਕੀਏ ਕਈ ਵਾਰ ਰਾਜਸੂ ਯੱਗ ਕੀਤੇ, ਜੀਤ ਜੀਤ ਦੇ ਸ਼ੇ ਦੇ ਸ਼ੇ ਸਵਰ ਲੀਏ, ਨੇੜੇ ਨੇੜੇ ਦੇ ਰਾਜੇ ਸਾਰੇ ਜਿੱਤ ਲਏ, ਦੇਸਾਂ ਦੇਸਾਂ ਦੇ ਰਾਜੇ ਸਭ ਜਿੱਤ ਲਏ। ਬਾਜ ਮੇਦ ਬਹੁ ਬਾਰਨ ਕਰੇ, ਬਾਜ ਮੇਦ ਕਹਿੰਦੇ ਨੇ ਐਸ ਮੇਦ ਯੱਗ ਨੂੰ, ਬਾਜ ਘੋੜੇ ਨੂੰ ਕਹਿੰਦੇ ਨੇ, ਕਈ ਵਾਰ ਬਾਜ ਮੇਦ ਯੱਗ ਕੀਤੇ, ਅਸ਼ਮੇਦ ਯੱਗ ਕੀਤੇ, ਘੋੜੇ ਛੱਡੇ। ਸਕਲ ਕਲੂਖ ਨਿਜ ਕੁਲ ਕੇ ਹਰੇ, ਜਿਹੜੇ ਨਿਜ ਕੁਲ ਦੇ ਉੱਤੇ ਕਲੂਖ ਲੱਗੇ ਹੋਏ, ਕਲੂਖੀ ਦੀ ਵੀ ਭੱਜ ਕੇ ਆਏ ਹੋਏ ਨੇ, ਹਾਰ ਕੇ ਆਏ ਹੋਏ ਨੇ, ਹਾਰ ਕੇ ਚਲਾ ਜਾਣਾ, ਕਲੰਕ ਲੱਗ ਜਾਂਦਾ ਨਾ, ਕਾਲਖ ਲੱਗੀ, ਕਾਲਖ ਲੱਗੀ ਸਭ ਲਾਤੀ। ਬਹੁਰ ਬੰਸ ਮੈਂ ਬੜੋ ਵਿਖਾਦਾ, ਫਿਰ ਬੰਸ ਦੇ ਵਿੱਚ ਵਿਖਾਦ ਪੈਦਾ ਹੋ ਗਿਆ, ਮੇਟ ਨਾ ਸਕਾ ਕਉ ਤਹਿ ਸਾਦਾ, ਬਸ ਐਸਾ ਹੋਇਆ ਵੇਟ ਨਹੀਂ ਕੋਈ ਸਕਿਆ, ਇੰਨਾ ਵਿਖਾਦ ਵੱਧ ਗਿਆ, ਬੰਸ ਦੇ ਵਿੱਚ ਕਿਵੇਂ ਵਿਖਾਦ ਵਧਿਆ। ਵਿਚਰੇ ਵੀਰ ਬਣੈਤ ਅਖੰਡਲ, ਬਸ ਜਿਹੜੇ ਵੀਰ ਸੀਗੇ ਨਾ ਉਹ, ਉਹਨਾਂ ਦੇ ਚ ਮਤਭੇਦ ਫੁੱਟ ਪੈਦਾ ਹੋ ਗਈ, ਅਖੰਡਲ ਬੜੇ ਬੜੇ ਯੋਧੇ ਜਿਹੜੇ ਸੀ ਨਾ ਉਹ ਆਪਸੀ ਵਿੱਚ ਭਿੜ ਗਏ, ਗਏ ਗਏ ਚਲੇ ਭਿਰਨ ਰਣ ਮੰਡਲ, ਬਸ ਹਥਿਆਰ ਚੱਕ ਕੇ ਆਪਸੀ ਵਿੱਚ ਭਿੜਨ ਨੂੰ ਤਿਆਰ ਹੋ ਗਏ। ਧਨ ਅਰ ਭੂਮ ਪੁਰਾਤਨ ਬੈਰਾ, ਧਨ ਅਰ ਭੂਮ ਪੁਰਾਤਨ ਬੈਰਾ, ਜਿਨਕਾ ਵੈਰ ਆਦਮੀ ਦਾ ਨਹੀਂ ਹੈ, ਧਨ ਦਾ ਵੈਰ ਆਇਆ ਭੂਮ ਦਾ ਵੈਰ, ਦੋ ਚੀਜ਼ਾਂ ਕਾਰਨ ਬਣੀਆਂ, ਧਨ ਔਰ ਦੇਖੋ ਤੀਜੀ ਚੀਜ਼ ਕੱਢ ਦਿੱਤੀ ਇੱਥੇ। ਜੇ ਕੋਈ ਸੰਸਾਰੀ ਆਦਮੀ ਲਿਖਦਾ, ਪੰਡਿਤ ਲਿਖਦਾ, ਪੰਡਿਤ ਨੇ ਤਿੰਨ ਚੀਜ਼ਾਂ ਐਡ ਕੀਤੀਆਂ ਹੋਈਆਂ ਨੇ, ਜਰ ਜੋਰੋ ਜ਼ਮੀਨ, ਸੰਸਾਰ ਦੇ ਵਿੱਚ ਤਿੰਨ ਕਾਰਨ ਨੇ, ਇੱਥੇ ਧਨ ਔਰ ਭੂਮ ਹੈ, ਜੋਰੋ ਕੱਢੀ ਹੋਈ ਹੈ ਪਿੱਛੋਂ, ਇੱਥੋਂ ਹੀ ਸਾਬਤ ਹੁੰਦਾ ਵੀ ਸੰਸਾਰੀ ਆਦਮੀ ਦੀ ਗੱਲ ਨਹੀਂ ਲਿਖੀ ਹੋਈ ਹੈ, ਪੈਰ ਪੈਰ ਤੇ ਐਸਾ ਕੁਛ ਛੱਡਿਆ ਹੋਇਆ ਨਾ, ਕਹਿੰਦੇ ਜਾਂ ਸੀਤਾ ਤੁਰੀ ਜਾਂਦੀ ਸੀ, ਪੈਰ ਪੈਰ ਤੇ ਕੋਈ ਚੀਜ਼ ਸਿੱਟੀ ਜਾਂਦੀ ਸੀ ਨਿਸ਼ਾਨੀ ਆਪਣੀ, ਇਹ ਨਿਸ਼ਾਨੀਆਂ ਸਿੱਟ ਗਏ, ਦਸਮ ਪਾਤਸ਼ਾਹ ਪੈਰ ਪੈਰ ਤੇ ਮੇਰੇ ਲਿਖਿਆ ਹੋਇਆ, ਪੈਰ ਪੈਰ ਤੇ ਨਿਸ਼ਾਨੀ ਸਿੱਟੀ ਜਾਂਦੇ, ਬੁੱਝਣ ਵਾਲੇ ਬੁੱਝੀ ਜਾਂਦੇ ਨੇ, ਮੋਤੀ ਮਾਰ ਕੇ ਵਿੱਚ ਬਖੇਰੀ ਜਾਂਦੇ ਨੇ ਵੀ ਆਹ ਲਾਈਨ ਜਾਂਦੀ ਹੈ, ਤੀਜੀ ਗੱਲ ਕਿਉਂ ਛੱਡਤੀ? ਇਹ ਤਾਂ ਹੁਣ ਉਹ ਸਮਝੇ ਨਾ, ਜਿਗਰ ਦਾ ਸਮਝ ਲਓ ਇਸ ਗੱਲ ਨੂੰ, ਕਿਵੇਂ ਸਮਝ ਲਓ?
ਉਹਦੇ ਕੋਲੋਂ ਬੁੱਧੀ ਹੋ ਰਹੀ ਹੈ ਸਮਝਣ ਵਾਲੀ, ਉਹ ਕੱਕਾ ਸਮਝ ਲਓ ਇਹ ਗੱਲ ਨੂੰ, ਉਹਦੇ ਕੋਲ ਬੁੱਧੀ ਕਿੱਥੇ, ਉਹ ਘੁੱਗੂ ਹੈ ਕੱਕਾ ਨਹੀਂ ਹੈਗਾ। ਉਹ ਕੱਕਾ ਤਾਂ ਲਫ਼ਜ਼ ਹੈ ਬਹੁਤ ਭੈੜਾ, ਕੱਗੇ ਦੇ ਮੂਹਰੇ ਜਿੰਨੇ ਅੱਖਰ ਬਣਦੇ ਨੇ ਉਹ ਡਿਕਸ਼ਨਰੀ ਦੇਖ ਲਓ ਸਾਰੇ ਕਹੇ ਜੇ ਉਹਨਾਂ ਦੇ ਅਰਥ ਕੀ ਨੇ। ਕੱਗੇ ਤਾਂ ਨਾਂ ਰੱਖਦਾ ਛੇਤੀ ਕੋਈ, ਕੱਗੇ ਦਾ ਤਾਂ ਕੋਈ ਨਾਂ ਨਹੀਂ ਰੱਖਦਾ ਹੈ, ਕੱਗੇ ਨੇ ਤਾਂ ਘੁੰਗਰੂ ਵੱਜਦਾ, ਉਹਨਾਂ ਸ਼ਿਵਜੀ ਦੇ ਚੇਲਿਆਂ ਦੇ ਪਾਇਆ ਹੁੰਦਾ, ਲੱਕ ਨੂੰ ਬੰਨਿਆ ਹੁੰਦਾ, ਉਹ ਤੁਰਦਾ ਘੁੰਗਰੂ ਘੁੰਗਰੂ ਵੱਜਦਾ, ਇਹਦਾ ਵਜਾਇਆ ਵੱਜਦਾ ਕੱਗਾ। ਤਨ ਨਰ ਭੂਮ ਭਰਾ ਤਨ ਬੈਰਾ ਜਿਨਕਾ ਮੂਹਾ ਕਰਤ ਜਗ ਤੇਰਾ, ਉਹ ਵੀ ਵਜਾਇਆ ਵੱਜਦਾ, ਉਹ ਵੀ ਘੱਗੇ ਨਾਲੇ ਹੁੰਦਾ, ਘੁੰਗਰੂ ਵੀ ਘੱਗੇ ਨਾਲੇ ਹੁੰਦਾ, ਇਹ ਆਪੇ ਘਟਾ ਹੁੰਦੀ ਹੈ ਕਾਲੀ ਅਗਿਆਨਤਾ ਹੁੰਦੀ ਹੈ। ਇੱਕ ਲਫ਼ਜ਼ ਘੱਗੇ ਨੇ ਦੱਸੇ ਵਧੀਆ, ਜਿਨਕਾ ਮੂਹਾ ਕਰਤ ਜਗ ਘੇਰਾ, ਤਨ ਨਰ ਭੂਮ ਭਰਾ ਤਨ ਬੈਰਾ ਜਿਨਕਾ ਮੂਹਾ ਕਰਤ ਜਗ ਘੇਰਾ, ਤਨ ਔਰ ਭੂਮ ਪੁਰਾਤਨ ਵੈਰਾ, ਤਨ ਔਰ ਭੂਮ ਪੁਰਾਤਨ ਵੈਰ ਹੈਗਾ, ਇਹਦੇ ਕਾਰਨ ਹੈ ਵੈਰ ਦਾ, ਤਨ ਔਰ ਭੂਮ ਪੁਰਾਤਨ ਵੈਰਾ ਤਿਸਕਾ ਮੂਹਾ ਜਗਤ ਕਰ ਘੇਰਾ, ਉਹ ਸੰਸਾਰ ਇਹਦਾ ਘੇਰਾ ਕਰਦਾ ਕਰਦਾ ਬਣ ਜਾਂਦਾ, ਤਨ ਵੀ ਇੱਥੇ ਰਹਿ ਜਾਂਦਾ, ਭੂਮ ਵੀ ਇੱਥੇ ਰਹਿੰਦੀ ਹੈ, ਆਹ ਕਹਿ ਰਹੇ ਨੇ ਗੱਲ। ਉਹ ਸੰਸਾਰ ਇਹਨੂੰ ਘੇਰਾ ਕਰਦਾ ਮਰੀ ਜਾਂਦਾ, ਕਦੇ ਕਿਸੇ ਨੇ ਰਾਜ ਖੋਲਿਆ, ਕਦੇ ਕਿਸੇ ਨੇ ਉਹਨੇ ਮਰ ਜਾਣਾ, ਦੂਜੇ ਨੇ ਖੋਲਣ। ਹਾਂਜੀ, ਮੋਹ ਬਾਦ ਅਹੰਕਾਰ ਪਸਾਰਾ, ਪਸਾਰਾ ਕਾਹਦਾ ਸੰਸਾਰ ਦੇ ਵਿੱਚ, ਮੋਹ ਬਾਦ ਹੰਕਾਰ, ਤਿੰਨ ਚੀਜ਼ਾਂ ਦਾ ਪਸਾਰਾ, ਮੋਹ ਬਾਦ ਬਾਦ ਆਪਸੀ ਝਗੜਾ ਔਰ ਹੰਕਾਰ, ਇਹ ਪਸਾਰਾ ਸਾਰਾ ਹੀ ਫੈਲਿਆ ਹੋਇਆ, ਸਾਰਿਆਂ ਦੇ ਮਨੋਂ ਵਿੱਚ ਫੈਲਿਆ ਹੋਇਆ। ਕਾਮ ਕ੍ਰੋਧ ਜੀਤਾ ਜੱਗ ਸਾਰਾ, ਸਾਰਾ ਕਾਮਨਾ ਨੇ, ਇੱਛਾਵਾਂ ਨੇ, ਕ੍ਰੋਧ ਨੇ ਸਾਰਾ ਸੰਸਾਰ, ਇਹ ਦੋ ਚੀਜ਼ਾਂ ਖਾਵੀ ਨੇ ਸਾਰੇ ਉੱਤੇ। ਕਾਮਨਾ ਤਿਆਗ ਨਹੀਂ ਸਕਦਾ ਆਦਮੀ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ ਆਦਮੀ, ਕ੍ਰੋਧ ਦਾ ਤਿਆਗ ਨਹੀਂ ਕਰ ਸਕਦਾ, ਇਹ ਸਾਰਾ ਸੰਸਾਰ ਜਿੱਤਿਆ ਹੋਇਆ, ਸੰਸਾਰ ਜਿੱਤਿਆ ਹੋਇਆ। ਪਰ ਭਗਤ ਸੰਸਾਰ ਤੋਂ ਬਾਹਰ ਨੇ ਉਹ ਨਹੀਂ ਜਿੱਤੇ ਹੋਏ, ਭਗਤਾਂ ਤੇ ਸੈਸਾਰੀਆਂ ਜੋੜ ਕਦੇ ਨਾ, ਗੁਰਮੁਖ ਨਹੀਂ ਜਿੱਤੇ ਹੋਏ, ਗੁਰਮੁਖਾਂ ਦੀ ਗੱਲ ਨਹੀਂ, ਸੰਸਾਰ ਦੀ ਗੱਲ ਹੈ। ਸੰਸਾਰ ਦੇ ਵਿੱਚ ਗੁਰਮੁਖ ਬਾਹਰ ਤਾਂ ਹੀ ਕੱਢੇ ਨੇ, ਪਹਿਲੇ ਹੀ ਕੱਢੇ ਹੋਏ ਨੇ, ਭਗਤਾਂ ਦੀ ਚਾਲ ਨਿਰਾਲੀ ਹੈ, ਉਹ ਨਹੀਂ ਜਿੱਤੇ ਹੁੰਦੇ। ਦੋਹਰਾ ਗੱਗੇ ਘੱਗੇ ਜਿੱਤੇ ਹੁੰਦੇ ਨੇ, ਦੇਖੋ ਗੱਗੇ ਨੇ ਗੁਰਮੁਖ ਹੈ, ਘੱਗੇ ਨੇ ਘੁੱਗੂ ਹੈ, ਦੋਵੇਂ ਨੇੜੇ ਦੇ ਹੀ ਨੇ, ਉਹ ਰਾਖਸ਼ਾ ਹੈ, ਉਹ ਜਿਵੇਂ ਰਾਖਸ਼ਾ ਦੇਵਤੇ ਭਾਈ ਹੁੰਦੇ ਨੇ, ਗੱਗਾ ਨੇ ਘੱਗਾ ਵੀ ਭਾਈ ਹੋਣੇ, ਥੋੜਾ ਹੀ ਫਰਕ ਹੈ, ਗੱਗੇ ਨੇ ਗੁਰਮੁਖ ਹੈ, ਘੱਗੇ ਨੇ ਘੁੱਗੂ ਹੈ, ਘੁੱਗਣਾ ਘੁੱਗਣਾ ਕਬੂਤਰ ਨੂੰ ਕਿਹਾ ਹੈ ਨਾ, ਤੂੰ ਘੁੱਗਣਾ ਬਣਿਆ ਹੋਇਆ, ਸਵਈਆਂ ਚ ਕਿਹਾ ਘੁੱਗਣਾ। ਦੋਹਰਾ, ਧਨ 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 ਕੋ ਪਾਖੀ ਹੈ ਜਾ ਕਾ ਜਗਤ ਗੁਲਾਮ, ਧਨ 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 ਕੋ ਪਾਖੀ ਹੈ, ਧਨ ਨੇ ਸੰਸਾਰੀ, ਇਹਨੂੰ ਕਹਿੰਦੇ ਨੇ ਵੀ ਇਹ ਦੂਸਰੀ ਖੁਦਾਈ ਹੈ ਲੋਕ, ਇਹੋ ਤਾਂ ਨਹੀਂ ਕਿਹਾ ਉਹਨਾਂ ਨੇ, ਖੁਦਾ ਦੋ ਹੁੰਦੇ ਹੀ ਨਹੀਂ, ਇੱਕੋ ਹੁੰਦਾ, ਸੰਸਾਰ ਦੇ ਲੋਕ ਜੋ ਮਰਜ਼ੀ ਕਹੀ ਜਾਣ, ਗੁਰਬਾਣੀ ਨੇ ਗੱਲ ਬੰਦੀ, ਪਰ ਕਹਿੰਦੇ ਵੀ ਧਨ ਵੀ ਕੋਈ ਛੋਟੀ ਚੀਜ਼ ਨਹੀਂ, ਇਹਨੂੰ ਵੀ ਧਨ ਧਨ ਕਹਿਣਾ ਚਾਹੀਦਾ, ਜਾ ਕਾ ਜਗਤ ਗੁਲਾਮ, ਸਾਰਾ ਸੰਸਾਰ ਗੁਲਾਮ ਹੈ ਇਹਦਾ, ਛੋਟੀ ਚੀਜ਼ ਨਹੀਂ ਵੱਡੀ ਚੀਜ਼ ਹੈ, ਸੰਸਾਰੀ ਆਦਮੀ ਵਾਸਤੇ ਵੱਡੀ ਚੀਜ਼ ਹੈ, ਸਭ ਨਿਰਖਤ ਜਾ ਕੋ ਫਿਰ ਉਹਨੇ ਐਡ ਲਾਤੀ ਉਹਦੀ ਮੱਕੜ ਦੀ, ਧਨ ਧਨ ਜਿਹੜਾ ਕਿਸੇ ਦੇਖੋ ਨਾ ਅੰਨਾ ਕਰਦਾ, ਪੈਸੇ ਗਏ ਅੰਨਾ ਹੋ ਗਿਆ, ਅੰਨਾ ਹੋ ਗਿਆ ਲਾਤੀ ਐਡ, ਉਹਨੂੰ ਪਤਾ ਨਹੀਂ ਇਹਦਾ ਕੀ ਹੋਊਗਾ, ਇਹ ਧਨ ਹੈ, ਧਨ ਵੀ ਧਨ ਹੈ, ਇੰਨਾ ਕਰ ਦਿੰਦਾ ਬੜਬੜਿਆਂ ਨੂੰ, ਥੋੜ੍ਹੀ ਬੁੱਧੀ ਵਾਲਿਆਂ ਨੂੰ, ਇੰਨਾ ਕਰਕੇ ਐਡ ਲਾ ਲਈਏ ਤੇ, ਜਿਹੜਾ ਖਿਲਾਫ ਹੈ ਨਿੰਦਿਆ ਕਰਦਾ ਉਹਦੇ ਉਹੀ ਉਹਦੀ ਉਸਤਤੀ ਕਰ ਰਿਹਾ ਹੈ, ਇੰਨਾ ਹੋ ਗਿਆ ਧਨ, ਇਹ ਧਨ ਵੀ ਧਨ ਹੈ, ਇੰਨਾ ਕਰ ਦਿੰਦਾ ਬੜਬੜਿਆਂ ਨੂੰ, ਧਨ ਕੋ ਪਾਖੀ ਹੈ ਜਾ ਕੋ ਜਗਤ ਗੁਲਾਮ, ਗੁਲਾਮ ਹੈ ਨਾ ਇਹ, ਉਹ ਧਨ ਦਾ ਗੁਲਾਮ ਸਿੱਖ ਨਹੀਂ ਹੋ ਸਕਦਾ, ਜਿਹੜਾ ਧਨ ਦਾ ਗੁਲਾਮ ਹੈ ਬਹੁਤ ਬਰੀਕ ਗੱਲ ਹੈ,
ਅੱਜ ਤਾਂ ਹੀ ਛਿੜਪੀ ਗੱਲ ਕੁਦਰਤੀ ਹੋਏ, ਪਹਿਲਾਂ ਹੀ ਕੋਈ ਇਰਾਦਾ ਨਹੀਂ ਸੀ ਗੱਲ ਛੇੜਦਾ ਹੈ। ਤਨ 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 ਕੋ ਪਾਖੀਏ ਜਾ ਕੋ ਜਗਤ ਗੁਲਾਮ, ਜਗਤ ਹੈ ਜਿਹੜਾ ਤਨ ਦਾ ਗੁਲਾਮ ਹੈ, ਇਹਦਾ ਮਤਲਬ ਜਗਤ ਦੇ ਵਿੱਚ ਸ਼ਾਮਿਲ ਹੈ ਜੋਗਿੰਦਰ ਸਿੰਘ, ਜਿਹੜਾ ਜਗਤ ਵਿੱਚ ਸ਼ਾਮਿਲ ਹੈ ਸਿੱਖ ਨਹੀਂ ਹੋ ਸਕਦਾ, ਸਿੱਖ ਬਾਹਰ ਹੈ ਉੱਥੇ, ਜਗਤ ਗੁਲਾਮ ਹੈ, ਜਿਹੜਾ ਤਨ ਦਾ ਗੁਲਾਮ ਹੈ ਸਿੱਖ ਨਹੀਂ ਹੈ, ਸਿੱਖੀ ਦਾ ਦੂਰ ਦਾ ਵੀ ਰਸਤਾ ਨਹੀਂ ਹੈ, ਜਗਤ ਹੈ ਉਹ, ਕਿ ਜਗਤ ਵਾਸਤੇ ਇੱਕ ਲਫ਼ਜ਼ ਆਇਆ ਹੋਇਆ ਹੋਰ, ਜਗਤ ਪਸ਼ੂ ਅਹੰਕਾਲ ਕਸਾਈ, ਜਗਤ ਦੇ ਬਿਨਾਂ ਜਿਹੜਾ ਜੁੜਿਆ ਪਸ਼ੂ ਹੈ ਉਹ, ਜਗਤ ਪਸ਼ੂ ਅਹੰਕਾਲ, ਜਿਹੜਾ ਉਹਦੇ ਅੰਦਰ ਹੰਕਾਰ ਹੈ ਉਹ ਕਸਾਈ ਹੈ, ਇਹਦਾ ਹੰਕਾਰ ਇਹਦਾ ਕਸਾਈ, ਇਹਦੇ ਵਾਸਤੇ ਕਸਾਈ ਹੈ, ਨਰਕਾਂ 'ਚ ਲੈ ਕੇ ਚਲਾ ਜਾਊਗਾ, ਉਹਦੇ 'ਚ ਹੰਕਾਰ ਹੈ ਨਾ ਉਹ ਕਸਾਈ ਹੈ। ਜਿਹੜਾ ਜਗਤ ਹੈ, ਜਗਤ ਆਤਮਾ ਔਰ ਸਰੀਰ ਨੂੰ ਜਗਤ ਕਹਿੰਦੇ ਨੇ, ਦੋਵੇਂ ਜੁੜੇ ਹੋਏ ਨੇ, ਜਗ ਇਕੱਲੇ ਸਰੀਰ ਦਾ ਨਾਂ ਹੈ, ਜਗ ਰਚਨਾ ਇਹ ਝੂਠ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਾਸ, ਜਗਤ ਜਿਹੜਾ ਹੈਗਾ ਇਹ ਪਸ਼ੂ ਹੈ, ਪਸ਼ੂ ਆ ਜਿਹੜਾ ਉਹੀ ਗੁਲਾਮ ਹੈ ਤਨ ਦਾ, ਪਸ਼ੂ ਬਿਰਤੀ ਵਾਲਾ ਤਨ ਦਾ ਗੁਲਾਮ ਹੈ, ਉਹ ਤੇਰੀ ਪਸ਼ੂ ਬਿਰਤੀ ਹੈ, ਤੂੰ ਗੱਲਾਂ ਕਰਦਾ ਗੁਰਮਤ ਦੀਆਂ ਦਸਮ ਗ੍ਰੰਥ ਦੀਆਂ, ਹੋਸ਼ ਕਰ ਕੁਛ ਹੋਸ਼, ਗੁਰਬਾਣੀ ਦੇ ਅਨੁਸਾਰ ਪਸ਼ੂ ਹੈ ਤੂੰ, ਪਸ਼ੂ ਤੂੰ ਕਹਿੰਦਾ ਮੈਂ ਤੱਤ ਗਿਆਨੀ ਹਾਂ, ਜੇ ਤੱਤ ਗੁਰਮਤ ਹੈ ਤਾਂ ਮੈਨੂੰ ਦੱਸ ਵੀ ਪਸ਼ੂ ਹੈ ਕਿ ਨਹੀਂ ਹੈ, ਇਹਦਾ ਜਵਾਬ ਦੇ, ਤੇਰੀ ਉਹ ਮੱਤ ਮਾਰ ਦੇਣੀ ਹੈ ਜਿਹੜੀ ਤੈਨੂੰ ਪਤਾ ਲੱਗੂਗਾ ਵੀ ਮੱਤ ਕਿਵੇਂ ਮਾਰੀ ਦੀ ਹੈ, ਮੱਤ ਤਾਂ ਮਾਰੀ ਹੋਈ ਹੈ, ਮੈਂ ਤਾਂ ਦੱਸਣੀ ਹੋਈ ਹੈ, ਸੁੱਤਾ ਪਿਆ ਦਿਖਾਉਣਾ ਲੋਕਾਂ ਨੂੰ, ਵੀ ਦੇਖ ਲਓ ਸੁੱਤਾ ਪਿਆ, ਸੁੱਤਾ ਤਾਂ ਤੂੰ ਪਿਆ ਹੀ ਹੈ, ਅਸੀਂ ਤਾਂ ਸਿਰਫ ਤੇਰਾ ਪੜਦਾ ਚੱਕ ਕੇ ਦਿਖਾ ਲੈਣਾ ਵੀ ਸੁੱਤਾ ਪਿਆ, ਸਾਨੂੰ ਪਤਾ ਹੈ ਵੀ ਪੜਦਾ ਕਿਵੇਂ ਚੱਕੀ ਦਾ, ਤੂੰ ਕੀ ਜਾਣੇ ਇਹਨਾਂ ਗੱਲਾਂ ਨੂੰ ਵੀ ਦੁਨੀਆ ਕਿੱਥੇ ਵਸਦੀ ਹੈ, ਸਭ ਨਿਰਖਤ ਯਾਕੋ ਫਿਰੈ ਸਭ ਚੱਲ ਕਰ ਤੋ ਕਿਉਂ, ਸਾਰਾ ਧਨ 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 ਕੋ ਕਿਹਾ ਹੋਇਆ, ਯਾਕੋ ਜਗਤ ਗੁਲਾਮ, ਇਹ ਗੁਲਾਮ ਹੈ ਮਾਇਆ ਦਾ, ਸਭ ਨਿਰਖਤ ਤਾਕੋ ਫਿਰੈ, ਸਾਰੇ ਧਨ ਦੀ ਮਗਰ ਤੁਰੇ ਫਿਰਦੇ ਨੇ, ਸਭ ਚੱਲ ਕਰਤ ਸਲਾਮ, ਸਭ ਚੱਲ ਕਰਤ ਸਲਾਮ, ਸਾਰੇ ਇਹਨੂੰ ਸਲਾਮ ਕਰਦੇ ਨੇ, ਸਾਰੇ ਹੀ ਸਲਾਮ ਕਰਦੇ ਨੇ ਤੁਹਾਨੂੰ, ਪਰ ਗੁਰਮੁਖ ਨਹੀਂ ਕਰਦਾ ਇਹਨੂੰ, ਖਾਲਸਾ ਨਹੀਂ ਕਰਦਾ ਤੁਹਾਨੂੰ ਸਲਾਮ, ਉਹ ਜਦੋਂ ਦਿੱਤੀ ਨੀ ਨਾ ਥੈਲੀ ਜੇਲ੍ਹ ਦੇ ਵਿੱਚ, ਕਿਲੇ ਦੇ ਵਿੱਚ ਜਾ ਕੇ, ਤੇ ਕਿਲੇ ਤੋਂ ਬਾਹਰ ਹੈ ਉਹਨੂੰ ਬਾਬੇ ਖੜਕ ਸੀ ਉਹਨੂੰ ਸ਼ਾਹ ਨੇ, ਵੀ ਆ ਇਨਾਮ ਦੇ ਵਿੱਚ, ਉਹਨੇ ਤਲਵਾਰ ਦੀ ਨੋਕ ਨਾ ਲਈ ਸੀ, ਖਾਲਸਾ ਐਂ ਨਹੀਂ ਲੈਂਦਾ ਐਂ ਲੈਂਦਾ, ਤਲਵਾਰ ਦੀ ਨੋਕ 'ਚ ਫਸਾ ਕੇ ਘੋੜੇ 'ਤੇ ਚੜ੍ਹੇ ਥੈਲੀ ਲਈ ਸੀ, ਐਂ ਕਰਕੇ ਨਹੀਂ ਲਈ ਹੱਥ, ਵੀ ਆ ਮੈਨੂੰ ਦੇ ਦੇ, ਖੜਕ ਸਿੰਘ ਉਦੋਂ ਤੱਕ ਨਿਹੰਗ ਸਿੰਘ ਕੈਦ ਦੇ ਵਿੱਚ ਸੀ ਲਾਹੌਰ, ਸ਼ਾਹ ਜਾ ਇੱਧਰੋਂ ਗਿਆ ਨਾ, ਜਾਂ ਇੱਥੇ ਲੁੱਟ ਲਿਆ, ਇੱਥੇ ਸਮਾਨ ਲੁੱਟ ਲਿਆ ਸੀ ਨਾ, ਕੁੜੀਆਂ ਛੜਾਈਆਂ ਨੇ ਜਦ ਲੜਕੀਆਂ ਖਾਲਸੇ ਨੇ, ਲਾਹੌਰ ਜਾ ਕੇ ਕਹਿੰਦਾ ਵੀ ਇਹ ਕੌਣ ਨੇ, ਕਹਿੰਦਾ ਇਹ ਖਾਲਸਾ, ਕਹਿੰਦਾ ਕਿਹਾ ਜਾ ਹੁੰਦਾ, ਉਹਨੂੰ ਨੇ ਕਿਹੜਾ ਦੇਖਿਆ ਸੀ, ਉਹ ਕਹਿੰਦਾ ਇੱਕ ਹੈਗਾ ਸਿੰਘ ਸਾਡੇ ਕੋਲ, ਉਹਦੇ ਦਰਸ਼ਨ ਕਰਾ ਦਿੰਦੇ, ਬਾਬੇ ਖੜਕ ਸਿੰਘ ਨੂੰ ਲੈ ਕੇ ਆਏ, ਕਿਹਾ ਵੀ ਤੂੰ ਚੱਲ ਬਈ ਸ਼ਾਹ, ਕਹਿੰਦਾ ਕਹਿੰਦਾ ਸ਼ਾਹ ਨੂੰ ਲੋੜ ਹੈ ਇੱਥੇ ਆ ਜਾਓ, ਮਿਲ ਜਾਂਦਾ, ਲੋਕ ਕਿਵੇਂ ਕਹਿੰਦੇ ਸ਼ਾਹ ਨੂੰ ਜਾ ਕੇ, ਬਹਾਦਰ ਸ਼ਾਹ ਨੂੰ ਕਿਵੇਂ ਕਹਿੰਦੇ ਜਾ ਕੇ, ਵੀ ਭਾਈ ਉਹ ਨਹੀਂ ਆਉਂਦਾ, ਮੇਰੇ ਕੋਲ ਕੈਦੀ ਹੈ, ਮੇਰੇ ਹੀ ਕੈਦੀ ਮੈਨੂੰ ਕਹਿ ਦੇਵੇ ਮਿਲ ਜਾਂਦਾ, ਪਰ ਉਹ ਤਾਂ ਉਹਦੇ ਡਰਦੇ ਸੀ, ਜਾਣਦੇ ਸੀ ਵੀ ਇਹਦੇ 'ਚ ਕੀ ਕਰਾਮਾਤ ਹੈ, ਸਮਝਦੇ ਸੀ ਵੀ ਇਹ ਤਾਂ ਖੁਦਾਈ ਬੰਦਾ ਹੈ, ਉਹਦੀ ਇੱਜ਼ਤ ਕਰਦੇ ਸੀਗੇ,
ਖੈਰ ਉਹਨੂੰ ਬਣਾਇਆ ਬਣਾਇਆ ਉਹਨੇ ਕਿਹਾ ਬਣਾ ਕੇ ਲਿਆਓ, ਉਹਨੇ ਦੱਸਤਾ ਉਹਦੇ ਕੰਨ ਜਾ ਕੇ ਐਂ ਕਹਿੰਦਾ, ਕਹਿੰਦਾ ਉਹਨੂੰ ਕਹੋ ਵੀ ਸਾਡੀ ਬਿੰਤ ਹੈ, ਤੂੰ ਆ ਜਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ। ਚਲੋ ਆ ਗਿਆ, ਕਹਿੰਦਾ ਜਾਊਂਗਾ ਮੈਂ, ਪਰ ਮੈਂ ਘੋੜੇ 'ਤੇ ਚੜ੍ਹ ਕੇ ਜਾਊਂਗਾ, ਇੱਦਾਂ ਨਹੀਂ ਜਾਣਾ। ਉਹ ਉਹਨਾਂ ਨੇ ਕਿਹਾ ਵੀ ਉਹ ਕਹਿੰਦਾ ਮੈਂ ਘੋੜੇ 'ਤੇ ਚੜ੍ਹ ਕੇ ਜਾਊਂਗਾ, ਨਾ ਜਿਵੇਂ ਉਹਦਾ ਲਿਆਓ। ਘੋੜਾ ਆਪਣੀ ਮਰਜ਼ੀ ਦਾ ਲੈਂਦਾ, ਮੇਰੇ ਤਲਵਾਰ ਮੇਰੇ ਹਥਿਆਰ ਲਿਆਓ, ਹਥਿਆਰ ਲਿਆ ਤੇ ਹਥਿਆਰ ਪਾ ਕੇ ਚਲਿਆ ਗਿਆ। ਉਸੇ ਨੇ ਕਿਹਾ ਸੀ ਜਾਂ ਸ਼ਾਹ ਪੁੱਛਦਾ ਵੀ ਕਿੱਥੇ ਰਹਿੰਦੇ ਹੋ ਫਤਿਹ ਬੁਲਾਈ ਜਾ ਕੇ, ਉਹ ਕਹਿੰਦਾ ਕੀ ਕਹਿੰਦਾ, ਉਹ ਕਹਿੰਦਾ ਇਹਨੇ ਸਲਾਮ ਨਹੀਂ ਕਰਨਾ, ਇਹ ਖੁਦਾ ਦਾ ਨਾਂ ਲੈਂਦਾ, ਕਹਿੰਦੇ ਖੁਦਾ ਖੁਦਾ ਕਰਦਾ। ਨਾਦਰ ਸ਼ਾਹ ਦੀ ਕਿਹੜਾ ਬੋਲੀ ਸਮਝਦਾ ਸੀ, ਕਹਿੰਦੇ ਕੀ ਕਰਦਾ, ਕਹਿੰਦੇ ਖੁਦਾ ਨੂੰ ਯਾਦ ਕਰਦਾ ਹੈ, ਖੁਦਾਈ ਬੰਦਾ ਹੈ। ਕਹਿੰਦੇ ਬੜਾ ਖੁਸ਼ ਹੋਇਆ, ਖੁਦਾਈ ਬੰਦੇ ਤਾਂ ਉਹਨੂੰ ਸੁਣ ਕੇ ਮੁਸਲਮਾਨ ਬੜੇ ਖੁਸ਼ ਹੁੰਦੇ, ਕਹਿੰਦੇ ਇਹ ਤਾਂ ਖੁਦਾਈ ਬੰਦਾ, ਖੁਦਾ ਖੁਦਾ ਕਰਦਾ, ਬਹੁਤ ਚੰਗਾ ਆਦਮੀ ਹੈ, ਫਿਰ ਤਾਂ ਇਹ ਤਾਂ ਬੰਦੇ ਬਹੁਤ ਚੰਗੇ ਨੇ। ਉਹਨੂੰ ਪੁੱਛਿਆ ਵੀ ਇਹ ਤੁਹਾਡੇ ਨਾਲ ਦੇ ਨੇ ਜਿਹੜੇ ਆਪਣੀ ਬੋਲੀ 'ਚ ਬੋਲਦਾ, ਵਿਚਾਲੇ ਉਹਨੂੰ ਸਮਝਾਉਂਦਾ ਵੀ ਇਹ ਪੁੱਛਦਾ ਸ਼ਾਹ ਵੀ ਕਿੱਥੇ ਰਹਿੰਦੇ ਹੋ, ਉਹਨੇ ਕਿਹਾ ਮੇਰੀ ਬੋਲੀ ਤਾਂ ਇਹਨੇ ਸਮਝਣੀ ਨਹੀਂ ਹੈ, ਘੋੜੇ ਦੀ ਪਿੱਠ 'ਤੇ ਹੱਥ ਮਾਰ ਦਿੰਦਾ ਵੀ ਆਹ ਪਿੱਠ 'ਤੇ ਰਹਿੰਦੇ ਹਾਂ ਅਸੀਂ। ਉਹ ਤਾਂ ਉਹਦਾ ਪੁੱਛਦਾ ਸੀ ਵੀ ਤੇਰੇ ਬੰਦੇ ਕਿੱਥੇ ਰਹਿੰਦੇ ਸੀ ਆਈ ਡੀ, ਉਹਨੂੰ ਸਮਝਦਾ ਉਹ ਕਿਹੜਾ ਨਿਆਣਾ ਵੀ ਕੀ ਪੁੱਛਦਾ ਸ਼ਾਹ। ਕਹਿੰਦਾ ਉਹ ਗੱਲ ਵੀ ਠੀਕ ਆ, ਜੇ ਇੱਥੇ ਗੱਲ ਉਹ ਤਾਂ ਪਰਸਨ ਨੂੰ ਉੱਥੇ ਇੱਕ ਮੁਕਾਮ ਤਾਂ ਹੈ ਨਹੀਂ, ਸੱਚ ਵੀ ਬੋਲਦਾ ਉਹ ਭਾਈ, ਘੋੜੇ ਦੀ ਪਿੱਠ 'ਤੇ ਰਹਿੰਦੇ, ਇੱਕ ਤਾਂ ਉਹਦਾ ਠਿਕਾਣਾ ਹੀ ਨਹੀਂ ਹੈ, ਹੁਣ ਇੱਥੇ ਘੜੀ ਕਰੋ, ਉੱਥੇ ਘੜੀ ਕਰੋ, ਉੱਥੇ ਘੜੀ ਕਰੋ, ਉੱਥੇ। ਉਹ ਕਹਿੰਦਾ ਉਹਨੇ ਫਿਰ ਇਸ਼ਾਰਾ ਕੀਤਾ ਵੀ ਆਹ ਜਿਹੜੇ ਖਾਣ ਪਾਣ ਕਰਦੇ ਹੋ ਉਹ ਕਿੱਥੇ ਕਰਦੇ ਹੋ, ਉਹ ਵੀ ਉਹਨੇ ਪਿੱਠ 'ਤੇ ਆਤਮਾ ਤਾਂ ਇੱਥੇ ਹੀ ਕਰਦੇ ਹੋ, ਘੋੜੇ ਦੀ ਪਿੱਠ 'ਤੇ ਬੈਠੇ ਹੀ ਸ਼ੱਕ ਛਕਾ ਲੈਂਦੇ ਹਾਂ, ਨਾ ਸਾਨੂੰ ਕੁਰਸੀਆਂ ਦਾ ਰੌਲਾ, ਨਾ ਸਾਨੂੰ ਚੱਪ ਮਾਰ ਕੇ ਛਕਣ ਦਾ ਲੰਗਰ ਦਾ ਰੌਲਾ, ਇਹ ਵੀ ਝਗੜਾ ਮੁਕਾ ਲਓ। ਇਹ ਸੀ ਉਹ ਖਾਲਸਾ ਜਿਹੜਾ ਖਾਲਸਾ ਜਿਹਨੂੰ ਕਹਿੰਦੇ ਸੀ, ਉਹਨਾਂ ਵਾਲੇ ਰੌਲਾ ਪਾਈ ਜਾਂਦੇ ਨੇ ਬਣ ਬਣੀਆਂ ਗੱਲਾਂ 'ਤੇ, ਇਹ ਵਿਦਵਾਨਾਂ ਦੇ ਰੌਲੇ ਨੇ, ਇਹ ਕੀ ਜਾਣ ਸਿੱਖੀ ਕੀ ਹੁੰਦੀ ਹੈ। ਤੀਜਾ ਸਵਾਲ ਉਹਨੇ ਕੀਤਾ ਵੀ ਸੌਂਦੇ ਕਿੱਥੇ ਹੋ, ਹੁਣ ਸੌ ਘੋੜੇ ਤੋਂ ਉਤਰ ਕੇ, ਰੋਟੀ ਖਾ ਲੂ, ਪਾਣੀ ਪੀ ਲੂ, ਘੋੜੇ 'ਤੇ ਪੀ ਲੂ, ਸੌਣਾ ਬਹੁਤ ਘੋੜੇ ਤੋਂ ਉਤਰ ਕੇ। ਉਹ ਕਹਿੰਦਾ ਵੀ ਵੀ ਦਰਖਤ ਦਾ ਟਾਹਣਾ ਫੜ ਕੇ ਘੋੜੇ 'ਤੇ ਬੈਠੇ ਹੀ ਸੌ ਲੈਂਦੇ, ਦਰਖਤ ਦੇ ਨੇੜੇ ਘੋੜਾ ਕੀਤਾ, ਟਾਹਣਾ ਫੜ ਲਿਆ, ਬਸ ਉੱਤੇ ਲਾ ਕੇ ਉੱਥੇ ਹੀ ਸੌ ਲੈਂਦੇ, ਉਤਰਦਾ ਹੀ ਨਹੀਂ ਘੋੜੇ ਤੋਂ। ਖਬਰਾਂ ਕਿਹੜੇ ਵੇਲੇ ਲੋੜ ਪੈ ਜਾਵੇ ਵੱਜਣ ਦੀ, ਤੁਸੀਂ ਹੁਣ ਆ ਚੜ੍ਹੇ ਸਿਰ 'ਤੇ, ਉਹਨੇ ਘੋੜਾ ਕਦੋਂ ਕਸੜ ਦਿੱਤਾ। ਉਹ ਖਾਲਸਾ ਸੀ, ਉਹ ਕਹਿੰਦਾ ਗੱਲ ਸੁਣ ਲੈ, ਮੈਂ ਤਾਂ ਨਹੀਂ ਹੁਣ ਆਉਣਾ ਪੰਜਾਬ 'ਚ ਮੁੜ ਕੇ, ਯਾਦ ਰੱਖੀ ਇਹਨਾਂ ਦਾ ਰਾਜ ਹੋ ਜਾਣਾ ਬਹੁਤ ਛੇਤੀ। ਹੁਣ ਜੇ ਤਿੰਨ ਸਵਾਲਾਂ ਦੇ ਜਵਾਬ ਜਿਹੜੇ ਮੈਨੂੰ ਦਿੱਤੇ ਨੇ, ਇਹ ਬੰਦੇ ਰਾਜ ਕਰਨਗੇ ਪੰਜਾਬ ਦਾ, ਮੇਰੇ ਇੰਨੇ ਬੰਦੇ ਨੇ, ਭੈ ਨਹੀਂ ਕਰਦਾ ਕਿਸੇ ਦੀ, ਇਹਦੇ ਚਿਹਰੇ 'ਤੇ ਭੈ ਉਹ ਨਹੀਂ ਹੈ, ਇਹਦੇ ਵੱਲ ਅਸੀਂ ਨਹੀਂ ਝਾਕ ਸਕਦੇ, ਇਹਨੂੰ ਮੌਤ ਦੀ ਭੈ ਨਹੀਂ ਹੈ, ਇਹ ਰਾਜ ਕਰਨਗੇ, ਇਹਨੂੰ ਰੋਕ ਨਹੀਂ ਸਕਦਾ ਕੋਈ। ਹੁਣ ਸਿਆਣਾ ਸੀ, ਉਹਨੂੰ ਪਤਾ ਸੀ, ਸਮਝ ਸੀ, ਮੈਨੂੰ ਨੇ ਕਹਿ ਦਿੱਤੀ ਆਉਣ ਵਾਲਾ ਸਮਾਂ, ਕੋਈ ਨਜੂਮੀ ਨਹੀਂ ਸੀ, ਨਜੂਮ ਨਹੀਂ ਹੁੰਦੀ, ਸਿਆਣੇ ਦੀ ਅਕਲ ਹੁੰਦੀ ਹੈ, ਦੂਰਦਰਸ਼ੀ ਹੁੰਦੀ ਹੈ, ਇਹ ਰਾਜ ਕਰਨਗੇ। ਚਲੋ ਫਿਰ ਕਹਿੰਦੇ ਇਹਨੂੰ ਪੁੱਛੋ ਵੀ ਕਰਦੇ ਕੀ ਹੁੰਦੇ ਹੋ ਤੁਸੀਂ, ਕੰਮ ਕੀ ਕਰਦੇ ਹੋ। ਉਹ ਕਹਿੰਦਾ ਲੜਦੇ ਹੁੰਦੇ, ਜੰਗ ਕਰਦੇ ਹੁੰਦੇ, ਜੰਗ ਕਰਨਾ ਹੀ ਕੰਮ ਸੀ। ਤੀਜਾ ਵੀ ਸੱਚ ਦੱਸਿਆ ਵੀ ਲੜਾਈ ਕਰਨਾ ਸਾਡਾ ਕੰਮ, ਉੱਥੋਂ ਲਿਖਿਆ ਜਾਤ ਗੋਤ ਸਿੰਘਨ ਕੀ ਦੰਗਾ, ਆਹ ਕਹਿੰਦਾ ਜਾਤ ਗੋਤ ਇੱਥੋਂ ਆਈ ਹੋਈ ਹੈ, ਸਾਡਾ ਕੰਮ ਕਰਨਾ ਲੜਾਈ ਜੰਗ, ਇਹੀ ਕੰਮ ਸੀ, ਹੋਰ ਕੀ ਸੀ। ਉਹ ਕਹਿੰਦਾ ਵੀ ਚੰਗਾ ਵੀ ਕੁਛ ਇਹਨੂੰ ਪੁੱਛ ਵੀ ਦਿਖਾਊਗਾ ਕੁਛ ਥੋੜ੍ਹਾ ਜਿਹਾ, ਜਿਵੇਂ ਆਪਾਂ ਕਹਿੰਦੇ ਕੁਛ ਤਾਂ ਵੀ ਕੋਈ ਕੁਛ ਨਹੀਂ ਦਿਖਾ ਭਾਈ। ਕਹਿੰਦੇ ਹਾਂ ਠੀਕ ਹੈ ਤਿਆਰ, ਉਹ ਤਾਂ ਘੋੜੇ 'ਤੇ ਪਹਿਲਾਂ ਹੀ ਚੜ੍ਹ ਕੇ ਗਿਆ ਸੀ, ਪਹਿਲਾਂ ਹੀ ਹਥਿਆਰ ਲੈ ਕੇ ਗਿਆ ਸੀ, ਕੁਛ ਵੀ ਹੋ ਸਕਦਾ ਉੱਥੇ, ਖਬਰਾਂ ਕੀ ਉਹਦੇ ਮਨ ਦੇ ਵਿੱਚ ਮੈਨੂੰ ਕਿਉਂ ਬੁਲਾਉਂਦਾ ਹੈ, ਕਿਉਂ ਬੁਲਾਉਂਦਾ ਹੈ, ਇੰਡੀਪੈਂਡੈਂਟ ਹੋ ਕੇ ਗਿਆ ਸੀ ਆਪਣਾ ਉਹ।
ਤੇ ਉਹ ਉਹਨੇ ਆਪਣਾ ਕਿਸੇ ਜਵਾਨ ਨੂੰ ਕਿਹਾ ਵੀ ਕੋਈ ਇਹਦੇ ਨਾਲ ਭਾਈ ਦਿਖਾਓ ਥੋੜਾ ਜਿਹਾ ਪਕੜ। ਬਸ ਐਂ ਚੱਕਿਆ ਉਹ ਸਾਰਿਆਂ ਦੇ ਤੇ ਬਿਜਲੀ ਪਾਤੀ, ਉਹ ਜਿਵੇਂ ਆਇਆ ਹੋਇਆ ਚੰਡੀ ਦੀ, ਚੰਡੀ ਦੀ ਆਈ ਹੈ ਨਾ ਬਾਹਰ, ਜਿੱਧਰ ਨੂੰ ਝਾਕਦਾ ਬਿਜਲੀ ਪਾਈ ਜਾਂਦਾ। ਕੋਈ ਸਾਰੇ ਨੇ ਵੀ ਪਾ ਗਏ ਵੀ ਇਹ ਮਰਨਾ ਇਹਦੇ ਨਾਲ, ਜਿੱਧਰ ਨੂੰ ਝਾਕਦਾ ਬਿਜਲੀ ਪਾਈ ਜਾਂਦਾ ਵੀ ਇਹਦੇ ਮੁੰ, ਕਿਉਂਕਿ ਜੇ ਜੰਗ ਦੇ ਵਿੱਚ ਦੂਏ ਦੀ ਤੁਸੀਂ ਅੱਖ ਨਾਲ ਅੱਖ ਨਹੀਂ ਮਿਲਾ ਸਕਦੇ ਮਾਰ ਖਾ ਜਾਓਗੇ। ਜੇ ਇਹਦੀ ਅੱਖ ਨੀਵੀਂ ਪਾ ਗਈ ਮਾਰਿਆ ਗਿਆ। ਗੱਟਕੇ ਦੇ ਵੀ ਸਾਨੂੰ ਇਹ ਸਿਖਾਉਂਦੇ ਨੇ ਅੱਖ 'ਚ ਅੱਖ ਰੱਖਣੀ, ਉਹਦੇ ਜਿਹਦੀ ਅੱਖ ਨੀਵੀਂ ਹੋ ਗਈ ਮਾਰ ਖਾ ਜੂਗਾ। ਖੈਰ ਫਿਰ ਉਹਨੇ ਸ਼ਾਹ ਨੇ ਕਿਹਾ ਵੀ ਫਿਰ ਮੈਂ ਉੱਠਾਂ ਜੇ ਹੋਰ ਕੋਈ ਨਹੀਂ, ਤਾਂ ਉਹਨਾਂ ਦਾ ਕਿਸਾਨਾਪਤੀ ਸੀ ਉਹਨੂੰ ਉੱਠਣਾ ਪਿਆ। ਕਹਿੰਦਾ ਵੀ ਮੈਂ ਜਾਊਂ, ਖੈਰ ਉਹ ਘੋੜਾ ਲੈ ਕੇ ਹੋ ਗਏ ਦੋਏ। ਤਾਂ ਉਹ ਇਸ਼ਾਰੇ ਨਾਲ ਗੱਲ ਕਰਦਾ ਉਹਨੂੰ, ਹੁਣ ਬੋਲੀ ਇੱਕ ਦੂਏ ਦੀ ਨਾ ਸਮਝਦੇ ਵੀ ਤੂੰ ਬਾਹਰ ਕਰ ਮੇਰੇ ਤੇ। ਵਾਰ ਤਾਂ ਦੋਵਾਂ ਦੇ ਇਕੱਠੇ ਹੁੰਦੇ ਹੁੰਦੇ ਨੇ ਨਾ, ਉਹ ਕਹਿੰਦਾ ਨਾ ਤੂੰ ਕਰ ਲੈ ਕੋਈ ਨਹੀਂ। ਖੈਰ ਉਹਨੇ ਇੱਕ ਵਾਰ ਕੀਤਾ, ਉਹਨੇ ਰੋਕ ਲਿਆ ਢਾਲ ਤੇ, ਉਹ ਕਹਿੰਦਾ ਹੋਰ ਕਰ ਲੈ। ਕਹਿੰਦਾ ਵੀ ਹੁਣ ਤੇਰਾ ਨੰਬਰ ਹੈ, ਰਾਜੇ ਨੇ ਕਿਹਾ। ਉਹਨੇ ਸ਼ਾਹ ਨੇ ਕਿਹਾ ਵੀ ਨਹੀਂ ਨੰਬਰ ਤੇਰਾ। ਕਹਿੰਦਾ ਖਾਲਸਾ ਵਾਰ ਨਹੀਂ ਕਰਦਾ, ਦੋ ਵਾਰ ਫਰੀ ਨੇ, ਵਾਰ ਨਹੀਂ ਕਰਦਾ ਖਾਲਸਾ ਕਿਸੇ ਦੇ। ਦੇਖੋ ਨਿਯਮ ਤੁਰ ਤੋਂ ਚਲੇ ਆਏ ਨੇ ਸਾਡੇ, ਖਾਲਸਾ ਨਹੀਂ ਕਿਸੇ ਦੇ ਵਾਰ ਕਰਦਾ, ਹਮਲਾ ਨਹੀਂ ਕਰਦਾ ਖਾਲਸਾ, ਹਮਲਾ ਆਪਣੀ ਅਸੀਂ ਡਿਫੈਂਸ ਕਰਦੇ ਹਾਂ ਸਰ। ਦੋ ਵਾਰ ਫਰੀ ਨੇ ਤੇਰੇ, ਦੂਆ ਫਿਰ ਕਰ ਲਿਆ ਫਿਰ ਬਚਾ ਗਿਆ। ਉਹ ਕਹਿੰਦਾ ਲੈ ਤੀਜਾ ਵਾਰ ਜਿਹੜਾ ਹੋਊਗਾ ਇਹ ਤੋਂ ਬਾਅਦ ਲੜਾਈ ਹੈ ਫਿਰ ਆਪਣੀ, ਤੀਜਾ ਇੱਕ ਹੋਰ ਕਰ ਲਿਆ ਹੁਣ। ਤੀਜਾ ਉਹਨੇ ਕਰ ਲਿਆ, ਤੀਜਾ ਵੀ ਉਹਨੇ ਰੋਕ ਲਿਆ ਢਾਲ ਤੇ। ਪਰ ਤੀਜੇ ਦਿਨ ਲੜਾਈ ਸ਼ੁਰੂ ਸੀ, ਇਹੀ ਗੱਲ ਉੱਥੇ ਕਹੀ ਸੀ ਕਿਰਪਾਲ ਦਾਸ ਨੇ, ਉਹ ਗੱਲ ਚੱਲਦੀ ਆਉਂਦੀ ਸੀ ਭਗਾਣੀ ਸਾਹਿਬ ਦੇ ਯੁੱਧ ਵਾਲੀ, ਉਹ ਗੱਲ ਇੱਥੇ ਹੋਈ ਹੈ ਭਗਾਣੀ ਸਾਹਿਬ ਦੇ ਵਿੱਚ, ਇਹੀ ਗੱਲ ਚੱਲੀ ਸੀ, ਰਿਕਾਰਡ ਹੁੰਦਾ ਹੈ। ਜਿਵੇਂ ਕਿਰਪਾਲ ਦਾਸ ਨੇ ਕਿਹਾ ਸੀ ਤੂੰ ਚੜਾ ਕੇ, ਉਹੀ ਗੱਲ ਇੱਥੇ ਕਹੀ ਹੈ ਸਾਰੀ। ਬਸ ਤੀਜੀ ਵਾਰ ਕੀਤਾ, ਇੱਕੋ ਵਾਰ ਘੋੜੇ ਥੱਲੇ ਸੁੱਟਦਾ, ਇੱਕੋ ਵਾਰ ਜ਼ਖਮੀ ਕਰਕੇ ਘੋੜੇ ਤੋਂ ਥੱਲੇ ਸੁੱਟਦਾ, ਬਸ ਉਹਨੇ ਬੰਦ ਕਰਤਾ ਵਿਸਲ ਵਜਾਤੀ ਵੀ ਬਸ ਜੰਗ। ਚਲੋ ਜਿੱਤ ਹਾਰੇ ਦੇਖਣੀ ਸੀ, ਉਹਦਾ ਵਾਰ ਨਹੀਂ ਬਚਾ ਸਕਿਆ, ਜ਼ਖਮੀ ਹੋ ਗਿਆ, ਉਹਨੇ ਤਿੰਨ ਵਾਰ ਉਹਦੇ ਬਚਾ ਲਏ। ਪਰ ਇੰਨਾ ਹੀ ਦੇਖਣਾ ਹੁੰਦਾ ਉੱਥੇ, ਕਿਹੜਾ ਮਾਰਨਾ ਸੀ ਕਿਸੇ ਨੂੰ, ਜ਼ਖਮੀ ਕਰਤਾ ਜਾਂ ਥੋੜ੍ਹਾ ਜਿਹਾ ਵਾਰ ਲੱਗ ਗਿਆ ਕਿਤੇ ਵੀ ਲੱਗ ਗਿਆ ਉਹਦੇ, ਚਾਹੇ ਕਿਤੇ ਇਹੋ ਜਿਹੀ ਜਗ੍ਹਾ 'ਤੇ ਲੱਗ ਗਿਆ ਜਿੱਥੇ ਸੰਜੋਅ ਪਾਈ ਹੋਈ ਹੈ, ਸੰਜੋਅ ਪਾਈ ਹੋਈ ਹੈ, ਕਾੜ ਦੇ ਕੇ ਤਲਵਾਰ ਲੱਗੀ, ਜ਼ਖਮ ਤਾਂ ਹੋਇਆ ਨਹੀਂ ਕੋਈ, ਪਰ ਲੱਗਦਾ ਗਾ ਹੀ ਨਾ, ਬਸ ਉਹ ਜਿੱਤ ਗਿਆ। ਜਿੱਤ ਗਿਆ ਸ਼ਾਹ, ਬੜਾ ਖੁਸ਼ ਹੋਇਆ, ਖੁਸ਼ ਹੋਇਆ, ਦੇਖੋ ਬੜਾ ਖੁਸ਼ ਹੋਇਆ ਯਾਰ, ਕਮਾਲ ਕਰ, ਵਾਕਈ ਯੋਧਾ। ਰਾਜਾ ਐਵੇਂ ਨਹੀਂ ਬਣ ਜਾਂਦਾ, ਰਾਜਾ ਨੀਚ ਨਹੀਂ ਹੁੰਦੇ, ਜ਼ਲੀਲ ਨਹੀਂ ਹੁੰਦੇ, ਜ਼ਲੀਲ ਆਦਮੀ ਰਾਜਾ ਕਿਵੇਂ ਬਣ ਜੂ। ਖੁਸ਼ ਹੋਇਆ, ਉਹ ਨਜ਼ਾਰਾ ਆ ਗਿਆ, ਕਹਿੰਦਾ ਸਵਾਦ ਆ ਗਿਆ, ਇਹ ਜੰਗ ਨਹੀਂ ਕਦੇ ਦੇਖੀ, ਇਹੋ ਜਿਹਾ ਯੋਧਾ ਚਾਹੀਦਾ। ਉਹਨੇ ਕਿਹਾ ਇਹਨੂੰ ਨਾਮ ਦੇ ਕੇ ਆਓ, ਮੋਹਰਾਂ ਦੀ ਥੈਲੀ ਭੇਜਤੀ, ਨਾਮ ਦੇ ਕੇ ਆਓ। ਉਹਨੇ ਉਹ ਤੋਂ ਐਂ ਤਲਵਾਰ ਦੀ ਨੋਕ ਨਾ ਲੈ ਲਈ ਤੇਰੀ, ਕਹਿੰਦਾ ਖਾਲਸਾ ਐਂ ਨਹੀਂ ਲੈਂਦਾ, ਐਂ ਲੈਂਦਾ। ਉਹਨਾਂ ਨੇ ਕਿਹਾ ਨਾ ਵੀ ਸ਼ਾਹ, ਕਹਿੰਦਾ ਇਹ ਕੀ ਹੈ ਪੁੱਛਦਾ, ਅਤੇ ਉਹ ਥੈਲੀ ਲੈ ਕੇ ਆਇਆ। ਉਹਨੇ ਉਹਨੂੰ ਦੱਸਿਆ ਨਾ ਆਪਣੀ ਬੋਲੀ 'ਚ ਵੀ ਸ਼ਾਹ ਤੁਹਾਨੂੰ ਆਰਾਮ ਦੇ ਰਿਹਾ, ਬੜਾ ਖੁਸ਼ ਹੈ ਤੁਹਾਡੀ ਜੰਗ 'ਤੇ। ਫਿਰ ਹੱਸ ਪਿਆ, ਹੱਸ ਕੇ ਥੈਲੀ ਨੋਕ ਨਾ ਲੈ ਲਈ ਤਲਵਾਰ ਦੀ, ਨਾ ਵੀ ਖਾਲਸਾ ਐਂ ਲੈਂਦਾ, ਕਹਿੰਦਾ ਐਂ ਨਹੀਂ ਲੈਂਦਾ। ਉਹ ਸੀ ਸਿੱਖ, ਉਹ ਮੰਗਤੇ ਨਹੀਂ ਸੀ ਤੇਰੇ ਵਰਗੇ, ਧੰਨ 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 ਕੋ ਪਾਖੀ ਹੈ, ਜਗਤ ਗੁਲਾਮ, ਪਰ ਨਹੀਂ ਹੈ ਗੁਲਾਮ ਜਗਤ ਦਾ, ਲੋਕ ਨਾ ਲੈ ਰਿਹਾ। ਸਭ ਨੇ ਰੱਖ ਤੇ ਜਾਕੋ, ਫਿਰ ਸਭ ਚੱਲ ਕਰਤਾ ਸਲਾਮ, ਨਹੀਂ ਸਲਾਮ ਕਰਦਾ, ਉਹ ਤਲਵਾਰ ਨੂੰ ਲੈਂਦਾ, ਤਲਵਾਰ ਨਾਲ ਲੈਂਦਾ। ਕਿੰਨੇ ਮਿੰਟ ਰਹਿੰਦੇ ਚੋ ਭਾਈ, ਸਾਰੀ ਸਾਖੀ ਸੁਣਾਉਣ ਦਾ ਮਤਲਬ ਇਹ ਹੈ ਕਿ ਧੰਨ ਖਾਲਸਾ ਕੋਲ ਵੀ ਰਿਹਾ, ਪਰ ਖਾਲਸਾ ਗੁਲਾਮ ਨਹੀਂ ਹੋਇਆ ਤੁਹਾਨੂੰ। ਰਣਜੀਤ ਸਿੰਘ ਦਾ ਰਾਜ ਦੇ ਵਿੱਚ ਤਨਖਾਹ ਨਹੀਂ ਸੀ ਲੈਂਦਾ, ਅਕਾਲੀ ਫੂਲਾ ਸਿੰਘ ਤਨਖਾਹ ਨਹੀਂ ਸੀ ਲੈਂਦਾ। ਜੋ ਮਾਲ ਇਹਨਾਂ ਦਾ ਲੁੱਟ ਲਿਆ, ਜਿਹੜੇ ਜਿਨ੍ਹਾਂ ਨੇ ਸੰਸਾਰ ਲੁੱਟਿਆ ਹੋਇਆ ਸੀ,
ਉਹ ਖਾਲਸੇ ਨੂੰ ਵੰਡ ਦਿੰਦਾ ਸੀ, ਤਨਖਾਹ ਨਹੀਂ ਸੀ ਲੈਂਦਾ, ਗੁਲਾਮੀ ਨਹੀਂ ਕੀਤੀ ਰਣਜੀਤ ਸਿੰਘ ਦੀ, ਹੁਕਮ ਨਹੀਂ ਮੰਨਿਆ ਉਹਦਾ ਕਿਤੇ, ਉਹ ਰਜਿਸਟਰ ਨਾ ਨਹੀਂ ਕਿਸੇ ਦਾ, ਖਾਲਸਾ ਅਲੱਗ ਸੀ ਆਜ਼ਾਦ ਸੀ, ਨੌਕਰੀ ਨਹੀਂ ਕੀਤੀ ਕਿਤੇ, ਨੌਕਰੀ ਇੱਕ ਦੀ ਘਰ ਹੁੰਦੀ ਹੈ, ਚਾਕਰ ਕਹੀਏ ਖਸਮ ਘਰ, ਚਾਕਰ ਲੱਗੇ ਚੌਕਰੀ ਜੇ ਚੱਲੇ ਖਸਮੇ, ਨੌਕਰੀ ਕਿਵੇਂ ਕਰ ਲੂਗਾ, ਕਰੇ ਨਹੀਂ ਸਕਦਾ ਨੌਕਰੀ। ਇਹ ਸਿੱਖਿਆ ਖਾਲਸੇ ਦੀ, ਇਹ ਕੀ ਜਾਣੇ, ਇਹ ਕੀ ਜਾਣੇ, ਇਹ ਵਿਦਵਾਨ ਕੀ ਜਾਣਨੇ, ਵਿਦਵਾਨ ਨੌਕਰੀਆਂ ਕਰਨ ਵਾਲੇ ਤੁਸੀਂ ਬੰਦੇ, ਤੁਸੀਂ ਕਹਿੰਦੇ ਅਸੀਂ ਸਿੱਖ, ਸਿੱਖ ਹੋਵੋਗੇ ਤੁਸੀਂ, ਖਾਲਸਾ ਹੋਰ ਗੱਲ ਹੈ, ਇਹ ਧਰਮ ਖਾਲਸੇ ਦਾ, ਸੰਬੰਧ ਖਾਲਸੇ ਦਾ, ਇਸ ਦਸਮ ਗ੍ਰੰਥ ਨਾਲ ਖਾਲਸਾ ਬਣਿਆ, ਇਹਦੀਆਂ ਬਾਣੀਆਂ ਪਾ ਕੇ ਤਿੰਨ ਨਾਲ, ਦੋ ਬਾਣੀਆਂ ਆ ਚੋ ਤਿੰਨੇ ਚੋ ਪਾ ਕੇ ਖਾਲਸਾ ਬਣੇ, ਫਿਰ ਉਹ ਸਿੱਖ ਨਹੀਂ ਰਿਹਾ, ਸਿੱਖ ਤੋਂ ਪ੍ਰਮੋਟ ਹੋ ਗਿਆ, ਅੱਗੇ ਹੋ ਗਿਆ, ਸਿੱਖ ਸੇਵਕ ਹੈ ਖਾਲਸਾ ਮਾਲਕ ਹੈ, ਸਿੱਖ ਤਾਂ ਸੇਵਕ ਹੈ ਖਾਲਸਾ ਮਾਲਕ ਹੈ, ਖਾਲਸਾ ਮਾਲਕ ਬਣਾਇਆ, ਵਸੀਅਤ ਕੀਤੀ ਹੋਈ ਹੈ ਇਹਦੇ ਵਿੱਚ ਥਲ ਅੱਧ ਵਿੱਚ ਦਸਮ ਗ੍ਰੰਥ ਦੇ, ਵਸੀਅਤ ਆਊਗੀ, ਮੋਹ ਕਰੈ ਮੋਹ ਤਨ ਤੇ ਮਨ ਤੇ ਸਿਰ ਲਉ ਤਨ ਤੇ ਸਭ ਹੀ ਨਹੀਂ ਕੋ, ਖਾਲਸੇ ਨੂੰ ਗੁਰਿਆਈ ਦਿੱਤੀ ਹੈ, ਖਾਲਸੇ ਤੋਂ ਅੰਮ੍ਰਿਤ ਛਕਿਆ, ਖਾਲਸੇ ਦਾ ਹੁਕਮ ਮੰਨੇ ਚਮਕੌਰ ਦੇ ਗੜੀ ਦੇ ਵਿੱਚੋਂ, ਖਾਲਸਾ ਦਾ ਮਾਲਕ ਹੈ, ਖਾਲਸਾ ਸੇਵਕ ਵੀ ਹੈ, ਸੇਵਕਾ ਪਰਮੇਸ਼ਰ ਦਾ, ਖਾਲਸਾ ਸੇਵਕਾ ਪਰਮੇਸ਼ਰ ਦਾ, ਜਿਹੜੇ ਵਿਅਕਤੀ ਗੁਰੂ ਨੇ ਉਹਨਾਂ ਦੀ ਜਗ੍ਹਾ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਤਾਂ ਸਤਿਗੁਰ ਪੂਰਾ ਹੈ ਖਾਲਸਾ ਤਾਂ, ਤੁਸੀਂ ਕੀ ਸਮਝਦੇ ਹੋ ਇਹਨੂੰ, ਸਿੱਖ ਦੀ ਡਿਗਰੀ ਥੱਲੇ ਹੈ, ਖਾਲਸੇ ਦੀ ਡਿਗਰੀ ਉੱਪਰ, ਇਹ ਦਸਮ ਗ੍ਰੰਥ ਨਾਲੇ ਖਾਲਸਾ ਬਣੇ, ਉਹਦੇ ਨਾਲ ਖਾਲਸਾ ਨਹੀਂ ਬਣਿਆ ਹੈ, ਖਾਲਸੇ ਦਾ ਜ਼ਿਕਰ ਜ਼ਰੂਰ ਆਇਆ, ਕਹੋ ਕਬੀਰ ਜਨ ਭਏ ਖਾਲਸੇ ਆਇਆ ਲਫ਼ਜ਼, ਪ੍ਰੇਮ ਭਗਤੀ ਜਿਨ ਜਾਨੀ, ਖਾਲਸੇ ਭਏ ਨੇ, ਖਾਲਸੇ ਇਹ ਪ੍ਰੇਮ ਭਗਤ ਜਾਣ ਕੇ ਉਹਤੋਂ ਬਾਅਦ ਖਾਲਸਾ ਹੈ, ਅੱਗੇ ਜਾ ਕੇ ਪ੍ਰੇਮ ਭਗਤੀ ਤੁਸੀਂ ਅਜੇ ਜਾਣੀ ਨਹੀਂ, ਗੱਲਾਂ ਕਰਦੇ ਹੁੰਦੇ ਦਸਮ ਗ੍ਰੰਥ ਦੀਆਂ, ਕੁਛ ਅਕਲ ਕਰੋ, ਕੁਛ ਹੋਸ਼ ਕਰੋ, ਕੋ ਤੁਹਾਨੂੰ ਇਹ ਵੀ ਕੋਈ ਸਾਨੂੰ ਰੋਕਣ ਵਾਲਾ ਹੈ ਹੀ ਨਹੀਂ, ਕੋਈ ਜਮੇ ਹੀ ਨਹੀਂ ਬੋਲਣ ਵਾਲਾ, ਉਹ ਤਾਂ ਅਸੀਂ ਜਾਣ ਕੇ ਚੁੱਪ ਕੀਤੇ ਹੋਏ ਤੇ ਬਈ ਇਹ ਥੱਕ ਲੈਣ, ਸਾਰੇ ਇਹਨਾਂ ਨੂੰ ਜਵਾਬ ਦੇਣ ਵਾਲੇ ਥੱਕ ਲੈਣ, ਬੋਲ ਕੇ ਦੇਖ ਲਈਏ ਦੋਵਾਂ ਕੋਲ ਕੀ ਕੁਛ ਹੈ, ਸਾਰਾ ਨਿਕਲ ਆਵੇ, ਹੁਣ ਫਰੰਟ 'ਤੇ ਆ ਗਏ ਅਸੀਂ ਆਪ ਹੀ, ਦੇਖਦੇ ਹਾਂ ਕੌਣ ਆਉਂਦਾ। ਹਾਂਜੀ, ਚੌਪਈ ਕਾਲ ਨਾ ਕਉ ਕਰਨ ਸਮਾਰਾ, ਕਾਲ ਨਾ ਕਉ ਕਰਨ ਸਮਾਰਾ, ਹਾਂਜੀ, ਬੈਰ ਬਾਦ ਅਹੰਕਾਰ ਪਸਾਰਾ, ਬੈਰ ਬਾਦ ਅਹੰਕਾਰ ਪਸਾਰਾ, ਕਾਲ ਨਹੀਂ ਕਿਸੇ ਨੂੰ ਕੁਛ ਸਮਝਦਾ, ਕਾਲ ਦੇ ਮੂਹਰੇ ਕਿਹਦੀ ਚੱਲਦੀ ਹੈ, ਕਾਲ ਦੇ ਮੂਹਰੇ ਕਿਸੇ ਨੂੰ ਕੁਛ ਨਹੀਂ ਅੜਦਾ, ਬੈਰ ਵਿਰੋਧ ਅਹੰਕਾਰ ਜਿਹੜਾ ਹੈ ਪਸਾਰਾ ਕਾਲ ਕਰ ਦਿੰਦਾ ਤੁਹਾਡੇ ਅੰਦਰੇ, ਇਹਨਾਂ ਦੇ ਅੰਦਰ ਇਹਨਾਂ ਦੀ ਮੌਤ ਆਪੇ ਪੈਦਾ ਹੋ ਜਾਂਦੀ ਹੈ, ਬੈਰ ਵਿਰੋਧ ਅਹੰਕਾਰ ਹੈ ਉਹ ਸਾਡੀ ਮੌਤ ਹੁੰਦੀ ਹੈ ਪੈਦਾ ਹੋਈ ਹੋਈ ਆਪਣੇ ਅੰਦਰ, ਸਮਾਂ ਤਾਂ ਤੁਹਾਡੇ ਅੰਦਰ ਹੀ ਬਿਮਾਰੀ ਪੈਦਾ ਕਰ ਦਿੰਦਾ, ਆਪ ਥੋੜ੍ਹੀ ਲੜਦਾ ਉਹ ਆ ਕੇ, ਚੰਗੇ ਸਮਾਂ ਮਾੜਾ ਸਮਾਂ, ਮਾੜੇ ਸਮੇਂ 'ਚ ਬਿਮਾਰੀਆਂ ਪੈਦਾ ਹੁੰਦੀਆਂ, ਚੰਗਾ ਸਮਾਂ ਕਾਸੀ ਦਿਨ ਦਿਨ ਤਨਕੇ ਧਨਕੀ ਵਿਰਧਾ, ਉਹ ਸਮਾਂ ਹੋਰ ਸੀ, ਇਹ ਸਮਾਂ ਦੂਰ ਆ ਗਿਆ, ਲੋਭ ਮੂਲ ਇਹ ਜਾਕੋ ਹੁਆ, ਜਦੋਂ ਲੋਭ ਪੈਦਾ ਹੋ ਜਾਏ ਨਾ ਕਿਸੇ ਖਾਨਦਾਨ ਦੇ ਵਿੱਚ, ਉਹ ਸਮਝੋ ਗਿਆ, ਲੋਭ ਮੂਲ ਹੈ ਜੱਗ ਦਾ, ਸੰਸਾਰ ਦਾ ਮੂਲ ਕੀ ਹੈ ਲੋਭ, ਇਸ ਕਰਕੇ ਲੋਭੀ ਕਾ ਵਸਾ ਨਤੀਜਾ ਕਹਿੰਦੀ ਹੈ ਬੋਲੀ। ਹਾਂਜੀ, ਜਾ ਸੋ ਚਾਹਤ ਸਭੇ ਕੋ ਮੂਆ, ਬਸ ਲੋਭੀ ਕੀ ਚਾਹੁੰਦਾ, ਸਾਰੇ ਹੀ ਮਰ ਜਾਣ, ਮੈਂ ਬਚਾਂ ਥੱਲੇ, ਸਭ ਦੀ ਉੱਤੀ ਮੈਨੂੰ ਆ ਜਾਏ, ਲੋਭੀ ਚਾਹੁੰਦਾ ਦੁਨੀਆ ਸਾਰੀ ਮਰ ਜਾਵੇ ਤੇ ਸਾਰੇ ਦੀ ਜਾਇਦਾਦ ਮੈਨੂੰ ਆ ਜਾਏ, ਲੋਭ ਤਾਂ ਚਾਹੁੰਦਾ ਸਾਰੇ ਮਰ ਜਾਣ, ਕੋਈ ਰਹੇ ਹੀ ਨਾ। ਇਤਿ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸੁਭ ਵੰਸ ਵਰਣਨ ਨਾਮ ਦੁਤੀਆ ਅਧਿਆਇ ਸਮਾਪਤ, ਮਤ ਸੁਭ ਮਸਤ ਭੁਜੰਗ ਪ੍ਰਿਆਤ ਛੰਡ। ਹਾਂਜੀ।
ਰਚਾ ਬੈਰ ਬਾਦ ਇੱਥੇ ਆ ਕੇ ਸਮਾਪਤੀ ਹੋ ਗਈ ਅਧਿਆਏ ਦੀ, ਦੂਆ ਅਧਿਆਇ ਸ਼ੁਰੂ ਹੋ ਗਿਆ ਅੱਗੇ। ਹਾਂਜੀ, ਭੁਜੰਗ ਪ੍ਰਜਾਤ ਛੰਦ ਰਚਾ ਬੈਰ ਬਾਦੰ ਵਿਧਾਤੇ ਅਪਾਰੰ, ਵਿਧਾਤੇ ਨੇ ਬੈਰ ਬਾਦ ਰਚ ਦਿੱਤਾ, ਨਵਾਂ ਇੱਕ ਬਾਦ ਸ਼ੁਰੂ ਹੋ ਗਿਆ, ਵਾਦ ਵਿਵਾਦ ਸ਼ੁਰੂ ਹੋਇਆ, ਜਿਵੇਂ ਇਹਨਾਂ ਨੇ ਵਾਦ ਵਿਵਾਦ ਸ਼ੁਰੂ ਕੀਤਾ, ਇਹ ਵੀ ਚੰਗੇ ਵਾਸਤੇ ਹੀ ਹੋਇਆ। ਵਿਧਾਤੇ ਅਪਾਰੰ, ਬਾਅਦ ਵਿੱਚ ਦੱਸਾਂਗੇ ਕੀ ਹੈ ਚੰਗਾ ਚੋਂ ਨਿਕਲਣ ਕੀ ਹੈ। ਆ ਜਿਹੜਾ ਸਾਡੇ ਹੋਇਆ ਇਹ ਵੀ ਵਧੀਆ ਹੋਇਆ, ਚੰਗਾ ਹੋਇਆ, ਇਹ ਤੇ ਬਿਨਾਂ ਗੱਲ ਬਣਨੀ ਨਹੀਂ ਸੀ, ਚਾਹੀਦਾ ਹੀ ਸੀ। ਜਿਸੇ ਸਾਧ ਸਾਕਿਓ ਨਾ ਕਉ ਸੁਧਾਰੰ, ਬਸ ਉਹਨੂੰ ਮਿਟਾ ਨਹੀਂ ਸਕਿਆ, ਉਹੀ ਜਿਵੇਂ ਕ੍ਰਿਸ਼ਨ ਮਿਟਾ ਰਿਹਾ ਮਹਾਭਾਰਤ ਦੇ ਵਿੱਚ, ਵੀ ਲੜਾਈ ਨਾ ਹੋਵੇ, ਹਟ ਨਹੀਂ ਰਹੀ। ਉਹਨੇ ਕਿਹਾ ਵਧਾਤੇ ਦਾ ਇਹ ਹੁਕਮ ਪਾਈ, ਇਹ ਮੇਟਿਆ ਨਹੀਂ ਜਾ ਸਕਦਾ ਹੁਣ, ਕੋਈ ਨਹੀਂ, ਜਿਵੇਂ ਉਹਦਾ ਹੁਕਮ ਹੋ ਲੈਣ ਦੋ। ਇਹ ਜਿਹੀ ਬਥੇਰੇ ਸਮਝਾਉਣ ਵਾਲੇ ਬਥੇਰੇ ਸਮਝਾ ਰਹੇ ਵੀ ਭਾਈ ਇਹ ਰਾਹ ਨਾ ਚੱਲੋ, ਇਹ ਚੰਗਾ ਨਹੀਂ ਰਾਹ, ਪਰ ਨਹੀਂ ਮਿਟਿਆ ਨਹੀਂ ਰਾਹ। ਬਲੀ ਕਾਮ ਰਾਇੰ ਮਹਾਲੋਭ ਮੋਹੰ, ਬਲੀ ਕਾਮ ਰਾਇੰ, ਕਾਮਨਾ ਜਿਹੜੀ ਹੈ ਸਭ ਤੋਂ ਬਲਵਾਨ ਹੈ, ਇੱਛਾ ਮੇਰਾ ਹੀ ਰਾਜ ਹੋ ਜਾਏ ਸਾਰੇ। ਮਹਾਲੋਭ ਮੋਹੰ, ਲੋਭ ਉਹ ਵੀ ਕੋਈ ਘੱਟ ਨਹੀਂ ਹਨ, ਉਹ ਵੀ ਮਹਾਨ ਨੇ, ਸ਼ਕਤੀਸ਼ਾਲੀ ਨੇ। ਇਹ ਕਾਮਨਾਵਾਂ ਇੱਛਾਵਾਂ ਜਾਂ ਲੋਭ ਪੈਦਾ ਹੋ ਜਾਂਦਾ, ਇਹ ਸਮਝੋ ਰਖੇੜ ਦਿੰਦਾ ਸਾਰਿਆਂ ਨੂੰ, ਤਿੰਨਾਂ ਇਕੱਠਾ ਜਿਹੜੀ ਯੂਨਿਟੀ ਹੁੰਦੀ ਹੈ ਉਹਨੂੰ ਖਤਮ ਕਰ ਦਿੰਦਾ। ਹਿੰਦੁਸਤਾਨ 'ਚ ਕੀ ਹੋਇਆ, ਤਿੰਨੇ ਚੀਜ਼ਾਂ ਹੋਈਆਂ ਹੋਈਆਂ ਨੇ। ਉਸੀ ਬੜੀ ਕਾਮ ਰਾਇੰਗ ਮਹਾਲੋਭ ਮੋਹ, ਮਹਾਲੋਭ ਮੋਹ, ਇੱਥੇ ਤਾਂ ਪੈਸਾ ਚੱਕ ਚੱਕ ਕੇ ਬਾਹਰਲੇ ਬੈਂਕਾਂ 'ਚ ਭੇਜੀ ਜਾਂਦੇ, ਜਿਹੜਾ ਅੱਗੇ ਆ ਜਾਂਦਾ ਉਹੀ ਲੁੱਟ ਕੇ ਖਾ ਜਾਂਦਾ। ਕਾਹਦੀ ਨਿਸ਼ਾਨੀ ਹੈ? ਮਾੜੇ ਵਗਤ ਦੀ ਨਿਸ਼ਾਨੀ ਹੈ, ਪੈੜੇ ਵਗਤ ਦੀ ਨਿਸ਼ਾਨੀ, ਏਕਤਾ ਦੀ ਨਿਸ਼ਾਨੀ ਨਹੀਂ ਹੈ। ਏਕਤਾ ਕਿਵੇਂ ਹੋਵੇ ਪਬਲਿਕ ਦੇ ਵਿੱਚ? ਦੂਏ ਪਾਸੇ ਆ ਜਿਹੜੇ ਮੁੰਡੇ ਉੱਠੇ ਬੰਦੂਕਾਂ ਲੈ ਕੇ, ਕਿਉਂ? ਇਹਨਾਂ ਨੂੰ ਦੇਖ ਕੇ ਉੱਠੇ ਨੇ ਵੀ ਇਹ ਤਾਂ ਹਟਦੇ ਹੀ ਨਹੀਂ, ਹੁਣ ਗਾਏ ਗਾਹ ਵਧੀ ਜਾਂਦੇ ਨੇ। ਉਹਨਾਂ ਨੂੰ ਆਪਣਾ ਫਿਊਚਰ ਡਾਰਕ ਲੱਗਦਾ, ਮਰਨਾ ਹੀ ਚੰਗਾ ਹੈ। ਉਹਨਾਂ ਨੂੰ ਸਮਝਾਉਣ ਵਾਲੇ ਪੁੱਠੀ ਮੱਤ ਦੇਈ ਜਾਂਦੇ ਨੇ, ਉਹਨਾਂ ਨੂੰ ਮੌਕਾ ਮਿਲਦਾ। ਇਹਨਾਂ ਦਾ ਕਰੈਕਟਰ ਦੇਖ ਕੇ ਉਹਨਾਂ ਨੂੰ ਪੁੱਠੀ ਮੱਤ ਵਾਲਿਆਂ ਨੂੰ ਮੌਕਾ ਮਿਲਦਾ। ਇਹ ਵੀ ਵਧਾਤੇ ਦੀ ਖੇਡ ਹੈ, ਪਾਸੇ ਅਸਰ ਕੀ ਪੈਂਦਾ। ਗਯੋ ਕੌਣ ਵੀਰੰ ਸੋ ਯਾਤੇ ਅਲੋਹੰ, ਇਹ ਤਾਂ ਕੋਈ ਵੀ ਵੀਰ ਨਹੀਂ ਬਚ ਸਕਿਆ, ਕੋਈ ਬਹਾਦਰ ਐਸਾ ਨਹੀਂ ਹੈ ਇਹਨਾਂ ਚੀਜ਼ਾਂ ਤੋਂ ਬਚ ਗਿਆ ਹੋਵੇ, ਬਸ ਉਹ ਹੀ ਬਚਦਾ ਫਿਰ ਗੁਰਮੁਖੇ ਬਚਦਾ ਇਹਨਾਂ ਤੇ। ਤਹਾਂ ਵੀਰ ਬੰਕੇ, ਉਹ ਜਿਹੜਾ ਬਚਦਾ ਉਹ ਵੀਰ ਨਹੀਂ, ਉਹ ਮਹਾਂਵੀਰ ਹੈ ਫਿਰ। ਤਹਾਂ ਵੀਰ ਬੰਕੇ ਬਖੇ ਆਪ ਮਦਨ, ਉੱਥੇ ਜਿਹੜੇ ਜਵਾਨ ਸੂਰਮੇ ਵੀਰ ਬੰਦੇ ਆਪਸ ਵਿੱਚ ਹੀ ਖੈਬੜ ਪਏ, ਬਖੇ ਆਪ ਮਦਨ ਆਪਸ ਵਿੱਚ ਹੀ ਖੈਬੜ ਪਏ। ਉੱਠੇ ਸ਼ਸਤਰ ਲੈ ਲੈ ਮਚਾ ਜੋ ਦੁਸ਼ਦੰ, ਉਹ ਸ਼ਸਤਰ ਲੈ ਕੇ ਭਿੜ ਗਏ ਆਪਸ ਵਿੱਚ ਹੀ, ਜੰਗ ਮਚ ਗਈ। ਮਚਾ ਯੁੱਧ ਸੁਧੰ, ਬਸ ਸਭ ਯੁੱਧ ਪੈਦਾ ਹੋ ਗਿਆ, ਜੁੜ ਪਏ ਆਪਸ ਵਿੱਚ, ਆਪਸ ਵਿੱਚ ਹੀ ਕਟਾਵੜੀ ਹੋ ਗਈ। ਕਾਹੂ ਖਪਰੀ ਖੋਲ ਖੰਡੇ ਅਪਾਰੰ, ਕਿਤੇ ਖਪਰੀਆਂ ਖੱਪ ਖੋਲੇ ਪਏ ਨੇ, ਉਹਦੀ ਦੇ ਸਿਰ 'ਚ ਲੱਗਣਾ ਖੱਪ ਖੋਲੇ ਹੀ ਜਾਣ। ਖੰਡੇ ਅਪਾਰੰ, ਕਈ ਟੁਕੜੇ ਕਰਤੇ, ਕਿਸੇ ਦੀ ਬਾਂਹ ਵੱਢੀ ਪਈ ਆ, ਕਿਸੇ ਦੀ ਲੱਤ ਵੱਢੀ ਪਈ ਆ, ਕਿਸੇ ਦਾ ਸਿਰ ਵੱਢਿਆ ਪਿਆ। ਨਚੇ ਵੀਰ ਬੈਤਾਲ ਡੌਰੂ ਡਕਾਰੰ, ਬਸ ਵੀਰ ਬੈਤਾਲ ਨੱਚ ਗਏ, ਬੈਤਾਲ ਜਦ ਨੱਚਦਾ ਜਾਂ ਸਾਰੇ ਸਿਰ ਤੇ ਕਾਲ ਨੱਚਣ ਲੱਗ ਜਾਏ, ਉਹਨੂੰ ਬੈਤਾਲ ਕਹਿੰਦੇ ਨੇ। ਬਸ ਉਹ ਸਾਰਿਆਂ ਨੂੰ ਮਾਰ ਦੋ, ਮਾਰ ਦੋ, ਮਾਰ ਦੋ, ਮਾਰ ਦੋ ਲੱਗਦੀ ਹੈ, ਉਦੋਂ ਕੁਛ ਸੋਚਦਾ ਹੀ ਨਹੀਂ, ਸਭ ਨੂੰ ਸਾਰਿਆਂ ਦੇ ਉੱਤੇ ਸਿਰ ਤੇ ਕਾਲ ਨੱਚ ਜਾਂਦਾ, ਸਾਰੇ ਕਾਲ ਦਾ ਰੂਪ ਧਾਰਨ ਕਰ ਜਾਂਦੇ ਨੇ, ਇੱਕ ਦੂਏ ਵਾਸਤੇ ਸਾਰੇ ਕਾਲ ਦਾ ਰੂਪ ਧਾਰਨ ਕਰ ਜਾਂਦੇ। ਵਾ ਇਹ ਖੇਡ ਹੈ ਉਹਦੀ, ਪਰਮੇਸ਼ਰ ਦੀ ਹਵਾ ਹੀ ਐਸੀ ਚਲਾ ਦਿੰਦਾ। ਕਹੂੰ ਈਸ ਸੀਸੰ ਪੂਏ ਰੁੰਡ ਮਾਲੰ, ਕਈ ਈਸੀਸ ਕਈ ਰਾਜਾਂ ਦੇ ਸਿਰ ਕੱਟੇ ਪਏ ਨੇ, ਪੂਏ ਰੁੰਡ ਮਾਲੰ, ਰੁੰਡ ਮਾਲੰ ਜਿਹੜੇ ਸਿਰਾਂ ਦੀਆਂ ਲੈਣੇ ਕਤਾਰਾਂ ਹੀ ਲੱਗੀਆਂ ਪਈਆਂ ਨੇ। ਕਹੂੰ ਡਾਕ ਡੌਰੂ ਕਹੂੰ ਕਵੀ ਤਾਲੰ, ਕਹੂੰ ਡਾਕ ਡੌਰੂ ਵੱਜਦਾ, ਕਹਿੰਦੇ ਮਾਲੋ ਮਾਲੋ ਹੁੰਦੀ ਹੈ, ਕਈ ਬਤਾਲ ਨੱਚਦੇ ਨੇ, ਬਤਾਲ ਨੱਚਦੇ ਨੇ, ਉਹਨਾਂ ਦੇ ਅੰਦਰ ਗੁੱਸਾ ਹੈ ਵੀ ਮੈਂ ਇਹਦਾ ਮਾਰ ਕੇ ਹੀ ਛੱਡਣਾ, ਹੁਣ ਛੱਡਣਾ ਹੀ ਹੈ ਨਹੀਂ, ਦੂਰੋਂ ਉਹਦਾ ਦੇਖ ਕੇ ਭੱਜ ਕੇ
ਚਵੀ ਚਾਮਡੀਆਂ ਕਿਲਕਾਰ ਕੰਕਣ ਬਸ ਐ ਕਿਲਕਾਂ ਮਾਰਦੇ ਨੇ ਇੱਕ ਦੂਏ ਨੂੰ ਜਿਵੇਂ ਡੈਣਾ ਖਾਣ ਵਾਲੀਆਂ ਹੁੰਦੀਆਂ ਨੇ ਚਵੀ ਚਾਵਡੀਆਂ ਕੜੀ ਕਿਲਕਾਰਮ ਜਿਵੇਂ ਆਪਸ ਵਿੱਚ ਆਪੇ ਰੂਪ ਧਾਰਨ ਕੀਤੇ ਹੋਏ ਨੇ ਅਕਾਲੀ ਦੇ ਯਾਰ ਇਹਨਾਂ ਡੈਣਾ ਦੇ ਆਦਮੀਆਂ ਨੇ ਡੈਣਾ ਦੇ ਇੱਕ ਦੂਏ ਨੂੰ ਰੂਪ ਧਾਰਨ ਕੀਤੇ ਹੋਏ ਉਹ ਡੈਣਾ ਨਹੀਂ ਹੁੰਦੀਆਂ ਆਦਮੀ ਬਣ ਜਾਂਦਾ ਕਹਿੰਦੇ ਮਾਂ ਡੈਣ ਪੁੱਤਾਂ ਨੂੰ ਖਾਵੇ ਉਸਾਰ ਲਈ ਹੈ ਪੁੱਤਾਂ ਨੂੰ ਯਾਰ ਦੇ ਕੇ ਜਿਹੜੀ ਮਾਰ ਦੇਵੇ ਦੇਖਿਆ ਨਹੀਂ ਖੂਹ ਸਿੜ ਦਿੰਦੀਆਂ ਨੇ ਉਹ ਡੈਣੇ ਹੁੰਦੀ ਹੋਰ ਕੀ ਹੁੰਦੀ ਉਹ ਡੈਣ ਉਹ ਜਿਹੀ ਨਹੀਂ ਹੁੰਦੀ ਬਸ ਇਹ ਆਤਮਾ ਹੀ ਡੈਣ ਹੁੰਦੀ ਆ ਉਹਦੀ ਆਤਮਾ ਨਹੀਂ ਬਣਨਾ ਸਰੀਰ ਕੀ ਹੁੰਦਾ ਆਤਮਾ ਹੀ ਡੈਣ ਆਤਮਾ ਦੇ ਨਾਲ ਸਾਰਾ ਸੰਬੰਧ ਆਤਮਾ ਦਾ ਰੂਪ ਐਸਾ ਹੋ ਜਾਂਦਾ ਉਹ ਭਿਅੰਕਰ ਰੂਪ ਵਾਲੀ ਆਤਮਾ ਹੋ ਜਾਂਦੀ ਹੈ ਆਤਮਾ ਭਿਅੰਕਰ ਰੂਪ ਧਾਰਨ ਕਰ ਲੈਂਦੀ ਹੈ ਉਹੀ ਦੇਵੀ ਹੋ ਜਾਂਦੀ ਹੈ ਉਹੀ ਦੇਵੀ ਹੋ ਜਾਂਦੀ ਹੈ ਉਹੀ ਡੈਣ ਬਣ ਜਾਂਦੀ ਹੈ ਉਹਦੇ ਹੀ ਰੂਪ ਨੇ ਅੰਦਰ ਲੈਣ ਦੇ ਬਦਲ ਗੁੱਥੀ ਲੁੱਥ ਜੁੱਥੰ ਬਹੇ ਵੀਰ ਬੰਕੰ ਬਾ ਲੁੱਥਾਂ ਦੇ ਲੁੱਥਾਂ ਚੜ ਗਈਆਂ ਇੱਕ ਦੂਏ ਤੇ ਪਰੀ ਕੁੱਟ ਕੁੱਟੰਗ ਰੁਲੇ ਤੱਛ ਮੁੱਛ ਤੱਛ ਮੁੱਛ ਐਸੀ ਕੁੱਟ ਪਈ ਕੜਾ ਵੱਡੀ ਹੋਈ ਤੱਛ ਔਰ ਮੁੱਛ ਤੱਛੇ ਹੋਏ ਸਰੀਰ ਰੁਲੇ ਤੱਛ ਮੁੱਛ ਤੱਛੇ ਹੋਏ ਸਰੀਰ ਟੁੱਕੇ ਹੋਏ ਸਰੀਰ ਰੁੜਦੇ ਫਿਰਦੇ ਨੇ ਰੁੜੇ ਤੱਛ ਮੁੱਛ ਰਹੇ ਹੱਥ ਡਾਰੇ ਉਬੇ ਉਰਦ ਮੁੱਛ ਬਸ ਉਵੇਂ ਉਲਟੇ ਪਏ ਨੇ ਮੁੱਛਾਂ ਦੇ ਹੱਥ ਹੱਥ ਚ ਨੇ ਸਿਰ ਮਤਲਬ ਹੈ ਉਵੇਂ ਪਏ ਨੇ ਮੁੱਛਾਂ ਸਣੇ ਵੱਡੇ ਪਏ ਨੇ ਕਹੂੰ ਖੋਪਰੀ ਖੋੜ ਖਿਗੰ ਖਤੰਗੰ ਕਿਤੇ ਖੋਪਰੀਆਂ ਪਈਆਂ ਨੇ ਸਿਰਾਂ ਦੀਆਂ ਕਿਤੇ ਖਤੰਗ ਜਿਹੜੇ ਨੇ ਘੋੜੇ ਨੇ ਕਿਤੇ ਉਹ ਜਿਹੜੇ ਪੱਠੇ ਹੁੰਦੇ ਨੇ ਤੀਰ ਪਾਏ ਹੁੰਦੇ ਨੇ ਉਹ ਰੁਲੇ ਫਿਰਦੇ ਨੇ ਸਮਾਨ ਜੰਗ ਦਾ ਰੁਲਿਆ ਫਿਰਦਾ ਖੱਗਾਂ ਰੁਲੀਆਂ ਫਿਰਦੀਆਂ ਨੇ ਤਲਵਾਰਾਂ ਰੁਲੀਆਂ ਫਿਰਦੀਆਂ ਨੇ ਉਹ ਸਾਰਾ ਸਮਾਨ ਰੁਲਣਾ ਹੀ ਆ ਜਾਂ ਬੰਦੇ ਮਰ ਜਾਂਦੇ ਨੇ ਸਮਾਨ ਸਾਰਾ ਖਿੰਡ ਪੁੱਟ ਜਾਂਦਾ ਘੋੜੇ ਵੱਢੇ ਹੋਏ ਨੇ ਘੋੜਿਆਂ ਦੀਆਂ ਕਾਠੀਆਂ ਰੁਲਦੀਆਂ ਫਿਰਦੀਆਂ ਨੇ ਸਾਰਾ ਕੁਛ ਸਮਾਨ ਰੁਲਣਾ ਹੀ ਆ ਉੱਥੇ ਹੋਰ ਕੀ ਹੁਣ ਕਹੂੰ ਖੱਤਰੀਆਂ ਖਗ ਖੇਤ ਨਿਖੰਗੰ ਕਿਤੇ ਯੋਧੇ ਸੂਰਮੇ ਨੇ ਖੱਤਰੀ ਨੇ ਛੱਤਰੀ ਲੜਨ ਵਾਲੇ ਨੂੰ ਕਹਿੰਦੇ ਨੇ ਖਗ ਖੇਤ ਨਿਖੰਗੰ ਖੜੀ ਤਲਵਾਰਾਂ ਕੱਢੀ ਭੱਜੇ ਆਉਂਦੇ ਨੇ ਹੋਰ ਖੇਤ ਵਿੱਚ ਰਣ ਵਿੱਚ ਤਲਵਾਰਾਂ ਤੋਂ ਹੀ ਫਿਰਦੇ ਨੇ ਡੰਗੀਆਂ ਚਵੀ ਚਾਮਡੀ ਡਾਕਣੀ ਡਾਕ ਮਾਰੇ ਬਸ ਐ ਸਮਝ ਲਓ ਜਿਵੇਂ ਕੋਈ ਡੈਣ ਹੁੰਦੀ ਹੈ ਨਾ ਪਿਆਲਾ ਲਈ ਫਿਰਦੀ ਖੂਨ ਪੀਣ ਦਾ ਐ ਉਹ ਤਲਵਾਰਾਂ ਲਈ ਫਿਰਦੇ ਨੇ ਬਈ ਜਾਣੀ ਹੁਣ ਇਹਦਾ ਖੂਨ ਤੇਰਾ ਪੀ ਪੀਣਾ ਕੀ ਹੈ ਡੋਲਣਾ ਹੀ ਹੁੰਦਾ ਐ ਰੂਪ ਧਾਰਨ ਕੀਤੇ ਹੁੰਦੇ ਵੀ ਇਹਦਾ ਖੂਨ ਪੀ ਕੇ ਛੱਡਣਾ ਕਹੂੰ ਭੈਰ ਵੀ ਭੂਤ ਭੈਰੋਂ ਬਕਾਰੇ ਭੈਰ ਵੀ ਭੂਤ ਆਤਮਾ ਹੀ ਹੈ ਇਹ ਰੂਪ ਧਾਰਨ ਕੀਤੇ ਆਤਮਾ ਦੇ ਰੂਪ ਨੇ ਇਹ ਭੈਰਵੀ ਦਾ ਰੂਪ ਹੈ ਭੂਤ ਦਾ ਰੂਪ ਹੈ ਬੁਕਾਰੇ ਕਹੂੰ ਵੀਰ ਬੈਤਾਲ ਆਪ ਨੂੰ ਇਹ ਗੱਲਾਂ ਕਹਿੰਦੇ ਨੇ ਕਈ ਹਿੰਦੂਆਂ ਦੇ ਵਿੱਚ ਮੈਂ ਫਲਾਣੇ ਦਾ ਰੂਪ ਆ ਗਿਆ ਤੇਰੇ ਵਾਸਤੇ ਆ ਜਾ ਬਈ ਕਾਲਾ ਬਣ ਕੇ ਆ ਗਿਆ ਮੈਂ ਤੇਰਾ ਕੋਈ ਕਹਿ ਦੇਵੇ ਕਿਸੇ ਨੂੰ ਆ ਜਾ ਤੇਰਾ ਕਾਲ ਆ ਗਿਆ ਅੱਗੇ ਸੁਨੇਹਾ ਭੇਜ ਦਿੰਦੇ ਹੁੰਦੇ ਲਵੇ ਮੈਂ ਤੇਰਾ ਕਾਲ ਅਸੀਂ ਖਰੀਦ ਲਿਆ ਬੰਦੂਕ ਖਰੀਦ ਲਈ ਫਰਜ ਕੀਤਾ ਤੇਰਾ ਕਾਲ ਆ ਗਿਆ ਅਸੀਂ ਖਰੀਦ ਲਿਆ ਹੁਣ ਤਕੜਾ ਹੋ ਜਾ ਤੂੰ ਸੁਨੇਹੇ ਭੇਜ ਦਿੰਦੇ ਕਾਲ ਕੇ ਬੰਦੂਕ ਲੈ ਲਈ ਵੀ ਇਹ ਤਾਂ ਕਿਹਾ ਨਹੀਂ ਬੰਦੂਕ ਲੈ ਲਈ ਕਾਲ ਲੈ ਲਿਆ ਤੇਰਾ ਇਹ ਸਿੰਬਲ ਵਰਤੇ ਹੁੰਦੇ ਇਹ ਭਾਸ਼ਾ ਹੈ ਇੱਕ ਭਾਸ਼ਾ ਦੇ ਸਿੰਬਲ ਵਰਤੇ ਹੋਏ ਨੇ ਕਹੂੰ ਵੀਰ ਬੈਤਾਲ ਬੰਕੇ ਬਿਹਾਰੰ ਹੁਣ ਜਦੋਂ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਬਣਾਤੀਆਂ ਬਾਹਰ ਰੂਹ ਦੀਆਂ ਆਦਮੀਆਂ ਬਣ ਗਈਆਂ ਉਹ ਹੋਰ ਇਹ ਗੱਲ ਬਣ ਗਈ ਨਕਸ਼ਾ ਹੋਰੇ ਬਣ ਗਿਆ ਕਹੂੰ ਭੂਤ ਪ੍ਰੇਤੰ ਹਸੇ ਮਾਸ ਆਹਾਰੰ ਭੂਤ ਪ੍ਰੇਤੰ ਮਾਸ ਆਹਾਰ ਕੇ ਹੱਸਦੇ ਨੇ ਕਿਵੇਂ ਹੱਸਦੇ ਨੇ ਅੱਗੇ ਐਂ ਹੁੰਦਾ ਸੀਗਾ ਜਦੋਂ ਸਿੰਘ ਜਿਹੜੇ ਫੜੇ ਜਾਂਦੇ ਸੀ ਨਾ ਜੰਗ ਦੇ ਵਿੱਚ ਜੰਗ ਹੁੰਦੀ ਸੀ ਕੋਈ ਸਿੰਘ ਕਈ ਕਾਬੂ ਵੀ ਆ ਜਾਂਦੇ ਸੀ ਕਈਆਂ ਨੂੰ ਘਰਾਂ 'ਚ ਫੜ ਕੇ ਲੈ ਆਉਂਦੇ ਸੀ ਪਿੱਛੇ ਆ ਕੇ ਇਹ ਕੀ ਕਰਦੇ ਸੀ ਮੁਗਲ ਇੱਕ ਤਵਾ ਹੁੰਦਾ ਨਹੀਂ ਜਿਹੜਾ ਆਪਣਾ ਲੋਹੇ ਦਾ ਇਹਨੂੰ ਗਰਮ ਕਰ ਲੈਂਦੇ ਲਾਲ ਅੱਗ ਦੇ ਉੱਤੇ ਅੱਗ ਲੱਕੜਾਂ ਜਾਲ ਕੇ ਰਾਤ ਨੂੰ ਕੱਢਦੇ ਸੀ ਨਾ ਰਾਤ ਸੇਖ ਦੇ ਵਿੱਚ ਕਿ ਬਾਹਰੇ ਰਹਿੰਦੇ ਕਿਹੜਾ ਗਾਂ ਕਮਰੇ ਹੁੰਦੇ ਸੀ ਚਾਹੇ ਕਿੰਨਾ ਵੀ ਹੋਵੇ ਕੋਰਾ ਪੈਂਦੇ ਦੇ ਵਿੱਚ ਬਾਹਰ ਜਿਹੜਾ ਹੈ ਨਾ ਰਹਿਣਾ ਬਿਨਾਂ ਕਿਤੇ ਨਹੀਂ ਰਿਹਾ ਜਾ ਸਕਦਾ
ਚਾਹੇ ਕੱਪੜੇ ਹੁੰਦੇ ਹੀ ਸੀ ਉਹਨਾਂ ਕੋਲ, ਅਗਲੇ ਉੱਤੇ ਰੱਖ ਕੇ ਤਬਾ ਲਾਲ ਕਰ ਲੈਣਾ, ਸਿੰਘ ਨੂੰ ਕੜਾ ਲੈਣਾ, ਉਹਨੂੰ ਉਹਦਾ ਸਿਰ ਵੱਢ ਦੇਣਾ, ਸਿਰ ਵੱਢ ਕੇ ਇੱਕਦਮ ਤਵੇ ਵਾਲੇ ਨੇ ਚੱਕ ਕੇ ਖੜਾ ਹੋਣਾ, ਤਵਾ ਵੱਢਦੀ ਸਾਰੇ ਅਲ ਦਲ ਤੇ ਉਹਨੂੰ ਬੰਨ ਕੇ ਰੱਖ, ਫੜ ਕੇ ਰੱਖਣਾ, ਉਹਨਾਂ ਨੇ ਉਹਦੇ ਉੱਤੇ ਤਵਾ ਰੱਖ ਦੇਣਾ, ਖੂਨ ਨਾ ਨਿਕਲ ਜਾਵੇ ਹੇਠੋਂ, ਤਾਂ ਅੱਠ ਅੱਠ ਦਸ ਦਸ ਮਿੰਟ ਸਿੰਘ ਭੱਜਿਆ ਫਿਰਦਾ ਰਹਿੰਦਾ ਸੀ ਇੱਧਰ ਉੱਧਰ, ਤਮਾਸਾ ਦੇਖਦੇ ਤੇ ਹੱਸਦੇ ਸੀ, ਇੱਦਾਂ ਕਰਦੇ ਹੁੰਦੇ ਸੀ। ਕਿਉਂ ਜਿੰਨਾ ਜਿਹੜਾ ਖੂਨ ਚੱਲਦਾ ਤਬਾ ਤੇ ਚਿੰਬੜ ਜਾਂਦਾ ਨਾ, ਇੱਕਦਮ ਲਾਲ ਰੱਖਿਆ ਹੋਇਆ ਉੱਤੇ, ਖੂਨ ਉਹ ਕਰਦਾ ਨਹੀਂ, ਉਹਦੇ ਨਾਲ ਲਾ ਕੇ ਥੱਲੇ ਨੂੰ ਮੁੜੀ ਜਾਂਦਾ, ਖੂਨ ਗਰਮ ਰਹਿੰਦਾ, ਗਰਮ ਵੀ ਰਹਿੰਦਾ, ਇੱਦਾਂ ਕਰਦੇ ਹੁੰਦੇ ਸੀ। ਹੱਸਦੇ ਸੀ, ਹੱਸੇ ਅਮਾ ਸਾਲ, ਉਹ ਹੱਸਦੇ ਸੀ ਨਾ, ਉਹ ਹੱਸਣ ਵਾਲਿਆਂ ਦਾ ਨਕਸ਼ਾ ਹੈ ਇਹ, ਇੱਦਾਂ ਪਹਿਲਾਂ ਵੀ ਕਰਦੇ ਰਹੇ ਨੇ, ਜ਼ੁਲਮ ਇਹੋ ਜਿਹੇ ਲੋਕ ਕਰਦੇ ਰਹੇ ਨੇ, ਇਹ ਹੁਣ ਕੀਤਾ ਵੀ ਜੇ ਕੋਈ ਫੜਿਆ ਜਾਵੇ ਜੰਗ ਦੇ ਵਿੱਚ ਉਹਦੇ ਨਾਲ ਜ਼ੁਲਮ ਨਹੀਂ ਕਰਨਾ, ਜਿਉਂਦਾ ਫੜਿਆ ਜਾਵੇ ਜੇ ਉਹਨੂੰ ਮਾਰ ਦੇਵੇ ਬਾਅਦ 'ਚ ਮੁਕੱਦਮਾ ਚੜ ਪੈਂਦਾ, ਦੂਏ ਕੈਦੀ ਵੀ ਮਾਰ ਦੇਣੇ ਜਿਹੜੇ ਨੇ ਨਾ, ਅਫਗਾਨਿਸਤਾਨ 'ਚ ਕੈਦੀ ਮਾਰਦੇ ਸੀ ਨਾ, ਕੇਸ ਚੱਲ ਪਿਆ ਉੱਥੇ, ਕੈਦੀ ਨੇ ਚਾਹੇ ਦੁਸ਼ਮਣ ਦੇ ਨੇ ਮਾਰ ਨਹੀਂ ਸਕਦੇ ਅਸੀਂ ਉਹਨਾਂ, ਜਿਉਂਦਾ ਬੰਦਾ ਫੜ ਲਿਆ ਦੁਸ਼ਮਣ ਦਾ ਜ਼ਖਮੀ ਹੋਇਆ, ਸਾਡਾ ਫਰਜ਼ ਆ ਉਹਦਾ ਉਪਚਾਰ ਕਰਨਾ, ਮਾਰਨਾ ਨਹੀਂ, ਉਹਦਾ ਨਿਯਮ ਨਹੀਂ ਸੀ ਇਹ, ਇਹ ਨਿਯਮ ਯੂਰਪ ਵਾਲਿਆਂ ਦੇ ਬਣਾਏ ਹੋਏ ਨੇ, ਇਹ ਉਹਨਾਂ ਦੀ ਚੰਗੀ ਗੱਲ ਹੈ, ਜਦ ਤੋਂ ਯੂਰਪ ਵਾਲੇ ਇੱਧਰ ਆਏ ਨੇ ਅੰਗਰੇਜ਼ ਆਏ ਨੇ, ਜਦ ਤੇ ਨਿਯਮ ਬਣੇ ਨੇ, ਕੁਛ ਉਹਨਾਂ ਦੀਆਂ ਗੱਲਾਂ ਚੰਗੀਆਂ ਵੀ ਨੇ, ਚਾਹੀਦੀਆਂ ਵੀ ਨੇ, ਸਾਡੇ ਨਿਯਮ ਨਹੀਂ, ਸਾਡੇ ਕੀ ਅਕਰੂਵਲ ਸੀ ਨਿਯਮ ਸਾਡੇ, ਜਦੋਂ ਇਹ ਪਿੱਛੇ ਜੰਗ ਸੀ ਦੱਸਦੇ ਨੇ, ਜਿਹੜੇ ਡੋਗਰੇ ਸੀ ਨਾ ਆਪਣੇ, ਇਹ ਵੀ ਕਰੂਅਲ ਸੀ, ਡੋਗਰੇ ਕਰੂਅਲ ਸੀ, ਆਹ ਧਿਆਨ ਚੰਦ ਉਹਨੇ ਵੀ ਡੋਗਰੇ ਸੀ ਨਾ, ਉਹਦੇ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ, ਡੋਗਰੇ ਆਪਣੇ ਉਹਨੂੰ ਬੜੇ ਬਹਾਦਰ ਸਮਝਦੇ ਸੀ, ਅਲੱਗ ਅਲੱਗ ਪਲਟਣ ਮਹਿੰਗੀ ਹੋਈ ਸੀ ਡੋਗਰਿਆਂ ਦੀ, ਅਲੱਗ ਸਿੱਖਾਂ ਦੀ ਅਲੱਗ, ਗੋਰਖਿਆਂ ਦੀ ਅਲੱਗ ਪਲਟਣ ਸੀ, ਕਹਿੰਦੇ ਇਹਨਾਂ ਨੇ ਕੀ ਕਰਨਾ, ਜਿਹੜੇ ਜਰਮਨ ਦੇ ਕੈਦੀ ਫੜੇ ਜਾਣੇ, ਇਹਨਾਂ ਨੇ ਖੋਖਰੀਆਂ ਲੈ ਕੇ ਨਾ, ਖੋਖਰੀਆਂ ਹੁੰਦੀਆਂ ਗੋਰਖਿਆਂ ਕੋਲ, ਗੋਰਖਿਆਂ ਨੇ ਡੋਗਰਿਆਂ ਨੇ ਉਹਨਾਂ ਸਿਰ ਵੱਢਦੇ ਨੇ, ਹਾਲਾਂਕਿ ਅੰਗਰੇਜ਼ ਨਹੀਂ ਸੀ ਚਾਹੁੰਦੇ, ਪਰ ਫਿਰ ਵੀ ਕੀ ਕਰਨ, ਜਦੋਂ ਇੱਕ ਪਲਟਣ ਦੇ ਵਿੱਚ ਅਫਸਰੇ ਹੋ ਰਹੇ, ਉਹ ਉਦੋਂ ਨਹੀਂ ਨਾ ਕੁਛ ਕਹਿੰਦੇ, ਉਹਨਾਂ ਦੇ ਕੰਮ ਜੋ ਲੈਣਾ ਹੁੰਦਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਐਂ ਕਰਦੇ ਨੇ, ਪਤਾ ਤਾਂ ਲੱਗੇ ਜਾਂਦਾ ਨਾ ਦੂਏ ਪਾਸੇ ਵੀ ਉਹ ਐਂ ਕਰਦੇ ਨੇ, ਸਾਡੇ ਬੰਦਿਆਂ ਨੂੰ ਇਹ ਵੱਢ ਦਿੰਦੇ ਨੇ, ਕਹਿੰਦੇ ਠੀਕ ਆ, ਜਿਹੜੇ ਇਹਨਾਂ ਦੇ ਬੰਦੇ ਫੜ ਲੈਣੇ ਉਹਨਾਂ ਨੇ, ਉਹਨੇ ਟੈਂਕ ਥੱਲੇ ਦੇ ਦੇਣੇ, ਫਿਰ ਜਿਉਂਦੇ ਹੀ ਉਹ ਟੈਂਕ ਥੱਲੇ ਦੇਣ ਲੱਗ ਗਏ, ਫਿਰ ਹਟ ਗਏ, ਉਹਨਾਂ ਨੇ ਟੈਂਕ ਦੇ ਬੰਨ ਕੇ ਸਿਰ ਦੇਣੇ, ਫੌਜੀ ਦੱਸਦੇ ਨੇ ਜਿਹੜੇ ਉਦੋਂ ਦੇ ਸੀ, ਕਹਿੰਦੇ ਉਹਨੇ ਟੈਂਕ ਉੱਤੇ ਨਿਭਾ ਦੇਣੀ, ਚਟਣੀ ਉਹ ਬਣਾ ਦੇਣੀ, ਫਿਰ ਉਹਦੀ ਜਾਂ ਇਹਨੂੰ ਪਤਾ ਲੱਗਾ ਸਾਡੇ ਬੰਦੇ ਨੂੰ ਐਂ ਕਰਦੇ ਨੇ, ਫਿਰ ਹਟ ਗਏ, ਇੱਦਾਂ ਹੈ ਕਰੂਅਲਟੀ ਜਿਹੜੀ ਹੈਗੀ ਹੈ ਪਿੱਛੇ ਜ਼ਿਆਦਾ ਸੀ, ਹੁਣ ਇਹ ਹੈ ਵੀ ਜੰਗ ਦੇ ਵਿੱਚ ਜੇ ਹੁੰਦਾ ਤਾਂ ਘੱਟ ਤੋਂ ਘੱਟ ਬੰਦੇ ਮਰਨ, ਕਾਬੂ ਪਾਉਣਾ ਹੁੰਦਾ ਕਾਬੂ ਪਾ ਲਿਆ ਜਾਵੇ, ਦੂਏ ਤੇ ਡਾਕੂਆਂ ਨੂੰ ਵੀ ਚਾਹੁੰਦੇ ਨੇ ਵੀ ਜੇ ਬਿਨਾਂ ਮਾਰੇ ਤੇ ਫੜੇ ਜਾਣ ਤਾਂ ਚੰਗਾ, ਅੱਤਵਾਦੀਆਂ ਨੂੰ ਵੀ ਚਾਹੁੰਦੇ ਨੇ ਜੇ ਮੇਰਾ ਮਾਰੇ ਤੇ, ਪਰ ਜੇ ਬਾਹਰ ਨਾ ਲੱਗੇ ਮਰੇ ਜਾਣ ਉਹ ਅਲੱਗ ਗੱਲ ਹੈ, ਪਰ ਜੇ ਬਿਨਾਂ ਮਰੇ ਤੇ ਫੜੇ ਜਾਣ ਤਾਂ ਚੰਗੀ ਗੱਲ ਹੈ, ਇਹ ਗੱਲ ਅੰਗਰੇਜ਼ਾਂ 'ਚ ਆਈ ਹੋਈ ਹੈ, ਚੰਗੀ ਗੱਲ ਹੈ, ਮਾੜੀ ਨਹੀਂ ਹੈ, ਕਈ ਗੱਲਾਂ ਚੰਗੀਆਂ ਵੀ ਨੇ, ਇਹ ਨਵੀਂ ਪੜਤ ਪਾਈ ਹੈ ਸਾਡੇ ਇਹ ਦੇਸ਼ 'ਚ, ਸਾਡੇ ਕਾਲਿਆਂ ਦੇ ਵਿੱਚ ਇਹ ਨਹੀਂ ਸੀ, ਸਾਡੇ ਜ਼ੁਲਮ ਜ਼ਿਆਦਾ ਸੀ, ਸਿੱਖਾਂ ਨੇ ਪੜਤ ਪਾਈ ਸੀ ਕਿ ਦੁਸ਼ਮਣ ਦਾ ਵੀ ਬੰਦਾ ਕਰਿਆ ਹੈ, ਪਾਣੀ ਉਹਨੂੰ ਵੀ ਪਿਲਾ ਦਈਏ ਬਚਾ ਲਈਏ, ਉਹ ਵੀ ਚੰਗਾ, ਉਹ ਪਾਈ ਘਰੀ ਵਾਲੀ ਇਹੀ ਸਾਖੀ ਹੈ, ਅਸੀਂ ਇਹ ਪੜਤ ਪਾਈ ਸੀ, ਦੁਸ਼ਮਣ ਸਾਰੇ ਨਹੀਂ ਹੁੰਦੇ, ਫੌਜੀ ਤਾਂ ਵਿਚਾਰੇ ਗਰੀਬ ਹੁੰਦੇ, ਤਨਖਾਹ 'ਤੇ ਲੜਦੇ ਹੁੰਦੇ ਨੇ, ਲੜਨਾ ਉਹਨਾਂ ਦੀ ਮਜਬੂਰੀ ਹੁੰਦੀ ਹੈ, ਸਾਡੇ ਸਿਖਾਇਆ ਦੇ ਵੀ ਜਿਹੜੇ ਤੁਹਾਡਾ ਫੌਜੀ ਲੜਦੇ ਨੇ ਇਹ ਤੁਹਾਡੇ ਦੁਸ਼ਮਣ ਨਹੀਂ ਹਨ, ਇਹ ਨਹੀਂ ਦੁਸ਼ਮਣ, ਇਹ ਤਾਂ ਵਿਚਾਰੇ ਤਨਖਾਹ ਨੂੰ ਲੜਦੇ ਨੇ, ਕੁਛ ਆਦਮੀ ਦੁਸ਼ਮਣ ਹੁੰਦੇ ਨੇ ਉਹਨਾਂ 'ਚ ਨਫ਼ਰਤ ਜਿਹਨਾਂ ਦੇ ਵਿੱਚ ਹੋਵੇ, ਕੁਛ ਵਿਚਾਰੇ ਉੱਦਾਂ ਹੀ ਹੁੰਦੇ ਨੇ ਜਿਹੜੇ ਉੱਦਾਂ ਵਾਲੇ ਹੁੰਦੇ ਨੇ, ਉਹਦਾ ਜਾਣ ਕੇ ਭੱਜ ਜਾਂਦੇ ਹੁੰਦੇ ਨੇ, ਬਹੁਤ ਸਾਰੇ ਫੌਜ ਇਹੋ ਜਿਹੇ ਹੁੰਦੇ ਸੀ
ਜਦੋਂ ਸਿੰਘ ਜਾਂਦੇ ਸੀ ਨਾ ਉਹ ਰਾਹ ਆਪੇ ਦੇ ਦਿੰਦੇ ਸੀ, ਕਹਿੰਦੇ ਨਹੀਂ ਸੀ ਕੁਛ ਵੀ ਲੰਘ ਜਾਓ, ਅਸੀਂ ਕੀ ਲੈਣਾ, ਅਸੀਂ ਤਾਂ ਹੁਣ ਨਾਲ ਆਏ ਹੋਏ ਹਾਂ ਕੀ ਕਰੀਏ। ਇੱਦਾਂ ਦਾ ਜੇ ਸਾਰੇ ਲੜਨ ਮਿੰਟਾਂ 'ਚ ਮਰ ਜਾਣ ਸਾਰੇ, ਸਾਰੇ ਨਹੀਂ ਲੜਦੇ ਹੁੰਦੇ, ਧੱਕੇ ਧਕਾ ਹੀ ਲੜਦੇ ਹੁੰਦੇ। ਅਸੀਂ ਇਹ ਪਰ ਸ਼ੁਰੂ ਕੀਤੀ ਸੀ ਕਿ ਦੁਸ਼ਮਣ ਨਹੀਂ ਹੈ ਸਾਡੇ, ਸਾਰੇ ਕੋਈ ਵੀ ਦੁਸ਼ਮਣ ਨਹੀਂ, ਨਾ ਕੋਈ ਬੈਰੀ, ਨਾ ਹੈ ਵਗਾਨਾ ਸਾਡਾ, ਨਾ ਇਹ ਗੁਰਬਾਣੀ ਦਾ ਉਪਦੇਸ਼ ਹੈ ਕੋਈ ਬੈਰੀ ਵਗਾਨਾ ਹੈ ਨਹੀਂ। ਅਸੀਂ ਉਹਨੂੰ ਵੀ ਬੈਰੀ ਵਗਾਨਾ ਨਹੀਂ ਮੰਨਦੇ ਜਿਹੜਾ ਦੂਏ ਪਾਸੇ ਦੁਸ਼ਮਣ ਵੀ ਹੈ ਸਾਡਾ, ਸਾਡਾ ਦੁਸ਼ਮਣ ਕੋਈ ਹੈ ਹੀ ਨਹੀਂ, ਸਾਨੂੰ ਗੁਰਬਾਣੀ ਹੀ ਸਿਖਾਉਂਦੀ ਹੈ ਨਾ ਇਹ ਗੱਲ। ਅਸੀਂ ਜੰਗ ਵਿੱਚ ਜਾ ਕੇ ਵੀ ਗੁਰਮਤ ਨਹੀਂ ਛੱਡਣੀ, ਗੁਰਮਤ ਦਾ ਤਿਆਗ ਕਿਸੇ ਸਟੇਜ 'ਤੇ ਵੀ ਨਹੀਂ ਕਰ ਸਕਦਾ ਸਿੱਖ, ਸਿੱਖੀ ਤੋਂ ਬੇਮੁੱਖ ਨਹੀਂ ਹੋ ਸਕਦਾ ਕਦੇ ਵੀ, ਕਿਸੇ ਵੀ ਪੁਜੀਸ਼ਨ 'ਚ ਨਹੀਂ ਹੋ ਸਕਦਾ। ਅਸੀਂ ਬਾਉਂਡ ਹਾਂ ਗੁਰਮਤ ਦੇ, ਜਿੰਨਾ ਚਿਰ ਗੁਰਮਤ ਦੇ ਬਾਉਂਡ ਹਾਂ ਸਿੱਖ, ਜਦ ਅਸੀਂ ਉਹਨਾਂ ਮੁੱਖ ਬਹਿ ਗਏ ਨਾ ਅਸੀਂ ਵੀ ਕਾਮਨਾ ਦੇ ਵਿੱਚ, ਲੋਭ 'ਚ, ਕ੍ਰੋਧ 'ਚ, ਉਦੋਂ ਸਿੱਖੀ ਗਈ ਸਾਡੀ। ਸਿੱਖੀ ਗਈ ਤੋਂ ਬਾਅਦ ਜਿਹੜਾ ਸ਼ਹੀਦ ਹੋਇਆ ਸ਼ਹੀਦ ਨਹੀਂ ਮੰਨਿਆ ਜਾਂਦਾ, ਫਿਰ ਸ਼ਹੀਦ ਉਹ ਮੰਨਿਆ ਜਾਂਦਾ ਸਿੱਖੀ ਪੱਲੇ ਰਹੇ, ਸੱਚ ਪੱਲੇ ਰਹੇ, ਸਰੀਰ ਛੱਡਿਆ ਜਾਵੇ ਤਾਂ ਸ਼ਹੀਦ, ਸਰੀਰ ਤਾਂ ਪਹਿਲੇ ਛੱਡਿਆ ਹੋਇਆ। ਸਿੱਖੀ ਗਈ ਤੋਂ ਬਾਅਦ ਸਰੀਰ ਛੱਡਣਾ ਸ਼ਹੀਦ ਨਹੀਂ ਮੰਨਿਆ ਜਾਊਗਾ, ਗੁਰੂ ਵਾਲਾ ਨਹੀਂ ਰਹਿੰਦਾ, ਗੁਰੂ ਨਾਲ ਖੜਾ ਰਹੇ ਅਖੀਰ ਤੱਕ ਤਾਂ ਸ਼ਹੀਦ ਹੈ।